ਸਾਡੇ ਸਵਰਗੀ ਪਿਤਾ ਅੱਜ ਸਵੇਰ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਇਸ ਦਿਨ ਦੇ ਲਈ ਜੋ ਤੂੰ ਸਾਨੂੰ ਦਿੱਤਾ ਹੈ ਹਾਲੇਲੂਇਆ ਤੇਰੇ ਲਹੂ ਦੇ ਹੇਠ ਅਸੀਂ ਆਉਂਦੇ ਹਾਂ ਅਬਰਾਹਮ ਦਾ ਰਾਜਸੀ ਵੰਸ਼ ਹੋਣ ਦੇ ਨਾਤੇ ਵਿਸ਼ਵਾਸ ਕਰਦੇ ਹੋਏ ਕਿ ਸਭ ਕੁਝ ਸੰਭਵ ਹੈ ਜੋ ਵਿਸ਼ਵਾਸ ਕਰਦੇ ਹਨ ਉਹਨਾਂ ਦੇ ਲਈ ਕੁਝ ਵੀ ਅਨਹੋਣਾ ਨਹੀਂ ਹੈ ਤੂੰ ਕਿਹਾ ਕਿ ਕੁਝ ਸਮੇਂ ਬਾਅਦ ਇਹ ਜਗਤ ਮੈਨੂੰ ਨਹੀਂ ਵੇਖੇਗਾ ਪਰ ਤੂੰ ਸੀ ਮੈਨੂੰ ਵੇਖੋਗੇ ਕਿਉਂਕਿ ਮੈਂ ਤੁਹਾਡੇ ਨਾਲ ਸਗੋਂ ਤੁਹਾਡੇ ਅੰਦਰ ਹੋਵਾਂਗਾ। ਔਰ ਯੁੱਗ ਦੇ ਅੰਤ ਤੱਕ ਤੁਹਾਡੇ ਨਾਲ ਹੋਵਾਂਗਾ। ਤੂੰ ਉਹੀ ਯੇਸ਼ੂ ਹੈਂ। ਕੱਲ ਅੱਜ ਤੇ ਯੁੱਗੋ-ਯੁੱਗ ਇੱਕੋ ਜਿਹਾ। ਔਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੂੰ ਅੱਜ ਵੀ ਜਿਉਂਦਾ ਹੈਂ। ਔਰ ਅਸੀਂ ਤੇਰੇ ਲਹੂ ਦੇ ਹੇਠ ਤੇਰੇ ਤੱਕ ਪਹੁੰਚਦੇ ਆਂ ਪ੍ਰਭੂ ਅੱਜ ਅਸੀਂ ਜ਼ਰੂਰਤਮੰਦ ਲੋਕ ਹਾਂ ਜਦ ਅਸੀਂ ਏਲੀਆ ਦੇ ਖੁਦਾ ਦਾ ਵਿਸ਼ਵਾਸ ਕਰਦੇ ਆਂ ਟੂ ਫਾਲੋ ਥੈਟ ਮੈਸੇਜ ਊਡ ਇਵਨ ਫਾਲੋ ਅਸ ਆਰ ਅਸੀਂ ਵਿਸ਼ਵਾਸ ਕਰਦੇ ਆਂ ਕਿ ਜੋ ਚਿੰ ਚਮਤਕਾਰ ਇਸ ਸੰਦੇਸ਼ ਦੇ ਪਿੱਛੇ ਹੋਏ ਉਹੀ ਚਿੰ ਚਮਤਕਾਰ ਅੱਜ ਸਾਡੇ ਨਾਲ ਹੋ ਰਹੇ ਹਨ ਐਂਡ ਵੀ ਪ੍ਰੇਜ਼ ਯੂਰ ਹੋਲੀ ਨੇਮ ਅਸੀਂ ਤੇਰੇ ਪਵਿੱਤਰ ਨਾਮ ਦੀ ਪ੍ਰਸ਼ੰਸਾ ਕਰਦੇ ਹਾਂ ਨਾ ਲੋਰ ਯੂ ਓਪਨ ਦ ਆਈਜ਼ ਆਫ ਆਰ ਅੰਡਰਸਟੈਂਡਿੰਗ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਾਡੇ ਸਮਝ ਦੀਆਂ ਅੱਖਾਂ ਨੂੰ ਖੋਲ ਲੈ ਪੀਪਲ ਮੇ ਸੀ ਯੂ ਅਲਾਈਵ ਅਮੰਗਸ ਅਸ ਤਾਂ ਕਿ ਲੋਕ ਤੈਨੂੰ ਸਾਡੇ ਵਿੱਚਕਾਰ ਜਿਉਂਦਾ ਵੇਖ ਪਾਉਣ ਐਂਡ ਲੋਰਡ ਗਿਵ ਮੀ ਗ੍ਰੇਸ ਪ੍ਰਭੂ ਮੈਨੂੰ ਕਿਰਪਾ ਦੇ ਟੂ ਬੀ ਦ ਵੌਇਸ Of this message today. So that I may be this message's voice. Not my own voice. I am not my own voice. But the voice which has been sent in this age. But that voice which is sent in this age. May it bless the people, Lord. Rabbu, apne logon uber kade. Everyone who has come here. Har ek joethe aaya hai. May Your Holy Spirit dwell here, Lord. Tera pavitra atma is jagate thare. Take away all sin and sickness from amongst us. Har paap the bimarinueto dour kardevi. And people be set free, Lord. The lok aj azad hojan. May your name be praised. The tera naam mahima pay. Break the bread of life for us. Chivandi roti sa dele tod. In the name of Jesus Christ, we ask this prayer. Yeshu Masjid naam which is prarthana benti nu mangde ham. Amen. Ame. God really bless you all. Khuda unthonu sabnu baobar kardevi. ਗੁੱਡ ਟੂ ਬੀ ਵਿਦ ਯੂ ਆਲ ਟੁਡੇ ਮਾਰਨਿੰਗ ਅੱਜ ਸਵੇਰ ਤੁਹਾਡੇ ਨਾਲ ਹੋ ਕੇ ਬਹੁਤ ਖੁਸ਼ੀ ਹੈ ਲੈਟਸ ਓਪਨ ਆਪ ਬਾਈਬਲਸ ਆਓ ਆਪਣੀਆਂ ਬਾਈਬਲਾਂ ਨੂੰ ਖੋਲਦੇ ਆਂ ਐਂਡ ਵੀ ਹੈਵ ਕੁਆਇਟ ਸਮ ਟਾਈਮ ਟੂ ਸ਼ੇਅਰ ਦਾ ਵਰਡ ਔਰ ਸਾਡੇ ਕੋਲ ਥੋੜਾ ਸਮਾਂ ਹੈ ਕਿ ਤੁਹਾਡੇ ਨਾਲ ਵਚਨ ਸਾਂਝਾ ਕੀਤਾ ਜਾਵੇ ਲੈਟਸ ਟਰਨ ਟੂ ਦ ਬੁੱਕ ਆਫ ਰੈਵਲੇਸ਼ਨਸ ਆਓ ਪ੍ਰਕਾਸ਼ਿਤ ਵਾਕਿਆ ਦੀ ਕਿਤਾਬ ਨੂੰ ਖੋਲਦੇ ਆਂ ਆਈ ਟਰਨ ਟੂ ਚੈਪਟਰ 20 ਔਰ ਉਸ ਦਾ 20 ਅਧਿਆਇ ਖੋਲਾਂਗੇ I will read from verse 4 to verse 6. اور میں چوتھی ایت تو لے کے چھویں اج تک پڑھاں گا۔ Request my brother. میں گੱਡੀਆਂ ਵੇਖੀਆਂ ਅਤੇ ਉਹ ਉਹਨਾਂ ਉੱਤੇ ਬੈਠੇ ਹੋਏ ਸਨ ਅਤੇ ਨਿਯੋਗ ਕਰਨ ਦਾ ਉਹਨਾਂ ਨੂੰ ਇਖਤਿਆਰ ਦਿੱਤਾ ਗਿਆ ਅਤੇ ਮੈਂ ਉਹਨਾਂ ਦੇ ਜੀਵਾਂ ਨੂੰ ਵੇਖਿਆ ਜਿਨ੍ਹਾਂ ਦੇ ਸਿਰ ਯੀਸ਼ੂ ਦੀ ਗਵਾਹੀ ਦੇ ਕਾਰਨ ਅਤੇ ਖੁਦਾ ਦੇ ਬਚਨ ਦੇ ਕਾਰਨ ਵੱਡੇ ਗਏ ਸਨ ਅਤੇ ਜਿਨ੍ਹਾਂ ਉਸ ਦਰਿੰਦੇ ਦੀ ਜਾਂ ਉਸ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਉਹ ਦਾਗ ਆਪਣੇ ਮੱਥੇ ਅਤੇ ਆਪਣੇ ਹੱਥ ਉੱਤੇ ਨਹੀਂ ਲਵਾਇਆ ਸੀ ਉਹ ਜੀ ਉੱਠੇ ਅਤੇ ਹਜ਼ਾਰ ਵਰੇ ਮਸੀਹ ਦੇ ਨਾਲ ਰਾਜ ਕਰਦੇ ਰਹੇ ਬਾਕੀ ਦੇ ਮੁਰਦੇ ਹਜ਼ਾਰ ਵਰੇ ਦੇ ਪੂਰੇ ਹੋਣ ਤੀਕ ਜੀ ਨਾ ਉੱਠੇ ਇਹ ਪਹਿਲੀ ਕਿਆਮਤ ਹੈ ਤਨ ਅਤੇ ਪਵਿੱਤਰ ਉਹ ਜਿਹੜਾ ਪਹਿਲੀ ਕਿਆਮਤ ਵਿੱਚ ਸ਼ਾਮਿਲ ਹੈ ਇਹਨਾਂ ਉੱਤੇ ਦੂਈ ਮੌਤ ਦਾ ਕੁਝ ਵਸ ਨਹੀਂ ਸਗੋ ਉਹ ਖੁਦਾ ਤੇ ਮਸੀਹ ਦੇ ਜਾਜਕ ਅਤੇ ਉਹਦੇ ਨਾਲ ਹਜ਼ਾਰ ਵਰੇ ਰਾਜ ਕਰਨਗੇ 让我们 pray Thank you Lord for this word ਰਬ ਯੇਸ਼ੂ ਮਸੀਹ ਇਸ ਬਚਨ ਦੇ ਲਈ ਧੰਨਵਾਦ under your blood we come ਤੇਰੇ ਲਹੂ ਦੇ ਹੇਠ ਅਸੀਂ ਆਉਂਦੇ ਆ ਓਪਨ ਦੀ ਸਕ੍ਰਿਪਚਰਸ ਫਾਰ us ਇਹ ਵਚਨ ਸਾਡੇ ਲਈ ਖੋਲ ਐਂਡ ਗਿਵ us ਦਾ ਬ੍ਰੈਡ ਆਫ ਲਾਈਫ ਔਰ ਸਾਨੂੰ ਜੀਵਨ ਦੀ ਰੋਟੀ ਬਖਸ਼ ਐਂਡ ਗਿਵ us that ਫੇਥ ਫਾਰ ਦਾ ਰੈਪਚਰ ਔਰ ਸਾਨੂੰ ਉਠਾਏ ਜਾਣ ਵਾਲਾ ਵਿਸ਼ਵਾਸ ਦੇ that's why we gathered here ਜਿਸ ਦੇ ਕਰਕੇ ਅਸੀਂ ਇੱਥੇ ਆਏ ਹਾਂ ਇਨ ਦਾ ਨੇਮ ਆਫ ਜੀਜ਼ਸ ਕ੍ਰਾਈਸਟ ਯੇਸ਼ੂ ਮਸੀਹ ਦੇ ਨਾਮ ਵਿੱਚ ਆਈ ਅਸਕ ਦਿਸ ਪ੍ਰੇਅਰ ਇਹ ਪ੍ਰਾਰਥਨਾ ਮੰਗਦੇ ਹਾਂ ਅਮੀਨ ਆਮੀਨ ਯੂ ਆਲ ਕੈਨ ਬੀ ਸੀਟਿਡ ਤੁਸੀਂ ਬੈਠ ਸਕਦੇ ਹੋ ਗੋਡ ਬles you ਦਾਂਤਨ ਬਰਕਤ ਦੇ ਇਸ ਸੱਚਾ ਵੰਡਰਫੁਲ ਆਫਟਰਨੂਨ ਵੀ ਗਾਟ ਟੂਡੇ ਇਨ ਥਿਸ ਸਿਟੀ ਆਫ ਮੰਡੀ ਗੋਵਿੰਦਗੜ ਅੱਜ ਦੀ ਇਹ ਬਹੁਤ ਹੀ ਸੁਹਾਵਣੀ ਦੁਪਹਿਰ ਸਾਨੂੰ ਪ੍ਰਭੂ ਨੇ ਦਿੱਤੀ ਹੈ ਇਸ ਮੰਡੀ ਗੋਵਿੰਦਗੜ ਸ਼ਹਿਰ ਦੇ ਵਿੱਚ ਥੇ ਵੀ ਆਲ ਕੈਨ ਗੈਦਰ ਹੇਅਰ ਅਰਾਊਂਡ ਹਿਸ ਵਰਡ ਜਿੱਥੇ ਅਸੀਂ ਉਹਦੇ ਬਚਨ ਦੇ ਦਿਵਾਲੇ ਸਾਹਿਬ ਇਕੱਠੇ ਹੋ ਪਾਏ ਆ And I greet you in the name of our Lord Jesus Christ. ਰਬ ਯੇਸ਼ੂ ਮਸੀਹ ਦੇ ਨਾਮ ਵਿੱਚ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। I like to say a Shalom to everybody. ਤੇ ਮੈਂ ਤੁਹਾਨੂੰ ਸਭ ਨੂੰ ਸ਼ਾਲੋਮ ਆਖਦਾ ਹਾਂ। Peace be unto you. ਤੁਹਾਨੂੰ ਸ਼ਾਂਤੀ ਮਿਲੇ। God really bless you. ਗੋਡ ਰੀਅਲੀ ਬLES ਯੂ। ਮਦਾਨ ਤੁਹਾਨੂੰ ਬਰਕਤ ਦੇਵੇ। I also like to say that I bring greetings from my church back at home in Delhi. ਔਰ ਮੈਂ ਆਪਣੀ ਦਿੱਲੀ ਦੀ ਕਲੀਸਿਆ ਵੱਲੋਂ ਔਰ ਆਪਣੇ ਘਰ ਵੱਲੋਂ ਵੀ ਤੁਹਾਡਾ ਅਭਿਨੰਦਨ ਕਰਦਾ ਹਾਂ। and say god bless you aur toanu khuda tonu barkat deve e mai toanu aakhda ha god bless all the ministers who have come here khudawan sare sevkanu barkat de jo is jagah te aaye han god has his faithful ministry prabhu de kol panj pakhi sevakai hai and we are blessed by that amen aur assi us sevakai dwara barkat paundeyan then i would say god bless our precious pastor brother robin aur mai kehna chahwanga ke khudawan sade ਬਹੁਤ ਬੇਸ਼ਕੀਮਤੀ ਭਾਈ ਰਬ ਨੇ ਨੂ ਬਰਕਤ ਦੇਵੇ ਐਂਡ ਫਾਰ ਦਾ ਐਫਰਟਸ ਹੀ ਹੈਸ ਪੁਟ ਔਨ ਫਾਰ ਦਿਸ ਮੀਟਿੰਗ ਔਰ ਜੋ ਉਹਨਾਂ ਨੇ ਇਸ ਮੀਟਿੰਗ ਦੇ ਲਈ ਕੋਸ਼ਿਸ਼ਾਂ ਕੀਤੀਆਂ ਯਤਨ ਕੀਤੇ ਹਨ ਉਹਨਾਂ ਦੇ ਬਦਲੇ ਉਹਨਾਂ ਨੂੰ ਬਰਕਤ ਦੇਵੇ ਖੁਦਾ ਗੋਡ ਬlesਸ ਯੂ ਫਾਰ ਦਾ ਕਮੈਂਟਸ ਯੂ ਮੇਡ ਬ੍ਰਦਰ ਔਰ ਖੁਦਾ ਤੁਹਾਨੂੰ ਬਰਕਤ ਦੇਵੇ ਉਸ ਬਾਚਾ ਦੇ ਲਈ ਜੋ ਤੁਸੀਂ ਬੰਨੀ ਐਂਡ ਵਾਟ ਯੂ ਸੇਡ ਟੂਡੇ ਔਰ ਜੋ ਤੁਸੀਂ ਅੱਜ ਆਖਿਆ ਹੈ ਗੋਡ ਬlesਸ ਯੂ ਅਬਨੈਂਟਲੀ ਖੁਦਾਵੰ ਤੁਹਾਨੂੰ ਬਹੁਤ ਆਇਤਨਾ ਬਰਕਤ ਦੇਵੇ ਵੈਨ ਆਈ ਵਾਸ ਸੀਇੰਗ ਦ ਚਰਚ ਯੈਸਟਰਡੇ ਜਦੋਂ ਮੈਂ ਕੱਲ ਸ਼ਾਮ ਚਰਚ ਨੂੰ ਵੇਖਿਆ ਐਂਡ ਦ ਪੀਪਲ ਹਿਅਰ ਐਂਡ ਦ ਵੈਲਕਮ ਦੇ ਗੇਵ ਅਸ ਔਰ ਲੋਕ ਕਤੇ ਉਹਨਾਂ ਨੇ ਜੋ ਸਵਾਗਤ ਸਾਡਾ ਕੀਤਾ ਆਈ ਰੀਅਲੀ ਅਪਰੀਸ਼ੀਏਟ ਦੈਟ ਐਂਡ ਸੇ ਗੋਡ ਰੀਅਲੀ ਬlesਸ ਯੂ ਆਲ ਔਰ ਮੈਂ ਇਹ ਸਭ ਦੇ ਲਈ ਤੁਹਾਡਾ ਹੋਰ ਉਤਸਾਹ ਵਧਾਉਂਦਾ ਹਾਂ ਔਰ ਤੁਹਾਨੂੰ ਕਹਿੰਦਾ ਹਾਂ ਖੁਦਾਵੰ ਤੁਹਾਨੂੰ ਬਰਕਤ ਦੇਵੇ ਮੈਨੂੰ ਬਹੁਤ ਅੱਛਾ ਲੱਗਾ ਏ ਗੋਡ ਰੀਅਲੀ ਬlesਸ ਯੂ ਆਲ ਖੁਦਾਵੰ ਤੁਹਾਨੂੰ

ਖੁਦਾਵੰਦਾ ਧੰਨਵਾਦ ਕਰਦਾ ਹਾਂ ਕਿ ਉਹਨੇ ਇੱਕ ਐਸਾ ਜਾਨ ਇਥੇ ਰੱਖਿਆ ਔਰ ਐਸੀ ਕਲੀਸਿਆ ਇਥੇ ਰੱਖੀ ਹੈ ਸੋ ਗੋਡ ਰੀਲੀ ਬlesਸ ਯੂ ਆਲ ਐਂਡ ਆਈ ਐਪਰੀਸ਼ੀਏਟ ਯੂ ਖੁਦਾਵੰ ਤੁਹਾਨੂੰ ਬਹੁਤ ਬਰਕਤ ਦੇਵੇ ਅਮੀ ਐਂਡ ਆਈ ਸੈਡ ਆਈ ਐਪਰੀਸ਼ੀਏਟ ਯੂ ਆਲ ਔਰ ਮੈਂ ਤੁਹਾਡਾ ਸਾਰਿਆਂ ਦਾ ਉਤਸਾਹ ਵਧਾਉਂਦਾ ਹਾਂ ਗੋਡ ਰੀਲੀ ਬlesਸ ਯੂ ਪ੍ਰਭੂ ਤੁਹਾਨੂੰ ਬਰਕਤ ਦੇਵੇ ਦੈਨ ਆਈ ਵੁੱਡ ਆਲਸੋ ਲਾਈਕ ਟੂ ਆ ਸੇ ਗੋਡ ਬlesਸ ਆ ਵਾਸ ਜਸਟ ਇਨਫਾਰਮ ਯੈਸਟਰਡੇ ਬਾਈ ਮਾਈ ਬ੍ਰਦਰ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਹਾਂ ਜੋ ਕੱਲ ਭਾਈ ਦੇ ਦੁਆਰਾ ਮੈਨੂੰ ਦੱਸੀ ਗਈ ਆਸ ਵੰਡਰਫੁਲ ਸਿਸਟਰ ਹੂ ਵਾਸ ਇਨ ਦਿਸ ਚਰਚ ਇੱਕ ਬਹੁਤ ਹੀ ਪਿਆਰੀ ਭੈਣ ਸੀ ਬਜ਼ੁਰਗ ਭੈਣ ਜੋ ਇਸ ਚਰਚ ਦਾ ਭਾਗ ਸੀ ਐਂਡ ਸ਼ੀ ਹੈਜ਼ ਗੋਨ ਔਨ ਟੂ ਬੀ ਵਿਦ ਦ ਲਾਰਡ ਔਰ ਉਹ ਪ੍ਰਭੂ ਦੇ ਕੋਲ ਚਲੇ ਗਏ ਹਨ ਜਸਟ ਅਬਾਊਟ 2 ਔਰ 3 ਡੇਸ ਬੈਕ ਦੋ ਦਿਨ ਪਹਿਲਾਂ ਦੀ ਗੱਲ ਹੈ ਜਦੋਂ ਪ੍ਰਭੂ ਕੋਲ ਚਲੇ ਗਏ ਬਟ ਆਈ ਥੈਂਕ ਗੋਡ ਥੈਟ ਸ਼ੀ ਇਜ਼ ਨਾਓ ਰੈਸਟਿੰਗ ਵਿਦ ਦ ਲਾਰਡ ਔਰ ਮੈਂ ਵਿਸ਼ਵਾਸ ਕਰਦਾ ਧੰਨਵਾਦ ਕਰਦਾ ਹਾਂ ਕਿ ਉਹ ਪ੍ਰਭੂ ਦੇ ਨਾਲ ਆਰਾਮ ਵਿੱਚ ਹੈ ਬlesed be his holy name ਪ੍ਰਭੂ ਦਾ ਨਾਮ ਮਹਿਮਾ ਪਾਏ ਐਂਡ ਗੋਡ ਗਿਵ ਪੀਸ ਟੂ ਹਰ ਫੈਮਿਲੀ ਔਰ ਖੁਦਾ ਉਹਨਾਂ ਦੀ ਪਿੱਛੇ ਰਹਿਂਦੀ ਸਾਰੀ ਫੈਮਿਲੀ ਨੂੰ ਉਹਨਾਂ ਦੇ ਪਰਿਵਾਰ ਨੂੰ ਬਰਕਤ ਦੇਵੇ ਸ਼ਾਂਤੀ ਦੇਵੇ ਦ ਬਾਈਬਲ ਸੇਜ਼ ਬlesed are the there who die in the lord from henceforth ਔਰ ਬਾਈਬਲ ਆਖਦੀ ਹੈ ਕਿ ਧੰਨ ਹਨ ਉਹ ਜੋ ਈਦੂ ਅੱਗੇ ਪ੍ਰਭੂ ਵਿੱਚ ਹੋ ਕੇ ਮਰਨ for their rest from their labors aur oh apniyan jaanan to aaram paun ge and we really thank god that they are rest then aur assi dhanwaad diyan prabhu de ke jo etho ja rahe han oh aaram vich ja rahe aa prophet uh, uh, told how when he, i was informed by brother robbin that she was about 85 86 years old bhai robbin unna ne dassiya ke oh taqreeban 85 saal di umar de san that's right and uh, I was reminded of Brother Branham an event on the other side اور mainu yaad aaya ke jadon Pai Branham pardey de piche gaye he met a very young lady oh ek jawan ladki nu mile very beautiful there in that theophany body aur oh theophany de de vich bahut hi sundar lag rahi si but brother branham couldn't recognize her par pai branham oh nu pehchan na sake and so she said you don't recognize me aur oh aurat samne aayi te khendi tusi mainu pehchan nahi sake So I was 92 years old when I received this message. ਉਸ عورت ਨੇ ਉਸ ਲੜਕੀ ਨੇ ਕਿਹਾ ਭਰਾਨਮ ਜਦੋਂ ਮੈਂ 92 ਸਾਲ ਦੀ ਸੀ ਮੈਂ ਉਦੋਂ ਸੰਦੇਸ਼ ਨੂੰ ਕਬੂਲ ਕੀਤਾ But see me here I'm young. ਹਾਂ ਕਹਿੰਦੀ ਹੁਣ ਮੈਨੂੰ ਇੱਥੇ ਦੇਖ ਇੱਥੇ ਮੈਂ ਜਵਾਨ ਹਾਂ. God bless you for the message you gave. ਔਰ ਉਸ عورت ਨੇ ਕਿਹਾ ਖੁਦਾਵੰ ਤੈਨੂੰ ਬਰਕਤ ਦੇਵੇ ਜੋ ਸੰਦੇਸ਼ ਤੂੰ ਮੈਨੂੰ ਦਿੱਤਾ. Because of that I'm here today.

ਸਾਡੀ ਉਹ ਭੈਣ ਬਜ਼ੁਰਗ ਭੈਣ ਪ੍ਰਭੂ ਦੇ ਕੋਲ ਹੈ ਟੂ ਬੀ ਮੋਸਟ ਸਪੈਸਿਫਿਕ ਇਨ ਦਾ 6th ਡਾਈਮੈਂਸ਼ਨ ਆਰ ਉਹ ਬਹੁਤ ਹੀ ਖਾਸ ਛਟੇ ਆਯਾਮ ਦੇ ਵਿੱਚ ਹੈ ਫੈਲੋਸ਼ਿਪਿੰਗ ਵਿਦ ਦ ਸੇਂਟਸ देयर ਔਰ ਸੰਤਾਂ ਦੇ ਨਾਲ ਉਹ ਸੰਗਤੀ ਕਰ ਰਹੇ ਹਨ ਨੈਵਰ ਟੂ ਡਾਈ ਐਨੀ ਮੋਰ ਔਰ ਜਿੱਥੇ ਉਹ ਚਲੇ ਗਏ ਹਨ ਉੱਥੇ ਹੁਣ ਦੁਬਾਰਾ ਕੋਈ ਮੌਤ ਨਹੀਂ ਹੈ ਐਂਡ ਜਸ ਰੀਸੈਂਟਲੀ ਆਈ ਕੇਮ ਟੂ ਨੋ ਔਰ ਹੁਣੇ-ਹੁਣੇ ਮੈਨੂੰ ਪਤਾ ਲੱਗਾ ਅਬਾਊਟ ਆਰ ਬ੍ਰਦਰ ਜੋਰਜ ਐਂਡ ਹਿਸ ਫਾਦਰ

ਔਰ ਅਸੀਂ ਇਹਨਾਂ ਜਾਨਾਂ ਦੇ ਲਈ ਧੰਨਵਾਦੀ ਹਾਂ ਐਂਡ ਦੀਸ ਸੋਲਸ ਹੂ ਲਿਵਡ देयर ਲਾਈਫਸ ਐਂਡ ਨਾਓ ਆਰ ਵਿਦ ਦਾ ਲਾਰਡ ਔਰ ਅਸੀਂ ਇਹਨਾਂ ਪ੍ਰਾਣਾਂ ਲਈ ਧੰਨਵਾਦੀ ਹਾਂ ਜੋ ਇੱਥੇ ਪ੍ਰਭੂ ਵਿੱਚ ਜੀ ਕੇ ਅੱਗੇ ਚਲੇ ਜਾਂਦੇ ਹਨ ਗੋਡ ਰੀਲੀ ਬlesਸ ਯੂ ਖੁਦਾਵੰਤ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ ਐਂਡ ਦੈਨ ਆ ਵੁੱਡ ਸੇ ਅ ਵੈਰੀ ਹੈਪੀ ਐਨੀਵਰਸਰੀ ਵਾਂਸ ਅਗੇਨ ਟੂ ਆਰ ਪਾਸਟਰ ਰੋਬਨ ਪ੍ਰੇਸ ਦਾ ਲਾਰਡ ਐਂਡ ਸਿਸਟਰ ਸੋਨੀਆ ਔਰ ਮੈਂ ਪਾਈ ਰੋਬਨ ਅਤੇ ਉਹਨਾਂ ਦੀ ਪਤਨੀ ਨੂੰ ਅ ਮੈਰਿਜ ਐਨੀਵਰਸਰੀ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਗੋਡ ਬlesਸ ਆ ਪਾਸਟਰ ਖੁਦਾਵੰ ਸਾਡੇ ਪਾਸਟਰ ਭਾਈ ਨੂੰ ਬਰਕਤ ਦੇਵੇ ਐਂਡ ਆ ਸਿਸਟਰ ਹੂ ਇਸ ਸਪੋਰਟਿੰਗ ਹਿਮ ਔਰ ਮੇਰੀ ਵਾਈਫ ਨੂੰ ਖੁਦਾਵੰ ਬਰਕਤ ਦੇਵੇ ਜੋ ਸੇਵਕਾਈ ਚ ਮਦਦ ਕਰ ਰਹੇ ਹਨ ਗੋਡ ਰੀਲੀ ਬlesਸ them ਖੁਦਾਵੰ ਉਹਨਾਂ ਨੂੰ ਬਰਕਤ ਦੇਵੇ ਆਮ ਇਫ ਯੂ ਐਗਰੀ ਵਿਦ ਮੀ ਫਾਰ that ਕੈਨ ਯੂ ਰੇਜ਼ ਯਰ ਹੈਂਡਸ ਤੁਹਾਡੇ ਵਿੱਚੋਂ ਕਿੰਨੇ ਲੋਕ ਮੇਰੇ ਨਾਲ ਸਹਿਮਤ ਹਨ ਆਪਣੇ ਹੱਥ ਉਠਾਓ ਗੋਡ ਬlesਸ ਯੂ ਖੁਦਾਵੰ ਤੁਹਾਨੂੰ ਬਰਕਤ ਦੇਵੇ ਗੋਡ ਬlesਸ ਯੂ ਬ੍ਰਦਰ ਬੋਥ ਖੁਦਾਵੰ ਤੁਹਾਨੂੰ ਦੋਨਾਂ ਨੂੰ ਬਹੁਤ ਬਰਕਤ ਦੇਵੇ ਬ੍ਰ ਬ੍ਰਾਨਮ ਸੇਡ ਵੈਨ ਗੋਡ ਕਾਲਸ ਅ ਮੈਨ ਇਨ ਹਿਸ ਇਨ ਦਾ ਮਿਨਿਸਟਰੀ ਹੀ ਕਾਲਸ ਹਿਸ ਵਾਈਫ ਬਾਈ ਬ੍ਰਾਨਮ ਨੇ ਕਿਹਾ ਕਿ ਜਦੋਂ ਖੁਦਾ ਕਿਸੇ ਮਨੁੱਖ ਨੂੰ ਸੇਵਕਾਈ ਲਈ ਬੁਲਾਉਂਦਾ ਹੈ ਤੇ ਨਾਲ ਹੀ ਉਹਦੀ ਪਤਨੀ ਨੂੰ ਵੀ ਬੁਲਾਉਂਦਾ ਹੈ so that wife that sister also has a very important role to play in the ministry God bless you

That's right. That's, that's really a grace of God. So, God has blessed our brother with such a wonderful family. God bless them. God bless all of you. And we really praise God for all that He has done for us. ਔਰ ਅਸੀਂ ਉਹਨਾਂ ਸਭ ਚੀਜ਼ਾਂ ਦੇ ਲਈ ਖੁਦਾ ਦੇ ਧੰਨਵਾਦੀ ਹਾਂ ਜੋ ਉਹਨੇ ਸਾਡੇ ਲਈ ਕੀਤੀਆਂ ਹਨ ਰੀਅਲੀ ਥੈਂਕ ਗੋਡ ਫॉर दैट ਅਮਨ ਖੁਦਾਵੰ ਸਭ ਨੂੰ ਬਰਕਤ ਦੇਵੇ ਅਸੀਂ ਇਹਦੇ ਲਈ ਸਭ ਲਈ ਧੰਨਵਾਦੀ ਹਾਂ ਇਫ ਵੀ 올 ਆਫ ਅਸ ਲੁੱਕ ਬੈਕ ਇਨ ਆਰ ਲਾਈਵਜ਼ ਜੇਕਰ ਅਸੀਂ ਸਭ ਆਪਣੀ ਪਿਛਲੀ ਜ਼ਿੰਦਗੀ ਵੱਲ ਗੌਰ ਕਰੀਏ ਯੂ ਵਿਲ ਨੋਟਿਸ ਦੈਟ ਦਰ ਥਿੰਗਸ ਵਿਚ ਵੀ ਡਨ ਵਿਚ ਵਰ ਸੋ ਰੌਂਗ ਦੈਟ ਵੀ ਮੈਰਿਟਡ ਡੈਥ ਇਨ ਦ ਹੈਂਡਸ ਆਫ ਦ ਲਾਰਡ ਔਰ ਜੇਕਰ ਅਸੀਂ ਆਪਣੀ ਪੁਰਾਣੀ ਜ਼ਿੰਦਗੀ ਵੱਲ ਗੌਰ ਕਰੀਏ ਜੋ ਅਸੀਂ ਪੁਰਾਣੇ ਕੰਮ ਕਰਦੇ ਸੀ ਉਹ ਸਾਰੇ ਕੰਮ ਮੌਤ ਦੇ ਨਾਲ ਜੁੜੇ ਹੋਏ ਸਨ ਪਰ ਇਜ਼ਨਟ ਇਟ ਇਸ ਅ ਵੰਡਰਫੁਲ ਗ੍ਰੇਸ ਆਫ ਗੋਡ that today you are sitting here ਪਰ ਇਹ ਕੀ ਖੁਦਾ ਦੀ ਅਦਭुत ਕਿਰਪਾ ਨਹੀਂ ਆ ਕਿ ਤੁਸੀਂ ਇੱਥੇ ਬੈਠੇ ਹੋਏ ਐਸ ਬ੍ਰਦਰ ਬ੍ਰਾਹਮ ਸੈਡ ਜਿਵੇਂ ਕਿ ਪਾਪ੍ਰਾਹਮ ਨੇ ਆਖਿਆ ਸੇਨਾ ਸੇਵ ਬਾ ਹਿਸ ਗ੍ਰੇਸ पापी ओधी कृपा ਨਾਲ ਬਚਾਇਆ ਜਾਂਦਾ ਹੈ ਮਾਈ ਬ੍ਰਦਰ ਐਂਡ ਮਾਈ ਸਿਸਟਰ ਮੇਰੇ ਭੈਣੋ ਭਰਾਓ ਸਮ ਟਾਈਮਸ ਇਟਸ ਵੈਰੀ ਡਿਫਿਕਲਟ ਟੂ ਅੰਡਰਸਟੈਂਡ ਹਿਸ ਗ੍ਰੇਸ ਕਈ ਵਾਰ ਉਹਦੀ ਕਿਰਪਾ ਨੂੰ ਸਮਝਣਾ ਬੜਾ ਔਖਾ ਲੱਗਦਾ ਆ ਬਿਕਾਜ਼ ਹਿਸ ਗ੍ਰੇਸ ਇਜ਼ ਬਿਯੋਂਡ ਵਾਟ ਵੀ ਕੈਨ ਥਿੰਕ ਕਿਉਂਕਿ ਉਹਦੀ ਕਿਰਪਾ ਸਾਡੀਆਂ ਸੋਚਾਂ ਤੋਂ ਵੀ ਪਰੇ ਆ ਜੋ ਕਿ ਅਸੀਂ ਸੋਚ ਸਕਦੇ ਹਾਂ ਬਟ ਯੈਸ

the man and that woman they both be put to death ਕੋਦਾਵੀ ਵਸਤਾ ਦੇ ਰਿਹਾ ਆ ਕਿ ਜੇਕਰ ਕੋਈ ਔਰਤ ਜਾਂ ਮਦਰ ਮਰਦ ਜਨਾਕਾਰੀ ਵਿੱਚ ਫੜਿਆ ਜਾਂਦਾ ਤਾਂ ਉਹਨੂੰ ਪਥਰਾਓ ਕਰਕੇ ਮਾਰ ਦਿੱਤਾ ਜਾਵੇ the scripture says that ਵਚਨ ਇਸ ਪ੍ਰਕਾਰ ਆਖਦਾ ਹੈ and here is a man called david who has done that ਪਰ ਇੱਥੇ ਇੱਕ 다ਊਦ ਨਾਮ ਦਾ ਵਿਅਕਤੀ ਆ ਜਿਸ ਨੇ ਇਹ ਕੰਮ ਕੀਤਾ he is exactly in that same sin 다ਊਦ ਨੇ ਵੀ ਉਹੀ ਗੁਨਾਹ ਕੀਤਾ

ਔਰ ਨਥਾਨ ਨੇ ਕਿਹਾ ਕਿ ਇਸ ਪ੍ਰਕਾਰ ਦੇ ਮਨੁੱਖ ਨਾਲ ਕੀ ਕਰਨਾ ਚਾਹੀਦਾ ਡੇਵਿਡ ਗੇਵ ਦਾ ਅਨਸਰ 다ਊਦ ਨੇ ਉੱਤਰ ਦਿੱਤਾ ਸੱਚਾ ਮੈਨ ਸ਼ੁਡ ਡਾਈ ਇਸ ਤਰ੍ਹਾਂ ਦੇ ਮਨੁੱਖ ਨੂੰ ਤਾਂ ਮਾਰ ਦੇਣਾ ਚਾਹੀਦਾ ਯੂ ਵਾਸ ਦਾ ਨੈਕਸਟ ਲਾਈਨ ਤੁਹਾਨੂੰ ਪਤਾ ਅਗਲੀ ਗੱਲ ਕੀ ਹੈ ਨਥਾਨ ਸੈਡ ਨਥਾਨ ਨੇ ਆਖਿਆ ਬਟ ਯੂ ਸ਼ਲ ਨੋਟ ਡਾਈ ਨਥਾਨ ਨੇ ਆਖਿਆ ਪਰ ਤੂੰ ਨਹੀਂ ਮਾਰਿਆ ਜਾਵੇਂਗਾ ਹੀ ਗਾਟ ਸ਼ੌਕ ਉਹ ਬੜਾ ਹੈਰਾਨ ਹੋਇਆ ਮੀ

ਇਸ ਤੋਂ ਪਹਿਲਾਂ ਕਿ ਦਾਊਦ ਗੁਨਾਹ ਕਰੇ ਬਿਫੋਰ ਦਾ ਫਾਊਂਡੇਸ਼ਨ ਆਫ ਦਾ ਵਾਲ ਅ ਲੈਂਬ ਹੈਡ ਡਾਈਡ ਫਾਰ ਹਿਮ ਜਗਦੀ ਨੀ ਰਖੇ ਜਾਣ ਤੋਂ ਪਹਿਲਾਂ ਇੱਕ ਮੇਮਣਾ ਉਹਦੇ ਲਈ ਮਾਰ ਦਿੱਤਾ ਗਿਆ ਸੀ ਐਂਡ ਸੋ 브ਦਰ ਇਸ ਲੀਪਾਇਓ ਵੈਨ ਵੀ ਲੁੱਕ ਐਟ ਆਰ ਲਾਈਵਜ਼ ਜਦੋਂ ਅਸੀਂ ਜ਼ਿੰਦਗੀਆਂ ਵੱਲ ਵੇਖਦੇ ਹਾਂ ਇਟਸ ਨਾਥਿੰਗ ਬਟ ਅਮੇਜ਼ਿੰਗ ਗ੍ਰੇਸ ਕੁਝ ਨਹੀਂ ਆ ਬਸ ਉਹਦੀ ਅਦਭੁਤ ਕਿਰਪਾ ਹੀ ਹੈ

10000 ਤੋਂ 10000 ਕਾਰਨਾਂ ਤੋਂ ਵੀ ਵੱਧ ਕੇ ਸਾਡੇ ਕੋਲ ਧੰਨਵਾਦ ਕਰਨ ਲਈ ਕਾਰਨ ਹਨ so we really thank god for this ਅਸੀਂ ਖੁਦਾ ਦੇ ਧੰਨਵਾਦੀ ਆਂ think of this place punjab where you all live in aur is punjab state de bare vich dekhiye jide vich tusi sab reh rahe ho we are coming from delhi ਅਸੀਂ ਦਿੱਲੀ ਤੋਂ ਆ ਰਹੇ ਆਂ there are millions of people walking on the streets ਲੱਖਾਂ ਲੋਕ ਹਨ ਜੋ ਆ ਰੋਡ ਦੇ ਉੱਤੇ ਗਲੀਆਂ ਵਿੱਚ ਚੱਲ ਫਿਰ ਰਹੇ ਹਨ ਦਸ ਐਨੀਬਾਡੀ ਨੋ ਦਰ ਇਜ਼ ਐਨ ਇਲਾਈਜਾ ਹੂ ਹਾਸ ਕਮ ਟੂਡੇ ਕੀ ਉਹਨਾਂ ਗਲੀਆਂ ਵਿੱਚ ਘੁੰਮਣ ਵਾਲੇ ਲੋਕਾਂ ਨੂੰ ਪਤਾ ਕਿ ਇਹਨਾਂ ਦਿਨਾਂ ਚ ਏਲੀਆ ਦੀ ਆਤਮਾ ਆਈ ਹੈ ਦਸ ਐਨੀਬਾਡੀ ਨੋ ਸਿਸ ਨੇਮ ਕੀ ਕੋਈ ਉਹਨਾਂ ਵਿੱਚੋਂ ਜਾਣਦਾ ਹੈ ਉਹਦਾ ਨਾਮ ਦਸ ਸੰਗਸ ਵਿਚ ਆ ਬ੍ਰਦਰ ਸਾਂਗ ਉਹ ਗੀਤ ਜੋ ਭਾਈ ਨੇ ਹੁਣੇ ਗਾਇਆ ਆ ਮਿਊਜ਼ਿਕ ਟੀਮ ਸਾਂਗ ਔਰ ਸਾਡੀ ਮਿਊਜ਼ਿਕ ਟੀਮ ਨੇ ਗੀਤ ਗਾਏ and you all saying tusi sabne gaaye maybe have become common for us ho sakda sade liye bada sadharan ho gaya hove but i want to tell you salvation is not a common thing par main tonu dasna chahunda ha ke mukti sadharan gall nahi hai redemption is not a common thing chutkara koi sadharan cheez nahi hai abraham said abraham ne akha when a boy or a girl is born jiddo ek ladka ate ladki paida hunde han from the discharge of a man there are literally millions of sperms which run towards that egg jidho aur te mard aapas vich melde han aur us samay kai kai sperm de vichon johan jo han aurti di kokh vich jande he said millions unne kya lakhan 10 lakh and they all run to fertilize that one egg aur ਉਹ ਸਾਰੇ ਜੀਵਾਨੂ ਇੱਕ ਹੀ ਆਂਡੇ ਦੇ ਵਿੱਚ ਜਾਣ ਦਾ ਯਤਨ ਕਰ ਰਹੇ ਹੁੰਦੇ ਹਨ ਦੇ ਆਲ ਨੋ ਉਹ ਸਭ ਜਾਣਦੇ ਹਨ ਓਨਲੀ ਵਨ ਵਿਲ ਵਿਨ ਦਾ ਰੇਸ ਇਹਨਾਂ 10 ਲੱਖ ਜਵਾਨੀਆਂ ਜਵਾਨਵਾਂ ਨੂੰ ਪਤਾ ਹੁੰਦਾ ਆ ਕਿ ਸਾਡੇ ਵਿੱਚੋਂ ਇੱਕੋ ਹੀ ਆ ਜਿਹੜਾ ਇਸ ਦੌੜ ਨੂੰ ਜਿੱਤੇਗਾ ਦਾ ਰੈਸਟ ਵਿਲ ਡਾਈ ਬਾਕੀ ਸਭ ਮਰ ਜਾਣਗੇ ਆਮ ਥਿੰਕ ਆਫ ਥੈਟ ਇਹਦੇ ਬਾਰੇ ਸੋਚੋ ਐਂਡ ਹੀ ਸੈਡ ਜਸਟ THERE IS ONE WHICH FERTILIZES THAT EGG ਆਰ <laughs> ਉਸ ਇੱਕ ਦੇ ਬਾਰੇ ਸੋਚੋ ਜੋ ਕੱਲਾ ਹੀ ਆਂਡੇ ਦੇ ਵਿੱਚ ਜਾਂਦਾ ਹੈ ਐਂਡ ਹੀ ਸੈਡ ਵੈਨ that egg is fertilized you were born ਤੇ ਜਦੋਂ ਉਹ ਆਂਡੇ ਦੇ ਨਾਲ ਜੁੜ ਜਾਂਦਾ ਆ ਤੇ ਤੁਸੀਂ ਪੈਦਾ ਹੁੰਦੇ ਹੋ ਹੀ ਸੈਡ ਯੂ ਵਰਰੀ ਬਰਥ ਇਸ ਦਾ ਚੋਇਸ ਆਫ ਗੋਡ ਆਰ ਉਹਨੇ ਕਿਹਾ ਤੁਹਾਡਾ ਜਨਮ ਖੁਦਾ ਦਾ ਚੁਣਾਵ ਹੈ If God didn't want you to be born, you would not have been born. If I should say it like this: The day you were born or conceived in your mother's womb, there were millions of your potential brothers and sisters who could have come on this earth, they died that very minute. ਜਿਸ ਦਿਨ ਤੁਸੀਂ ਆਪਣੀ ਮਾਂ ਦੀ ਕੋਖ ਵਿੱਚ ਆਏ ਉਸੇ ਦਿਨ ਤੁਹਾਡੇ ਕਈ ਹੋਰ ਵੀ ਭੈਣਾਂ ਤੇ ਭਰਾ ਸਾਨੂੰ ਆਂਡੇ ਦੇ ਦੁਆਲੇ ਪਰ ਉਹ ਸਭ ਮਰ ਗਏ ਤੇ ਤੁਸੀਂ ਹੁਣ ਤੱਕ ਜਿਉਂਦੇ ਹੋ ਨਾ ਦੈਟਸ ਪ੍ਰੀਡੈਸਟੀਨੇਸ਼ਨ ਇਹ ਆ ਟਹਿਰਾਇਆ ਜਾਣਾ ਦੈਟ ਇਜ਼ ਦ ਚੋਇਸ ਆਫ ਗੋਡ ਇਹ ਖੁਦਾ ਦਾ ਚੁਣੌਬ ਹੈ ਐਂਡ ਦੈਨ ਥਿੰਕ ਫਿਰ ਸੋਚੋ ਮੈਨੀ ਆ ਬੌਰਨ ਕਈ ਹੋਰ ਪੈਦਾ ਹੋਏ ਐਂਡ ਮਿਲੀਅਨਸ ਆ ਬੌਰਨ ਔਰ ਲੱਖਾਂ ਪੈਦਾ ਹੁੰਦੇ ਹਨ ਇਫ ਯੂ ਥਿੰਕ ਆਫ ਦਾ ਸਟੈਟਿਸਟਿਕਸ ਯੋਰ ਮਾਈਂਡ ਸਟਾਰਟਸ ਮੂਵਿੰਗ ਲਾਈਕ ਥਿਸ ਔਰ ਜੇਕਰ ਤੁਸੀਂ ਇਸ ਦੇ ਬਾਰੇ ਸੋਚਣਾ ਸ਼ੁਰੂ ਕਰੋ ਤੇ ਤੁਹਾਡਾ ਦਿਮਾਗ ਘੁੰਮਣਾ ਸ਼ੁਰੂ ਕਰ ਦੇਵੇਗਾ ਆਊਟ ਆਫ ਦਾ ਮਿਲੀਅਨਸ ਔਰ ਇਹਨਾਂ ਲੱਖਾਂ ਦੇ ਵਿੱਚੋਂ ਇਟਸ ਯੂ Who got the message of Elijah ਇਹਨਾਂ ਲੱਖਾਂ ਹਜ਼ਾਰਾਂ ਦੇ ਵਿੱਚੋਂ ਤੁਸੀਂ ਹੋ ਜਿਨ੍ਹਾਂ ਨੂੰ ਏਲੀਆ ਦਾ ਸੰਦੇਸ਼ ਮਿਲਿਆ ਹੈ ਇਟਸ ਯੋਰ ਹਾਊਸ ਵੇ ਇਲਾਇਜਾ ਕੇਮ ਇਹ ਤੁਹਾਡਾ ਘਰ ਹੈ ਜਿਦੇ ਵਿੱਚ ਏਲੀਆ ਆਇਆ ਹੀ ਡਿਡਨਟ ਗੋ ਟੂ ਅਦਰਸ ਉਹ ਕਿਸੇ ਹੋਰ ਕੋਲ ਨਹੀਂ ਗਿਆ ਆਰ ਯੂਨ ਥੈਟ ਗ੍ਰੇਸ ਕੀ ਇਹ ਕਿਰਪਾ ਨਹੀਂ ਹੈ ਡਿਡ ਵੀ ਡੂ ਸਮਥਿੰਗ ਟੂ ਮੈਰਿਟ ਥੈਟ ਕੀ ਅਸੀਂ ਇਹਦੇ ਉੱਤੇ ਧਿਆਨ ਲਗਾ ਸਕਦੇ ਮੰਨਨ ਕਰ ਸਕਦੇ ਹਾਂ ਆਮ I'll tell you something brother that's more than amazing grace اور میں ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਅਦਭੁਤ ਕਿਰਪਾ ਤੋਂ ਵੀ ਕਿਤੇ ਵੱਧ ਕੇ ਆ ਵੀ ਕੈਨਟ ਇਵਨ ਥਿੰਕ ਆਫ ਇਟ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਇਸ ਕਿਰਪਾ ਦੇ ਬਾਰੇ ਸੋਚ ਵੀ ਨਹੀਂ ਸਕਦੇ ਹਾਊ ਗੋਡ ਹੈਜ਼ ਬੀਨ ਗ੍ਰੇਸ਼ੀਅਸ ਟੂ ਅਸ ਸਾਡਾ ਖੁਦਾ ਕਿੰਨਾ ਕਿਰਪਾਮਈ ਸਾਡੇ ਉੱਤੇ ਰਿਹਾ ਹੈ ਗੋਡ ਰੀਲੀ ਬlesਸ ਯੂ ਆਲ ਖੁਦਾਵੰਤ ਤੁਹਾਨੂੰ ਸਭ ਨੂੰ ਬੜੀ ਬਰਕਤ ਦੇਵੇ ਗੋਡ ਬlesਸ ਆ ਪਾਸਟਰ ਖੁਦਾਵੰਤ ਸਾਡੇ ਪਾਸਟਰ ਭਾਈ ਨੂੰ ਬਰਕਤ ਦੇਵੇ ਗੋਡ ਬlesਸ ਸਿਸਟਰ ਔਰ ਉਹਨਾਂ ਦੀ ਪਤਨੀ ਨੂੰ ਬਰਕਤ ਦੇਵੇ ਗੋਡ ਬlesਸ ਦ ਹੋਲ ਚਰਚ ਸਾਰੀ ਕਲੀਸੀਆ ਨੂੰ ਖੁਦਾਵੰ ਬਰਕਤ ਦੇਵੇ 올 ਆਫ ਯੂ ਹੂ ਆਰ ਹਿਅਰ ਔਰ ਤੁਹਾਨੂੰ ਸਭ ਨੂੰ ਬਰਕਤ ਦੇਵੇ ਜੋ ਤੁਸੀਂ ਇੱਥੇ ਆਏ ਹੋ ਗੋਡ ਰੀਅਲੀ ਬlesਸ ਯੂ ਪ੍ਰਭੂ ਤੁਹਾਨੂੰ ਬਰਕਤ ਦੇਵੇ ਅਮੇਨ ਅਮੇਨ ਲੈਟ ਮੀ ਗੋ ਲੈ ਲਹਿਡ ਵਿਦ ਯੂ ਪਲੀਜ਼ ਔਰ ਮੈਂ ਤੁਹਾਡੇ ਨਾਲ ਥੋੜਾ ਅੱਗੇ ਵਧਣਾ ਚਾਹੁੰਦਾ ਹਾਂ ਲੈਟ ਮੀ ਸ਼ੋ ਯੂ ਸਮਥਿੰਗ ਫਰਮ ਦ ਵਰਡ ਮੈਂ ਤੁਹਾਨੂੰ ਵਚਨ ਦੇ ਵਿੱਚੋਂ ਕੁਝ ਦਿਖਾਉਣਾ ਚਾਹੁੰਦਾ ਹਾਂ ਮੀ ਗੋਡ ਬlesਸ ਯੂ ਟੂ ਅੰਡਰਸਟੈਂਡ ਥੀਸ ਥਿੰਗਸ ਖੁਦਾਵੰ ਤੁਹਾਨੂੰ ਬਰਕਤ ਦੇਵੇ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਅੱਜ ਸਮਝ ਸਕੋ ਆਰ ਯੂ ਅੰਡਰਸਟੈਂਡਿੰਗ ਕਿ ਤੁਸੀਂ ਸਮਝ ਰਹੇ ਹੋ ਗੋਡ ਰੀਅਲੀ ਬlesਸ ਯੂ ਖੁਦਾ ਤੁਹਾਨੂੰ ਬਰਕਤ ਦੇਵੇ ਨਾ ਟੂਡੇ ਮਾਰਨਿੰਗ ਆਈ ਵੁੱਡ ਲਾਈਕ ਟੂ ਪਿਕ ਅਪ ਅ ਸਮਾਲ ਸਬਜੈਕਟ ਅੱਜ ਮੈਂ ਸੁਬਾ ਇੱਕ ਛੋਟੇ ਵਿਸ਼ੇ ਉੱਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ ਨਾਟ ਟੇਕ ਮਚ ਆਫ ਯੂਰ ਟਾਈਮ ਇੱਕ ਮਿੰਟ ਓਕੇ ਬ੍ਰਦਰ ਇਹਨਾਂ ਨੂੰ ਜੇਕਰ ਜਾਣਾ ਤਾਂ ਜਲਦੀ ਉੱਠ ਕੇ ਚਲੇ ਜਾਓ ਦੇਖੋ ਕਿ ਨਹੀਂ ਡਿਸਟਰਬੈਂਸ ਹੋ ਰਹੀ ਹੈ ਜੇ ਉਹ ਬੁਲਾ ਰਹੇ ਹਨ ਤੇ ਜਲਦੀ ਚਲੇ ਜਾਓ ਸ਼ੈਲ ਸ਼ੈਲ ਵੀ ਕੰਟੀਨਿਊ ਆਨ ਯੈਸ ਪਲੀਜ਼ ਗੋਡ ਬlesਸ ਯੂ ਖੁਦਾਨ ਤੁਹਾਨੂੰ ਬਰਕਤ ਦੇਵੇ ਨਾਓ ਟਰਾਈ ਟੂ ਹੀਅਰ ਦਿਸ ਵਰਡ ਇਸ ਵਚਨ ਨੂੰ ਸੁਣਨ ਦੀ ਕੋਸ਼ਿਸ਼ ਕਰੋ ਵਿਦ ਯੋਰ ਅਨਡਿਵਾਈਡਡ ਅਟੈਂਸ਼ਨ ਤੇ ਆਪਣਾ ਧਿਆਨ ਇੱਧਰ ਉੱਧਰ ਨਾ ਹਟਾਉਂਦੇ ਹੋਏ ਟਰਾਈ ਟੂ ਕੈਚ ਦਾ ਵਰਡ ਵਚਨ ਨੂੰ ਪਕੜਨ ਦਾ ਯਤਨ ਕਰੋ ਗੋਡ ਰੀਲੀ ਬlesਸ ਯੂ ਖੁਦਾਨ ਤੁਹਾਨੂੰ ਬਰਕਤ ਦੇਵੇ ਨਾਓ ਫੋਰ ਅ ਲਿਟਲ ਟਾਈਮ ਆਈ ਊਡ ਲਾਈਕ ਟੂ ਪਿਕ ਅਪ ਅ ਸਮਾਲ ਸਬਜੈਕਟ थोड़े समय दे लई मैं एक छोटा विषय तुहाडे सामने रखना चाहुंदा हां बेबी जस्ट 1 टू 1 एंड हाफ आवर्स और मैं सिर्फ आधा को घंटा तुहाडे नाल बोलांगा आई सेड वन ब्रदर 1 टू 1 एंड हाफ आवर्स ओके मैं डेढ़ को घंटा तुहाडे नाल गल करांगा टू फिनिश अप दिस मीटिंग और मैं इस मीटिंग नु समाप्त करांगा सो दैट वी कैन स्टार्ट आवर इवनिंग मीटिंग आल्सो ऑन टाइम ताकि assi sham di sabha vi time de naal shuru kar paiye टू हियर समथिंग ताकि assi kujh hor sun paiye बट बी केयरफुल व्हाट वी ਬੜੇ ਧਿਆਨਪੂਰਵਕ ਹੋਵੋ ਉਸ ਦੇ ਉੱਤੇ ਜੋ ਅਸੀਂ ਪ੍ਰਚਾਰ ਕਰ ਰਹੇ ਹਾਂ Let us try to focus now on this group ਆਓ ਅਸੀਂ ਇਸ ਝੁੰਡ ਦੇ ਉੱਤੇ ਧਿਆਨ ਲਗਾਈਏ And this is what it will be my subject ਆਰ ਮੇਰਾ ਵਿਸ਼ਾ ਵੀ ਇਹੀ ਹੋਵੇਗਾ Who is this bride ਇਹ ਦੁਲਹਨ ਕੌਣ ਹੈ Let's try to now find out ਆਓ ਅਸੀਂ ਇਹਦੀ ਖੋਜ ਕਰੀਏ ਕਿ ਇਹ ਦੁਲਹਨ ਕੌਣ ਹੈ

ਕਿਉਂਕਿ ਬਾਈਬਲ ਆਖਦੀ ਹੈ ਤਨ ਅਤੇ ਮੁਬਾਰਕ ਹੈ ਉਹ ਜਿਹੜਾ ਪਹਿਲੀ ਕਿਆਮਤ ਵਿੱਚ ਜਾਂਦਾ ਹੈ ਐਂਡ ਔਨ ਸੱਚ ਅ ਪਰਸਨ ਆਰ ਇਸ ਕਿਸਮ ਦਾ ਵਿਅਕਤੀ ਦ ਸੈਕੰਡ ਡੈਥ ਹੈਜ਼ ਨੋ ਪਾਰਟ ਆਰ ਜਿਹੜਾ ਪਹਿਲੀ ਕਿਆਮਤ ਵਿੱਚ ਜਾਂਦਾ ਉਹਦਾ ਉਹਦੇ ਉੱਤੇ ਦੂਸਰੀ ਮੌਤ ਦਾ ਕੋਈ ਵਸ ਨਹੀਂ ਹੈ God really bless you. ਖੁਦਾਵੰਤਾਂ ਨੂੰ ਬਰਕਤ ਦੇਵੇ। I think you all have got your bibles with you. ਔਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਹਾਡੇ ਸਭ ਦੇ ਕੋਲ ਤੁਹਾਡੀ ਬਾਈਬਲ ਹੈ। Let us try to find out who these people are. ਆਓ ਅਸੀਂ ਦੇਖੀਏ ਕਿ ਇਹ ਲੋਕ ਕੌਣ ਹਨ। Let us start from the bible and then we go into the message. ਆਓ ਅਸੀਂ ਬਾਈਬਲ ਦੇ ਵਿੱਚੋਂ ਦੇਖੀਏ ਉਸ ਤੋਂ ਬਾਅਦ ਅਸੀਂ ਸੰਦੇਸ਼ ਵਿੱਚ ਜਾਵਾਂਗੇ। And try to understand what kind of a group this prophet was preaching to. ਔਰ ਅਸੀਂ ਦੇਖਾਂਗੇ ਕਿ ਉਹ ਕਿਹੜੀ ਕਿਸਮ ਦਾ ਝੁੰਡ ਸੀ। ਜਿਹਨੂੰ ਵਿਲੀਅਮ ਬ੍ਰਾਨਮ ਪ੍ਰਚਾਰ ਕਰ ਰਿਹਾ ਸੀ ਰਿਵਿਲੇਸ਼ਨ 20 ਆ ਪ੍ਰਕਾਸ਼ਿਤਵਾ ਕਿਹਾ 20 ਅਧਿਆਏ ਐਂਡ ਵੀ ਆ ਰੀਡਿੰਗ ਵਰਸ 4 ਆ ਅਸੀਂ ਚੌਥੀ ਆਇਤ ਉਹ ਪੜ ਰਹੇ ਆ ਐਂਡ ਆਈ ਸੋ ਥਰونز ਐਂਡ ਦੇ ਸੈਟ ਅਪਨ ਥੈਮ ਐਂਡ ਜਜਮੈਂਟ ਵਾਸ 기ਵਨ ਅੰਟੂ ਥੈਮ ਵਰਸ 4 ਯੈਸ ਨੋ ਪ੍ਰੋਬਲਮ ਬ੍ਰਦਰ ਬ੍ਰਦਰ ਮੈਂ ਗੱਦੀਆਂ ਵੇਖੀਆਂ ਅਤੇ ਉਹ ਉਹਨਾਂ ਉੱਤੇ ਬੈਠੇ ਹੋਏ ਸਨ ਅਤੇ ਨਿਆਂ ਕਰਨ ਦਾ ਉਹਨਾਂ ਨੂੰ ਇਖਤਿਆਰ ਦਿੱਤਾ ਗਿਆ ਜਸਟ ਥਿੰਕ ਆਫ ਥਿਸ ਇਹਦੇ ਬਾਰੇ ਵਿੱਚ ਸੋਚੋ ਥਰ ਇਜ਼ ਅ ਗਰਪ ਹੇ ਇਟ ਟੇਕ ਅ ਗਰਪ ਹੈ Who are now sitting on the thrones ਇਹ ਉਹ ਗਰਪ ਹੈ ਜਿਹੜਾ ਗੱਦੀਆਂ ਉੱਤੇ ਬੈਠਾ ਹੋਇਆ ਗੋਡ ਇਸ ਗਿਵਿੰਗ them a throne ਖੁਦਾ ਉਹਨਾਂ ਨੂੰ ਸਿੰਘਾਸਨ ਦੇ ਰਿਹਾ ਹੈ ਗੋਡ ਇਸ ਗਿਵਿੰਗ them authority ਖੁਦਾ ਉਹਨਾਂ ਨੂੰ ਇਖਤਿਆਰ ਦੇ ਰਿਹਾ ਹੈ ਐਂਡ ਗੋਡ ਇਸ ਪੁਟਿੰਗ ਜਜਮੈਂਟ ਇਨ their hands ਔਰ ਖੁਦਾ ਉਹਨਾਂ ਦੇ ਹੱਥ ਵਿੱਚ ਨਿਆਂ ਦੇ ਰਿਹਾ ਹੈ

ਔਰ ਜਿਹੜੇ ਵਿਵਸਥਾ ਨੂੰ ਜਾਂ ਲਾਅ ਨੂੰ ਕਾਨੂੰਨ ਨੂੰ ਪੜ੍ਹਦੇ ਹਨ ਉਹ ਜਾਣਦੇ ਹਨ ਆਈ ਥਿੰਕ ਯੂ ਆਲ ਮਸਟ ਬੀ ਫੈਮਿਲੀਅਰ ਵਿਦ ਐਡਵੋਕੇਟਸ ਤੁਹਾਡੇ ਵਿੱਚੋਂ ਸਾਰੇ ਐਡਵੋਕੇਟ ਨੂੰ ਜਾਣਦੇ ਹਨ ਐਂਡ ਯੂ نو ਵਾਟ ਅ ਕੋਰਟ ਇਜ਼ ਔਰ ਤੁਹਾਨੂੰ ਪਤਾ ਕਿ ਕੋਰਟ ਕਚਹਿਰੀ ਕੀ ਹੁੰਦੀ ਹੈ ਬਿਫੋਰ ਅ ਮੈਨ ਕੈਨ ਸਿਟ ਔਨ ਦਟ ਸੀਟ ਆਫ ਜਜ ਇਸ ਤੋਂ ਪਹਿਲਾਂ ਕਿ ਕੋਈ ਮਨੁੱਖ ਨਿਆਦੀਸ਼ ਦੀ ਕੁਰਸੀ ਉੱਤੇ ਬੈਠੇ ਹੀ ਮਸਟ ਹੈਵ ਰੈਡ ਦ ਬੁੱਕ ਆਫ ਲਾਅ which deals with every issue in that country is to pehla ke koi munokh us niandish wali kursi te baithe sab to pehlo onu us country de siddhant de barech kanoon de barech padna painda hai there's one thing which you find in that officers aur office karyalaya de vich ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਰਹਿੰਦੇ ਹੋ ਵਾਟ ਹੈਵ ਯੂ ਸੀਨ ਇਫ ਯੂ ਹੈਵ ਗੋਨ ਥੇਰ ਔਰ ਤੁਸੀਂ ਦੇਖ ਚੁੱਕੇ ਹੋਵੋਗੇ ਜੇਕਰ ਤੁਸੀਂ ਉੱਥੇ ਕਦੇ ਗਏ ਹੋ ਵਾਟ ਡੂ ਦੇ ਹੈਵ ਉਹ ਕੀ ਕਰਦੇ ਹਨ ਬੁక్స్ ਐਂਡ ਬੁక్స్ ਐਂਡ ਬੁక్స్ ਐਂਡ ਉਹਨਾਂ ਦੇ ਕੋਲ ਕੀ ਹੁੰਦਾ ਹੈ ਕਿਤਾਬਾਂ 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 ਸੱਚ ਐਂਡ ਸੱਚ ਕੇਸ ਫੌਟ ਇਨ ਥੈਟ ਈਅਰ ਔਰ ਉਹਨਾਂ ਕੋ ਕਿਤਾਬਾਂ ਹੁੰਦੀਆਂ ਨੇ ਕਿ ਇਹ ਵਾਲਾ ਕੇਸ ਇਸ ਸਾਲ ਹੋਇਆ ਸੀ ਇਹ ਵਾਲਾ ਕੇਸ ਇਸ ਸਾਲ ਹੋਇਆ ਸੀ ਸੱਚ ਐਂਡ ਸੱਚ ਕੇਸ ਫੌਟ ਬੀਟਵੀਨ ਥੀਸ ਟੂ ਇਨ ਥੈਟ ਪਾਰਟਿਕੂਲਰ ਈਅਰ ਔਰ ਉਹਨਾਂ ਕੋ ਕਿਤਾਬਾਂ ਰੱਖੀਆਂ ਹੁੰਦੀਆਂ ਹਨ ਕਿ ਇਸ ਕਿਸਮ ਦਾ ਕੇਸ ਜੋ ਹੈ ਉਸ ਖਾਸ ਸਾਲ ਦੇ ਵਿੱਚ ਇਸ ਤਰ੍ਹਾਂ ਹੋਇਆ ਸੀ ਐਂਡ 올 ਦੈਟ ਇੰਡੀਅਨ ਪੀਨਲ ਕੋਡ ਇਜ਼ देयर ਇਨ ਦੈਟ ਬੁੱਕ ਵਿਦ them। ਔਰ ਸਾਰਾ ਜੋ ਭਾਰਤ ਦਾ ਕਾਨੂੰਨ ਹੈ ਉਹਨਾਂ ਕਿਤਾਬਾਂ ਦੇ ਵਿੱਚ ਉਹਨਾਂ ਨੇ ਪਿੰਨ ਕਰਕੇ ਜੋੜ ਕੇ ਰੱਖਿਆ ਹੁੰਦਾ ਹੈ। ਇਟਸ ਦੈਨ ਐਂਡ ਓਨਲੀ ਦੈਨ ਦੈਟ ਦੇ ਕੈਨ ਸਿਟ ਔਨ ਦ ਸੀਟ ਔਫ ਅ ਜੱਜ ਔਰ ਬੀ ਐਨ ਐਡਵੋਕੇਟ। ਔਰ ਉਹਨਾਂ ਕਿਤਾਬਾਂ ਨੂੰ ਉਹ ਉਦੋਂ ਹੀ ਖੋਲਦੇ ਹਨ ਜਦੋਂ ਉਹ ਇੱਕ ਨਿਆਂਦੀਸ਼ ਵਾਲੀ ਕੁਰਸੀ ਤੇ ਬੈਠਦੇ ਹਨ। ਆਮ ਸੇਇੰਗ when they have that knowledge then and only then they can sit okay. as a judge jado ohna nu knowledge ho jandi gyan ho janda ya inna vyavasthawaan da qanoon da us samay ho jaake nyandeesh wali kursi te baithde han so now but what's happening here hun aithe ki ho reha hai these people a log who are in that first resurrection jo pehli qiyamah de vich han god is giving them judgement in their hands khuda inna de hath vich That they should sit and judge the people. How can they do that? It's only that group who knows the law of God. Then their houses must be filled with some books. ਫਿਰ ਉਹਨਾਂ ਦੇ ਘਰ ਕੁਝ ਕਿਤਾਬਾਂ ਨਾਲ ਭਰੇ ਹੋਣੇ ਚਾਹੀਦੇ ਹਨ ਐਂਡ ਦੇ ਮਸਟ ਹੈਵ ਰੈਡ ਦ ਬੁੱਕ ਆਫ ਲਾਅ ਔਰ ਉਹਨਾਂ ਨੂੰ ਵਿਵਸਥਾ ਦੀ ਕਿਤਾਬ ਪੜ੍ਹ ਲੈਣੀ ਚਾਹੀਦੀ ਜਾਂ ਪੜ੍ਹੀ ਹੋਣੀ ਚਾਹੀਦੀ ਹੈ And you know the message. God didn't give that book to everybody. But in the last church age, when the mighty angel came down, he brought that seven sealed book of redemption and gave it to only one man, and that is John. and that john is a bride are yohanna dulhan hain that means ida matlab these ones who are in the first resurrection ida matlab eh jo pehli qayamat vich han these one who qualify to be called the bride eh oh log jinna nu dulhan akha ja rya who are made the judges jinna nu nyay bnda ditta gaya they know the judgments of god ida matlab oh khuda de nyawaan nu jande han that means they have read some book iska matlab hai inanne kuch kitabaan padhiyan han because without that knowledge kyunke us gyan to bina they cannot sit on that seat bina gyan de us gaddi utte nahi baith sakde dekhe not judge the cases oh kise vi case da nyayan nahi kar sakde they will give a wrong judgement je corona nu kitab unanne kitab nahi padhi te oh kise da galat nyayan kar denge That's why it's so important. That they must have read a book. I understanding? Then what about those who didn't read the book? Or who didn't get, and, uh, who didn't get the book? You know what? ਤਾਨੂੰ ਪਤਾ ਕੀ ਹੋਵੇਗਾ ਆਨਸਰ ਇਜ਼ ਵੈਰੀ ਸਿੰਪਲ ਇਹਦਾ ਉੱਤਰ ਬੜਾ ਸਧਾਰਨ ਹੈ ਦੇ ਆਰ ਦਾ ਕੇਸਸ ਦੈਟ ਵਿਲ ਬੀ ਜਜਡ ਜਿਨ੍ਹਾਂ ਨੂੰ ਕਿਤਾਬ ਨਹੀਂ ਮਿਲੀ ਇਹ ਉਹੀ ਲੋਕ ਹਨ ਜਿਨ੍ਹਾਂ ਦਾ ਨਿਆਂ ਕੀਤਾ ਜਾਵੇਗਾ ਬਸ ਦੋਸ ਹੂ ਰੀਸੀਵਡ ਦਾ ਬੁੱਕ ਪਰ ਜਿਨ੍ਹਾਂ ਨੂੰ ਕਿਤਾਬ ਮਿਲੀ ਹੈ ਦੇ ਆਰ ਨੋਟ ਗੋਇੰਗ ਟੂ ਬੀ ਜਜਡ

ਤੁਹਾਨੂੰ ਪਤਾ ਹੈ ਨਿਆਂधीश ਨੂੰ ਧਰਮੀ ਹੋਣਾ ਚਾਹੀਦਾ ਹੈ ਲੋਕ ਸਭ ਮੰਗ ਕਰਦੇ ਆ ਕਿ ਨਿਆਂधीश ਧਰਮੀ ਹੋਣਾ ਚਾਹੀਦਾ ਬਟ ਇਫ ਅ ਜੱਜ ਟੇਕ ਸਮ ਬ੍ਰਾਈਬ ਪਰ ਜੇਕਰ ਜੱਜ ਵੱਡੀ ਲੈ ਲਵੇ ਐਂਡ ਗਿਵ ਅ ਪਰਵਰਟਡ ਜਜਮੈਂਟ অর ਉਹ ਇੱਕ ਪਰਵਰਟਡ ਇੱਕ ਵਿਗੜਾ ਹੋਇਆ ਨਿਆਂ ਕਰੇ ਇੱਕ ਧੋਖੇ ਵਾਲਾ ਨਿਆਂ ਕਰੇ because he has taken money from somebody ਕਿਉਂਕਿ ਉਹਨੇ ਕਿਸੇ ਕੋਲੋਂ ਵੱਡੀ ਲੈ ਲਈ ਹੋਈ ਹੈ ਪੱਖਪਾਤ ਕਰਦਾ ਹੈ then soon he will lose his place ਤੇ ਯਾਦ ਰੱਖੋ ਫਿਰ ਉਹ ਜਲਦੀ ਤੋਂ ਜਲਦੀ ਆਪਣੀ ਜਗ੍ਹਾ ਗਵਾ ਲਵੇਗਾ he cannot be a judge ਇਹ ਉਹ ਨਿਆਦੀਸ਼ ਨਹੀਂ ਹੋ ਸਕਦਾ ਆਰ ਯੂ ਅੰਡਰਸਟੈਂਡਿੰਗ ਕੀ ਤੁਸੀਂ ਸਮਝ ਰਹੇ ਹੋ ਟੂ ਬੀ ਅ ਰਾਈਟ ਕਾਈਂਡ ਆਫ ਅ ਜਜ you don't function by money and popularity and favoritism you function by the book કે ਜੇਕਰ ਤੁਸੀਂ ਇੱਕ ਧਰਮੀ ਨਿਆਂ ਦੀਸ਼ ਬੰਨਾ ਹੈ ਤਾਂ ਤੁਹਾਨੂੰ ਪੈਸੇ ਦੇ ਨਾਲ ਕੋਈ ਸਬੰਧ ਨਹੀਂ ਰੱਖਣਾ ਪਵੇਗਾ ਤੁਹਾਡਾ ਸਬੰਧ ਸਿਰਫ ਕਿਤਾਬ ਦੇ ਨਾਲ ਹੋਣਾ ਚਾਹੀਦਾ ਹੈ ਆਰ ਯੂ ਅੰਡਰਸਟੈਂਡਿੰਗ ਕੀ ਤੁਸੀਂ ਸਮਝ ਰਹੇ ਹੋ ਐਂਡ that is something to understand even today ਔਰ ਅੱਜ ਤੁਹਾਨੂੰ ਕੁਝ ਸਮਝਣ ਦੀ ਜ਼ਰੂਰਤ ਹੈ ਸੋ देयर ਆ ਸਮ ਕੁਆਲੀਫਿਕੇਸ਼ਨਸ ਦੈਟ ਗੋਜ਼ ਔਨ ਟੂ ਬੀ ਅ ਜਜ ਔਰ ਜੱਜ ਹੋਣ ਦੇ ਲਈ ਇੱਕ ਕੁਆਲੀਫਿਕੇਸ਼ਨ ਇੱਕ ਸਤਰ ਹੈ ਜੋ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਐਂਡ ਮਾਈਂਡ ਯੂ ਹੂ ਆ ਥੀਸ ਹੂ ਆ ਗੋਇੰਗ ਟੂ ਜੱਜ ਔਰ ਫਿਰ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਆ ਕੌਣ ਹਨ ਜੋ ਨਿਆਂ ਕਰਨ ਜਾ ਰਹੇ ਆ 1 ਡੇ ਦੇ ਵਰ ਜੱਜਡ ਇਹ ਜੋ ਨਿਆਂ ਕਰਨ ਜਾ ਰਹੇ ਹਨ ਇੱਕ ਦਿਨ ਇਹਨਾਂ ਦਾ ਨਿਆਂ ਕੀਤਾ ਗਿਆ ਸੀ and the blood of jesus christ justified them aur yeshu masih de lahu ne inna nu dharmī tahrāyā brought them to a place aur ohna nu ik jagah te le āndā that they have never sinned in the first place aur ek aisi jagah te le ā ke khada kar ditta ke jithe inna ne kade paap kītā hi nahi hai then god says phir khuda ne ākhyā i have given you the book main tuhanu kitab ditti hai now you judge the nations

ਆਪਣਾ ਨਿਆਂ ਕਰਨ ਦੇ ਲਈ ਕੋਰਟ ਵਿੱਚ ਕਚਹਿਰੀਆਂ ਵਿੱਚ ਕਿਉਂ ਜਾਂਦੇ ਹੋ ਜਸ ਥਿੰਕ ਆਫ ਥਿਸ ਇਹਦੇ ਬਾਰੇ ਸੋਚੋ ਹਾਊ ਕੈਨ ਬORN ਅਗੇਨ ਕ੍ਰਿਸਚIANS ਬੀ ਜਜਡ ਬਾਇ ਦੋਸ ਹੂ ਆਰ ਨਾਟ ਬORN ਅਗੇਨ ਇੱਕ ਨਵਾਂ ਜਨਮ ਪਾਇਆ ਹੋਇਆ ਬੰਦਾ ਉਹਨਾਂ ਲੋਕਾਂ ਦੁਆਰਾ ਕਿਵੇਂ ਧਰਮੀ ਠਹਿਰਾਇਆ ਜਾ ਸਕਦਾ ਜਿਨ੍ਹਾਂ ਦਾ ਹਾਲੇ ਨਵਾਂ ਜਨਮ ਹੋਇਆ ਹੀ ਨਹੀਂ ਹਾਊ ਕੈਨ ਦ ਕੇਸਿਸ ਅਮੰਗਸ ਯੂ ਬੀ ਸੋਲਵਡ ਬਾਇ ਅਨਰਾਈਟਸ ਜਜਜਸ ਕਿਸੇ

ਆਪਣੇ ਵਿੱਚ ਹੀ ਹੱਲ ਕਰੋ बिकॉज ਯੂ ਆਰ ਗoing ਟੂ ਜਸਟ ਥਿਸ ਅਰਥ ਕਿਉਂਕਿ ਤੁਸੀਂ ਤੇ ਜਗਤ ਦਾ ਨਿਆ ਕਰਨ ਜਾ ਰਹੇ ਹੋ ਆਰ ਯੂ ਅੰਡਰਸਟੈਂਡਿੰਗ ਇਹ ਤੁਸੀਂ ਸਮਝ ਰਹੇ ਹੋ ਥੈਨ ਵਾਟ ਹੈਪਨਸ ਟੂ ਦੋਸ ਹੂ ਗੋ ਟੂ ਸੱਚ ਪਲੇਸਸ ਫਿਰ ਉਹਨਾਂ ਦੇ ਬਾਰੇ ਕੀ ਜਿਹੜੇ ਇਹੋ ਜਿਹੇ ਸਥਾਨਾਂ ਤੇ ਜਾ ਕੇ ਆਪਣਾ ਨਿਆ ਲੱਭਦੇ ਆ ਦੈਟਸ ਦ ਵੇ ਆਫ ਦ ਵਰਲਡ ਇਹ ਸੰਸਾਰ ਦਾ ਤਰੀਕਾ ਆ ਬਟ ਨੋਟ ਵਿਦ ਰੀਅਲ ਬੀਲੀਵਰਸ ਪਰ ਅਸਲੀ ਸੱਚੇ ਵਿਸ਼ਵਾਸੀ ਦਾ ਤਰੀਕਾ ਨਹੀਂ ਹੈ ਰੀਅਲ ਬੀਲੀਵਰ ਸੀ ਈਚ ਅਦਰ ਅੰਡਰ ਦ ਬਲੱਡ ਕਿਉਂਕਿ ਅਸਲੀ ਸੱਚਾ ਵਿਸ਼ਵਾਸੀ ਹਰੇਕ ਨੂੰ ਲਹੂ ਦੇ ਥੱਲੇ ਵੇਖਦਾ ਹੈ ਆਮੀਨ ਹਿਸ ਬ੍ਰਦਰ ਐਂਡ ਹਿਸ ਸਿਸਟਰ ਉਹ ਆਪਣੇ ਭਰਾ ਤੇ ਆਪਣੀ ਭੈਣ ਨੂੰ ਐਂਡ ਦੈਟਸ ਵਾਈ ਦੇ ਸੋਲਵ ਇਟ ਅਮੰਗਸ ਦੇਮ ਸੈਲਵਜ਼ ਕਿਵੇਂ ਕਰਕੇ ਉਹ ਆਪਣੇ ਮਸਲੇ ਆਪਸ ਵਿੱਚ ਹੱਲ ਕਰਦੇ ਆ ਅਰ ਯਾ ਦੈਟ ਵਿਲ ਬੀ ਅ ਡਿਫਰੈਂਟ ਸਟੋਰੀ ਇਫ ਸੰਬਾਡੀ ਇਜ਼ ਨਾਟ ਬੌਰਨ ਅਗੇਨ ਔਰ ਉਸਦਾ ਮਸਲਾ ਅਲੱਗ ਹੋ ਸਕਦਾ ਜਿਹਦਾ ਹਲੇ ਨਵਾਂ ਜਨਮ ਹੀ ਨਹੀਂ ਹੋਇਆ ਦੈਟਸ ਰਾਈਟ ਇਹ ਬਿਲਕੁਲ ਠੀਕ ਹੈ But those who are born again, they solve it amongst themselves. Because they will judge the world. We are trying to find out who is this bride? That's the main thing. Judgment is given unto them. ਅਨਿਆ ਕਰਨ ਦਾ ਅਧਿਕਾਰ ਉਹਨਾਂ ਨੂੰ ਦਿੱਤਾ ਗਿਆ ਐਂਡ ਦਾ ਬਾਈਬਲ ਸੇਜ਼ ਇਨ ਵਰਸ 4 ਐਂਡ ਆਈ ਸੋ ਦ ਸੋਲਸ ਆਫ them that were beheaded for the witness of Jesus and for the word of God ਆਇਆ ਇਹਨਾਂ ਦੀ ਪਹਿਚਾਨ ਕੈਨ ਆਈ ਸੇ ਇਟ ਯੈਸ ਬ੍ਰਦਰ ਇਹ ਆ ਇਹਨਾਂ ਦੀ ਪਹਿਚਾਨ ਇਹ ਜੋ ਜੱਜ ਬਣੇ ਹਨ ਇੱਥੇ ਲਿਖਿਆ ਹੈ ਵਰਸ 4 ਮੈਂ ਗੱਡੀਆਂ ਵੇਖੀਆਂ ਅਤੇ ਉਹ ਉਹਨਾਂ ਉੱਤੇ ਬੈਠੇ ਹੋਏ ਹਨ ਅਤੇ ਨਿਆਂ ਕਰਨ ਦਾ ਇਖਤਿਆਰ ਉਹਨਾਂ ਨੂੰ ਦਿੱਤਾ ਗਿਆ ਅਤੇ ਮੈਂ ਉਹਨਾਂ ਦੇ ਜੀਵਾਂ ਨੂੰ ਵੇਖਿਆ ਜਿਨ੍ਹਾਂ ਦੇ ਸਿਰ ਯਿਸੂ ਦੀ ਗਵਾਹੀ ਦੇ ਕਾਰਨ ਅਤੇ ਖੁਦਾ ਦੇ ਬਚਨ ਦੇ ਕਾਰਨ ਵੱਡੇ ਗਏ ਸਨ ਅਤੇ ਜਿਨ੍ਹਾਂ ਉਸ ਦਰਿੰਦੇ ਦੀ ਜਾਂ ਉਸ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ this is the address identification of that group ਇਹ ਹੈ ਉਸ ਗਰੁੱਪ ਦੀ ਪਹਿਚਾਨ ਦੇ ਵਰ ਬੀ ਹੈਡਡ ਫਾਰ ਦਾ ਵਿਟਨੈਸ ਆਫ ਜੀਸਸ ਇਹ ਉਹ ਝੁੰਡ ਹੈ ਜਿਹੜਾ ਯੇਸ਼ੂ ਦੀ ਗਵਾਹੀ ਦੇ ਕਾਰਨ ਕੱਟਿਆ ਗਿਆ ਐਂਡ ਫਾਰ ਦਾ ਵਰਡ ਆਫ ਗੋਡ ਖੁਦਾ ਦੇ ਵਚਨ ਦੇ ਕਾਰਨ ਨਾਊ ਵੀ ਨੋ ਦੈਟ ਇਜ਼ ਇਨ ਸੈਵਨ ਚਰਚ 에ਜਸ ਅਸੀਂ ਜਾਣਦੇ ਆ ਇਹਨਾਂ ਸੱਤ ਕਲੀਸਿਆ ਕਾਲਾਂ ਦੇ ਅੰਦਰ ਮੈਨੀ ਟਰੂ ਕ੍ਰਿਸਚੀਅਨਸ ਲੌਸਡ ਥੇਅਰ ਲਾਈਵਸ ਸੱਚੇ ਮਸੀਹਾ ਨੇ ਆਪਣੀਆਂ ਜਾਨਾਂ ਗਵਾ ਲਈਆਂ ਫਾਰ ਦਾ ਪ੍ਰੀਚਿੰਗ ਆਫ ਦਾ ਟਰੂ ਗੋਸਪਲ ਸੱਚੀ ਸੱਚੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੇ ਕਾਰਨ ਟੂ ਪ੍ਰੀਜ਼ ਦਾ ਟੈਸਟੀਮਨੀ ਆਫ ਜੀਸਸ ਕ੍ਰਾਈਸਟ ਯੇਸ਼ੂ ਮਸੀਹ ਦੀ ਗਵਾਹੀ ਦਾ ਪ੍ਰਚਾਰ ਕਰਨ ਦੇ ਕਾਰਨ ਬਟ ਇਟ ਕੁਐਲਿਫਾਈਸ ਸਮ ਮੋਰ ਪੀਪਲ ਇਹ ਕੁਝ ਹੋਰ ਲੋਕਾਂ ਦੇ ਬਾਰੇ ਬਿਆਨ ਕਰਦਾ ਹੈ ਇਟ ਸੇਜ਼ ਐਂਡ ਦੋਜ਼ ਹੂ ਡਿਡਨਟ ਵਾਇਸ਼ਿਪ ਦਾ ਬੀਸਟ ਇਹ ਉਹ ਝੁੰਡ ਹੈ ਜਿਸਨੇ ਦਰਿੰਦੇ ਦੀ ਉਪਾਸਨਾ ਨਹੀਂ ਕੀਤੀ ਥਰ ਇਜ਼ ਸਮ ਬੀਸਟ

who have not worshiped the beast ae oh logan jo pehli qayamat vich jaan ge jinna ne us dorinde di moorti di upasna nahi kiti si they have not received his mark upon their foreheads aur ae oh ne us dorinde da nishan apne mathe utte nahi lavaya si in the hands na hi hath utte and they lived and reigned with christ a thousand years Or O masih de naal ਹਜ਼ਾਰ ਵਰੇ ਜਿਉਂਦੇ ਰਹੇ ਲੈਟਸ ਟਰਨ ਟੂ ਅਨਦਰ ਸਕ੍ਰਿਪਚਰ ਨਾਓ ਆਓ ਅਸੀਂ ਅਗਲੀ ਹਾਇਟ ਵਿਦ ਚਲਦੇ ਆਂ ਡਨ ਵਿਦ ਮੀ ਟੂ ਰਿਵਿਲੇਸ਼ਨ 13 ਆਓ ਮੇਰੇ ਨਾਲ ਪ੍ਰਕਾਸ਼ਿਤ ਵਾਕਿਆ 13ਵੇਂ ਅਧਿਆਏ ਵਿੱਚ ਖੁਰ ਚਲੀਏ ਥਿਸ ਇਜ਼ ਵੇਅਰ 댓 ਬੀਸਟ ਇਜ਼ ਮੈਂਸ਼ਨਡ ਔਰ 에थे ਉਹ ਦਰਿੰਦਾ ਹੈ ਜਿਹਦੇ ਬਾਰੇ ਦੱਸਿਆ ਗਿਆ ਹੈ ਨਾਊ ਯੂ ਹੂ ਆਰ ਓਲਰੀ ਇਨ ਦਾ ਮੈਸੇਜ ਔਰ ਤੁਸੀਂ ਸਭ ਸੰਦੇਸ਼ ਦੇ ਵਿੱਚ ਹੋ ਯੂ نو ਹੂ ਦਾ ਬੀਸਟ ਇਜ਼ ਔਰ ਤੁਸੀਂ ਜਾਣਦੇ ਹੋ ਕਿ ਇਹ ਦਰਿੰਦਾ ਕੌਣ ਹੈ ਥਿਸ ਇਜ਼ ਅ ਰੋਮਨ ਪਾਵਰ 에 रोमन शक्ति है हां मनी आप यू नो दैट रेज और जो कितने लोग जानते हैं आ आमीन आमीन गॉड रियली ब्लेस यू खुदावंत आपको सब नु बहुत बरकत देवे लेट्स रीड अ स्क्रिप्टचर आओ वचन पढ़दे हां बस 8 ऑफ रेवलेशन 13 13वें दे आय दी 8वीं आयत नु assi padde ha yes brother you can अते धरती दे वासी सबे ओनु मथा टेकनगे अर्थात हरेक जिदा नाव उस लेले दी जेड़ा कोया गया सी ਜੀਵਨ ਦੀ ਪੋਥੀ ਵਿੱਚ ਜਗਤ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ ਇਟਸ ਸੈਟ ਇਨ ਵੈਰੀ ਵੈਰੀ ਕਲੀਅਰ টারਮਸ ਇਹ ਬੜੇ ਸਪਸ਼ਟ ਰੂਪ ਵਿੱਚ ਦੱਸਿਆ ਗਿਆ ਹੈ only those will worship that beast whose names are not in the lamb's book of life ਇਥੇ ਦੱਸਿਆ ਗਿਆ ਹੈ ਕਿ ਸਿਰਫ ਉਹੀ ਉਸ ਦਰਿੰਦੇ ਦੀ ਉਪਾਸਨਾ ਕਰਨਗੇ ਜਿਨ੍ਹਾਂ ਦਾ ਨਾਮ ਮੇਮਣੇ ਦੇ ਜੀਵਨ ਦੀ ਕਿਤਾਬ ਵਿੱਚ ਨਹੀਂ ਲਿਖਿਆ ਗਿਆ but those whose names are there ਪਰ ਜਿਨ੍ਹਾਂ ਦਾ ਨਾਮ ਉਸ ਕਿਤਾਬ ਦੇ ਵਿੱਚ ਹੈ ਦੇ ਵਿਲ ਨੈਵਰ ਵਰਸ਼ਿਪ ਥੈਟ ਬੀਸਟ ਉਹ ਕਦੇ ਵੀ ਉਸ ਦਰਿੰਦੇ ਦੀ ਉਪਾਸਨਾ ਨਹੀਂ ਕਰਨਗੇ ਦੇ ਵਿਲ ਨੈਵਰ ਵਰਸ਼ਿਪ ਹਿਸ ਇਮੇਜ ਉਹ ਕਦੇ ਵੀ ਉਹ ਦੀ ਉਪਾਸਨਾ ਨਹੀਂ ਕਰਨਗੇ ਆਰ ਯੂ ਅੰਡਰਸਟੈਂਡਿੰਗ ਪਲੀਜ਼ ਗੋਡਸ ਨੇਮ ਬੀ ਰੀਅਲੀ ਪ੍ਰੇਜ਼ਡ ਗੋਵੰਦ ਦਾ ਨਾਮ ਮਹਿਮਾ ਪਾਏ ਆਮ ਗੋਇੰਗ ਅ ਲਿਟਲ ਫਾਰਦਰ ਵਿਦ ਯੂ ਦ ਗ੍ਰੇਸ ਆਫ ਦ ਲਾਰਡ ਪਰਮਿਟ ਉਹ ਦੀ ਕਿਰਪਾ ਮੈਨੂੰ ਅਨੁਮਤੀ ਦਿੰਦੀ ਆ ਤੇ ਮੈਂ ਅੱਗੇ ਜਾਵਾਂਗਾ And show you something today morning. You're able to hear it? God really bless you. In other words, this group hates that beast. They have a revelation of this beast. Somehow they got a revelation of this beast. And they know in what form he comes. That is why they don't join up with the beast and they don't join up with that beast god really bless you i hope you're understanding it now the bible says he had seven heads bible and has ten horns and you all know who that is that is the roman power roman shakti when you read the book of daniel you find these four beasts coming out of the sea and the first is babylon or palah babylon the second is mead of persia or dusra matifarsih the third is greece or ਤੀਸਰਾ ਜੁਨਾਨ ਹੈ and the fourth is rome aur chautha rome hai that is the power that is called the beast aur eh us drinde di shakti hai now without spending much time aur zyada samana kharab karde hoye i want to go on some some somewhere else aur main kithe hor jana chahunda ha to show you something today morning taake main tuhanu kuch dikha sakaan aj subah you will understand tusi samjoge that this particular beast ਇਹ ਖਾਸ ਦਰਿੰਦਾ ਇਟ ਸੇਜ਼ ਹੀ ਵਾਸ ਵੂਨਡਡ ਅਨਟੂ ਡੈਥ ਆਰੇ ਤੇ ਲਿਖਿਆ ਹੈ ਕਿ ਇਹਨੂੰ ਘਾਓ ਲੱਗਾ ਮੌਤ ਤੱਕ ਦਾ ਐਂਡ ਯੂ نو ਦਾ ਮੈਸੇਜ ਤੁਸੀਂ ਸੰਦੇਸ਼ ਨੂੰ ਜਾਣਦੇ ਹੋ ਦੈਟ ਇਜ਼ 올 ਪੀगन रोम ਆਹ ਇਹ ਸਾਰਾ ਜਿਸ ਨੂੰ ਘਾਓ ਲੱਗਾ ਮਰਨ ਤੋੜੀ ਦਾ ਇਹ ਸਾਰਾ ਪਗਾਨ ਰੋਮ ਹੈ ਵਿਚ ਵਾਸ ਓਵਰ ਜੋ ਕਿ ਸਮਾਪਤ ਹੋ ਗਿਆ ਸੀ ਫਿਊ ইয়ারਸ ਆਫਟਰ ਦਾ ਡੈਥ ਆਫ ਕ੍ਰਾਈਸਟ ਆ ਮਸੀਹ ਦੀ ਮੌਤ ਦੇ ਕੁਝ ਸਾਲ ਬਾਅਦ and after his resurrection aur ode maseej de murdiyan vichon jee uthn to baad this roman power finished up aur es ro a roman shakti jo hai khatam ho gai si but it says his wound was healed par likhya hoya ke oda gao changa ho gaya what did the prophet say nabbi ki kehanda hai that all roman power revived again aur nabbi ne akha o purani roman shakti ਮੁਰ ਮੋੜ ਸੁਰਜੀਤ ਹੋ ਗਈ ਐਂਡ ਮੈਨ ਇਟ ਕੇਮ ਬੈਕ ਅਗੇਨ ਔਰ ਵਾਪਸ ਆ ਗਈ ਇਟ ਕੇਮ ਬੈਕ ਇਨ ਦਾ ਫਾਰਮ ਆਫ ਪੀਪਲ ਰੋਮ ਵੇਅ ਯੂ ਹੈਡ ਪੋਪਸ ਔਰ ਜਦੋਂ ਇਹ ਰੋਮਨ ਸ਼ਕਤੀ ਬਰਬਾਦ ਹੋਈ ਇਹਨੂੰ ਕੌ ਲੱਗਾ ਔਰ ਜਦੋਂ ਇਹਦਾ ਕੌ ਚੰਗਾ ਹੋਇਆ ਇਹ ਮੋੜ ਇੱਕ ਪੋਪशाही ਸ਼ਕਤੀ ਦੇ ਵਿੱਚ ਬਹਾਲ ਹੋ ਗਈ ਆਈ ਹੋਪ ਯੂ ਆਰ ਕੈਚਿੰਗ ਇਟ اور میں විශ්වාස ਕਰਦਾ ਹਾਂ ਕਿ ਤੁਸੀਂ ਇਸ ਨੂੰ ਸਮਝ ਰਹੇ ਹੋ ਐਜ਼ ਅ ਰੋਮਨ ਕੈਥੋਲਿਕ ਚਰਚ ਰੋਮਨ ਕੈਥੋਲਿਕ ਚਰਚ ਦੀ ਸੂਰਤ ਵਿੱਚ ਥੈਟ ਰੋਮਨ ਪਾਵਰ ਚੇਂजेस ਫੋਰਮ ਅ ਰੋਮਨ ਪਾਵਰ ਨੇ ਆਪਣੀ ਸੂਰਤ ਬਦਲ ਲਈ ਯੂ ਆਲ ਨੋ ਦਾ ਮੈਸੇਜ ਕੋਈ ਸਭ ਜਾਣਦੇ ਹੋ ਐੀ ਆਲ ਨੋ ਹੂ 666 ਐਂਡ ਤੁਹਾਨੂੰ ਪਤਾ ਹੈ ਕਿ ਇਹ 666 ਕੀ ਹੈ ਵੀ ਆਰ ਨਾਟ ਟਾਕਿੰਗ ਅਬਾਊਟ ਥੈਟ ਗਰੁੱਪ ਅਸੀਂ ਉਸ ਝੁੰਡ ਦੇ ਬਾਰੇ ਚ ਗੱਲ ਨਹੀਂ ਕਰ ਰਹੇ yeah i'm saying we are talking about that group barasi us chund de barech gal kar rahe ha who didn't worship this beast asi us chund di gal kar rahe ha jisne is pashu di upasna nahi ki in other words only those whose names are in the lamb section will have a revelation of who that beast is ida matlab sirf us chund de kole prakashan hovega us darinde da jinna de naam memne de jeevan di kitab vich likhe hoye han only they will know who this man is sirf ohna nu hi pata lagega ke eh manukh eh drinda kon hai and it is because god will send them a messenger eh sirf ek hi karan karke ohna nu pata lagega kyunki khuda ohna de kol ek sandesh vahak nu bhejega and that messenger would reveal to them who that beast is aur oh sandesh vahak ਇਸ ਚੀਜ਼ ਨੂੰ ਪ੍ਰਗਟ ਕਰੇਗਾ ਕਿ ਉਹ ਦਰਿੰਦਾ ਅਸਲ ਵਿੱਚ ਹੈ ਕੌਣ ਹੈ ਆਰ ਅੰਡਰਸਟੈਂਡਿੰਗ ਕੀ ਤੁਸੀਂ ਸਮਝ ਰਹੇ ਹੋ ਨਾ देयर आर ਮਨੀ ਡੈਪਥਸ ਔਰ ਇਥੇ ਬਹੁਤ ਸਾਰੀਆਂ ਗਹਿਰਾਈਆਂ ਹਨ ਆਮ ਨਾਟ ਗੋਇੰਗ ਇਨ 댓 ਪਰ ਮੈਂ ਉਹਦੇ ਵਿੱਚ ਨਹੀਂ ਜਾ ਰਿਹਾ ਆਈ ਵਾਂਟ ਟੂ ਗੋ ਇਨ ਅਨਦਰ ਡਾਇਰੈਕਸ਼ਨ ਪਰ ਮੈਂ ਕਿਸੇ ਦੂਸਰੀ ਦਿਸ਼ਾ ਤੇ ਜਾਣਾ ਚਾਹੁੰਦਾ ਹਾਂ ਨਾਓ ਫਾਲੋ ਵਿਦ ਮੀ ਇਨ ਦ ਸਕ੍ਰਿਪਚਰ ਵਚਨ ਦੇ ਵਿੱਚ ਮੇਰੇ ਨਾਲ ਚਲੋ ਟਰਨ ਵਿਦ ਮੀ ਟੂ ਰਿਵੈਲੇਸ਼ਨਸ 9 ਔਰ ਮੇਰੇ ਨਾਲ ਪ੍ਰਕਾਸ਼ਿਤ ਵਾਕਿਆ 9 ਦੇ ਵਿੱਚ ਚੱਲਦੇ ਹਾਂ ਸੌਰੀ ਜਸਟ ਵਨ ਮਿੰਟ In chapter 13 itself, uh, this beast is not alone, but verse 11 says, another beast came up from the land, and the world doesn't have a revelation of that. ਔਰ ਸੰਸਾਰ ਦੇ ਕੋਲ ਇਸ ਗੱਲ ਦਾ ਪ੍ਰਕਾਸ਼ਨ ਨਹੀਂ ਹੈ ਪਰ ਤੁਸੀਂ ਤੇ ਮੈਂ ਜਾਣਦੇ ਆ ਕਿ ਧਰਤੀ ਦਾ ਦਰਿੰਦਾ ਕੌਣ ਹੈ ਯੂਨਾਈਟਿਡ ਸਟੇਟਸ ਆਫ ਅਮਰੀਕਾ ਇਹ ਅਮਰੀਕਾ ਹੈ ਹਾਉ ਦਾ ਪ੍ਰੋਫਟ ਸੈਡ ਜਿਵੇਂ ਕਿ ਨਬੀ ਨੇ ਆਖਿਆ ਅਮਰੀਕਾ ਇਜ਼ ਨੰਬਰ 13 ਉਹਨੇ ਕਿਹਾ ਅਮਰੀਕਾ ਦਾ ਨੰਬਰ 13 ਹੈ 13 ਸਟ੍ਰਾਈਪ 13 ਸਟਾਰਸ ਐਂਡ 올 दैट ਇਨ ਦਾ ਫਲੈਗ ਔਰ ਉਹਨੇ ਕਿਹਾ 13 ਹਿਲਾਈਨਾ 13 ਹੀ ਸਤਾਰੇ ਔਰ ਇਸ ਤਰ੍ਹਾਂ ਅਮਰੀਕਾ 13 ਨੰਬਰ ਦੇ ਨਾਲ ਖੜਾ ਹੋਇਆ ਹਾਊ ਇਟ ਬਿਗਨ ਇਨ ਦੈਟ ਔਰ ਇਸ ਤਰ੍ਹਾਂ ਦੀ ਸ਼ੁਰੂਆਤ ਹੋਈ ਐਨ ਅਪੀਅਰਸ ਇਨ ਦਾ 13th ਚੈਪਟਰ ਆਫ ਰੈਵਲੇਸ਼ਨ ਔਰ ਇਹ ਪ੍ਰਕਾਸ਼ਿਤ ਵਾਕਿਆ ਦੇ 13ਵੇਂ ਅਧਿਆਇ ਵਿੱਚ ਦਿਖਾਈ ਦਿੱਤਾ ਸੋ ਥਿਸ ਇਜ਼ ਅਮਰੀਕਾ ਔਰ ਇਹ ਅਮਰੀਕਾ ਹੈ ਬਟ ਵਾਟ ਇਜ਼ ਅਮਰੀਕਾ ਡੂਇੰਗ ਔਰ ਅਮਰੀਕਾ ਕਰ ਕੀ ਰਿਹਾ ਵੀ ਆਰ ਰੀਡਿੰਗ ਦ ਬੁੱਕ ਆਫ ਰੈਵਲੇਸ਼ਨਸ ਅਸੀਂ ਪ੍ਰਕਾਸ਼ਿਤ ਵਾਕਿਆ ਦੀ ਕਿਤਾਬ ਨੂੰ ਪੜ੍ਹ ਰਹੇ ਹਾਂ ਥਿਸ ਸੈਕੰਡ ਬੀਸਟ ਇਜ਼ ਮੇਕਿੰਗ ਐਨ ਇਮੇਜ ਆਫ ਦ ਫਸਟ ਬੀਸਟ ਇਹ ਦੂਸਰਾ ਦਰਿੰਦਾ ਉਸ ਪਹਿਲੇ ਦਰਿੰਦੇ ਦੀ ਸੂਰਤ ਨੂੰ ਬਣਾ ਰਿਹਾ ਹੈ। ਉਹ ਇਸ ਦਾ ਫਰਸਟ ਬੀਸਟ। আরে ਪਹਿਲਾ ਦਰਿੰਦਾ ਕੌਣ ਹੈ? ਦੈਟਸ ਦ ਰੋਮਨ ਕੈਥੋਲਿਕ ਚਰਚ ਨਾਓ। ਇਹ ਹੁਣ ਰੋਮਨ ਕੈਥੋਲਿਕ ਕਲੀਸਿਆ ਹੈ। ਯੂ نو ਦ ਮੈਸੇਜ। ਤੁਸੀਂ ਸੰਦੇਸ਼ ਨੂੰ ਜਾਣਦੇ ਹੋ। ਦੈਟ ਇਜ਼ ਅ ਰੋਮਨ ਪਾਵਰ। ਇਹ ਰੋਮੀ ਸ਼ਕਤੀ ਹੈ। ਬਟ ਵਾਟ ਇਜ਼ ਦ ਸੈਕੰਡ ਬੀਸ ਡੂਇੰਗ? ਪਰ ਇਹ ਦੂਸਰਾ ਦਰਿੰਦਾ ਕੀ ਕਰ ਰਿਹਾ ਹੈ? ਹੀ ਇਸ ਰੇਜ਼ਿੰਗ ਐਨ ਇਮੇਜ ਟੂ ਦੈਟ ਬੀਸਟ।

ਰਾਸ਼ਟਰਪਤੀ ਚੁਣਿਆ ਇਨ ਦਾ ਫਾਰਮ ਆਫ ਜான் ਐਫ ਕੈਨੇਡੀ ਆਰ ਇਹ ਜੋ ਪ੍ਰਧਾਨ ਮੰਤਰੀ ਸੀ ਰਾਸ਼ਟਰਪਤੀ ਸੀ ਇਹਦਾ ਨਾਮ ਜான் ਐਫ ਕੈਨੇਡੀ ਹੈ ਐਂਡ ਵੈਨ ਜான் ਐਫ ਕੈਨੇਡੀ ਕੇਮ ਇਨ ਅਮਰੀਕਾ ਜਦੋਂ ਜான் ਐਫ ਕੈਨੇਡੀ ਅਮਰੀਕਾ ਵਿੱਚ ਇੱਕ ਰਾਸ਼ਟਰਪਤੀ ਦੇ ਰੂਪ ਚ ਖੜਾ ਹੋਇਆ ਇਮੀਡੀਏਟਲੀ ਦਾ ਹੋਲੀ ਸਪਿਰਟ ਟੋਕ ਦਾ ਪ੍ਰੋਫਟ ਇਨਟੂ ਦਾ ਬੁੱਕ ਆਫ ਰਿਵੈਲੇਸ਼ਨਸ ਉਸੇ ਸਮੇਂ ਪਵਿੱਤਰ ਆਤਮਾ ਨਬੀ ਨੂੰ ਚੋਕ ਕੇ ਪ੍ਰਕਾਸ਼ਿਤ ਵਾਕਿਆਂ ਦੀ ਕਿਤਾਬ ਵਿੱਚ ਲੈ ਗਿਆ ਐਂਡ ਹੀ ਸਟਾਰਟਡ ਪ੍ਰੀਚਿੰਗ ਦ ਚਰਚ 에ਜੇਸ। ਔਰ ਉਹਨੇ ਸਤ ਕਲੀਸਿਆ ਕਾਲ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਐਂਡ ਦੈਨ ਹੀ ਕਮ ਟੂ ਦ ਸੀਲਸ। ਔਰ ਫਿਰ ਉਹ ਮੋਹਰਾਂ ਵਿੱਚ ਆਇਆ। ਸੋ ਗੋਡ ਟੋਕ ਹਿਮ ਟੂ ਦੈਟ ਬੁੱਕ। ਔਰ ਖੁਦਾ ਉਸ ਕਿਤਾਬ ਵਿੱਚ ਲੈ ਗਿਆ। ਐਂਡ ਸਟਾਰਟਡ ਸ਼ੋਇੰਗ ਹਿਮ 올 ðiਸ ਥਿੰਗਸ। ਔਰ ਉਹਨੂੰ ਇਹ ਚੀਜ਼ਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਵੇ ਬੈਕ ਇਨ 1954। ਔਰ uh, 54 1954 1954 ਦੇ ਵਿੱਚ ਕੁਝ ਸਾਲ ਪਹਿਲਾਂ ਹੀ ਇਸ ਪ੍ਰੀਚਿੰਗ ਦਾ ਮਾਰਕ ਆਫ ਦਾ ਬੀਸਟ ਉਹਨੇ 1954 ਦੇ ਵਿੱਚ ਦਰਿੰਦੇ ਦਾ ਨਿਸ਼ਾਨ ਪ੍ਰਚਾਰ ਕੀਤਾ ਐਂਡ ਦਾ ਸੀਲ ਆਫ ਗੋਡ ਔਰ ਖੁਦਾ ਦੀ ਮੋਹਰ ਉੱਤੇ ਪ੍ਰਚਾਰ ਕੀਤਾ ਹੀ ਕੁਡ ਫੀਲ ਦੈਟ ਥਿਸ ਇਜ਼ ਦਾ ਡੇ ਵੈਨ ਗੋਡ ਇਜ਼ ਸੈਟਿੰਗ ਅ ਮਾਰਕ ਔਨ ਹਿਸ ਪੀਪਲ ਔਰ ਉਹਨੇ ਪਤਾ ਲਗਾ ਲਿਆ ਕਿ ਇਹ ਉਹ ਸਮਾਂ ਆ ਜਦੋਂ ਖੁਦਾ ਵੀ ਆਪਣਾ ਨਿਸ਼ਾਨ ਆਪਣੇ ਲੋਕਾਂ ਤੇ ਲਗਾ ਰਿਹਾ ਆ And those who will make it to the first resurrection. We are going to see that a little later on. But being in America, because he was in America, he could see this. And while it was 1962, and it was time for the opening of the seals or a muranda at that particular time was pope paul the sixth or shema pope paul that's right he called us vatican council or also pope paul Ne ecu vatican saba council bulai and called for an ecumenical move or equumenical equumenical a uh, move shuru kita in which jide vich all the churches of the world should unite as one aur us a council de vich es nirdharit kita gaya ke sariyan jathe bandiyan ek ho jaan and then they formed an organization called world council of churches aur us council de vich ਇੱਕ ਐਸੀ ਜਥੇਬੰਦੀ ਬਣਾਈ ਗਈ ਜਿਸ ਨੂੰ ਆਖਿਆ ਗਿਆ ਵਿਸ਼ਵ ਵਿਆਪੀ ਸੰਸਥਾ ਆਰ ਅੰਡਰਸਟੈਂਡਿੰਗ ਕਿ ਤੁਸੀਂ ਸਮਝ ਪਾ ਰਹੇ ਹੋ World Council of Churches ਵਿਸ਼ਵ ਵਿਆਪੀ ਕਲੀਸੀਆ ਸੰਗ ਐਂਡ ਐਂਡ ਦਾ ਪ੍ਰੋਫੈਟ اور ਨਬੀ ਇਮੀਡੀਏਟਲੀ ਰੈਕੋਗਨਾਈਜ਼ਡ ਇਟ اور ਨਬੀ ਨੇ ਉਸੇ ਸਮੇਂ ਇਸ ਸੰਸਥਾ ਨੂੰ ਇਸ ਸੰਗ ਨੂੰ ਪਹਿਚਾਨ ਲਿਆ And he said, "That is nothing but the image to that beast." And true believers are not going to go there Just at the time when this Vatican Council was bringing ecumenical move, Vatican. ecumenical move chal rha si 3 or 4 months later aur 3 4 mahinیاں de baad the cloud appeared badal aa gaya seven seals were opened sat mora khol gayian and in the first seal aur pehli mor bro branham is preaching to his church by branham pehli mor nu apni klisia vich prachar kar rha isn't it strange unne kya ki ye anokha nahi hai when all of those churches are uniting as one ਉਨੇ ਕਿਹਾ ਕੀ ਇਹ ਅਨੋਖਾ ਨਹੀਂ ਕਿ ਜਦੋਂ ਸਾਰੀਆਂ ਸੰਸਥਾਵਾਂ ਇੱਕ ਹੋ ਰਹੀਆਂ ਹਨ ਗੋਡ ਇਜ਼ ਓਪਨਿੰਗ ਹਿਸ ਸੀਲਸ ਹੇਅਰ ਪਰ ਖੁਦਾ ਆਪਣੀ ਮੋਹਰ ਨੂੰ ਇੱਥੇ ਖੋਲ ਰਿਹਾ ਐਂਡ ਟੈਲਿੰਗ ਅਸ ਔਰ ਸਾਨੂੰ ਦੱਸ ਰਿਹਾ ਥੈਟ ਯੂ ਡੋਨਟ ਜੁਆਇਨ ਅਪ ਵਿਦ them ਔਰ ਸਾਨੂੰ ਦੱਸ ਰਿਹਾ ਕਿ ਤੁਸੀਂ ਉਹਨਾਂ ਵਿੱਚ ਸ਼ਾਮਿਲ ਨਾ ਹੋਇਓ ਨਾ ਦ ਨੈਕਸਟ ਕੁਐਸਚਨ ਇਜ਼ ਹੁਣ ਅਗਲਾ ਪ੍ਰਸ਼ਨ ਇਹ ਹੈ ਕੈਨ ਐਵਰੀਬਾਡੀ ਇਜ਼ ਜੁਆਇਨਿੰਗ them ਸ਼ਾਇਦ ਹਰ ਇੱਕ ਉਹਨਾਂ ਵਿੱਚ ਇਕੱਠਾ ਹੋ ਰਿਹਾ ਵਾਈਜ਼ ਗੌਟ ਟੈਲਿੰਗ ਯੂ ਨਾਟ ਟੂ ਜੁਆਇਨ ਅਪ ਪਰ ਖੁਦਾ ਤੁਹਾਨੂੰ ਕੀ ਦੱਸ ਰਿਹਾ ਕਿ ਉਹਨਾਂ ਵਿੱਚ ਸ਼ਾਮਿਲ ਨਹੀਂ ਹੋਣਾ ਇਜ਼ ਇਟ ਥੈਟ ਗਰੁੱਪ ਕਿ ਇਹ ਉਹ ਝੋਣ ਨਹੀਂ ਹੈ whose name's on the lamb's book of lies <laughs> جنادر نام میمڑے دے جیون دی کتاب وچ ہے who are not going to join up with that image جو اس مورتی دے وچ شامل نہیں ہون گے the prophet said نبی نے کیا said down please بیٹھ جائیے many ministers بہت سارے सेवक they will fall for the trap جو اس جال دے وچ پھس جان گے you know how the strapford come to ministers تانوں پتہ ہے ਸੇਵਕ ਦੇ ਕੋਲ ਜਾਲ ਕਿਵੇਂ ਪਹੁੰਚਦਾ ਹੈ ਦੀਜ਼ ਪੀਪਲ ਵਿਲ ਕਮ ਐਂਡ ਸੇ ਵੀ ਕੈਨ ਬੀ ਫਰੈਂਡਸ ਔਰ ਇਹ ਲੋਕ ਆਉਂਦੇ ਤੇ ਕਹਿੰਦੇ ਅਸੀਂ ਦੋਸਤ ਤੇ ਹੋ ਸਕਦੇ ਆ ਨਾ ਵੀ ਆਰ ਸਟਿਲ 브ਦਰਸ ਭਾਈ ਹੋ ਸਕਦੇ ਆ ਵੀ ਆਰ ਸਟਿਲ 브ਦਰਸ ਅਸੀਂ ਭਾਈ ਆ ਤੁਹਾਡੇ ਨਾਂਖੇ ਮੇਰੇ ਨਾਂਖੇ ਆਪਕਾ ਮੂੰਹ ਹੈ ਮੇਰਾ ਮੂੰਹ ਹੈ ਮੈਂ ਕੋਈ ਜਾਨਵਰ ਨਹੀਂ ਆਪਕੋ ਇਨਸਾਨ ਨਹੀਂ ਵੀ ਆਰ ਆਲ ਲਾਈਕ ਅਸੀਂ ਸਾਰੇ ਇੱਕੋ ਜਿਹੇ ਤਾਂ ਲੱਗਦੇ ਆ ਦੈਟਸ ਰਾਈਟ ਬਿਲਕੁਲ ਠੀਕ ਹੈ ਵੀ ਕੈਨਟ ਬੀ ਫਰੈਂਡਸ ਕੀ ਅਸੀਂ ਦੋਸਤ ਨਹੀਂ ਹੋ ਸਕਦੇ This trap begins with friendship. तो नूपता ये जाल दोस्ती तो शुरू होता है। But after that friendship, पर उस दोस्ती तो बाद। It's going to cost you your life. तो डी जिंदगी बर्बाद कर देगा। It's a very जिंदगी डी कीमत अदा करनी पाएगी। It's a very very dangerous friendship. ये बड़ी खतरनाक दोस्ती है। To join up with these people. इना लोगों दे नाल जुड़ना आंसर है देख रहे हैं हो। ये लोग सिखाते हैं अलग हो ये खानदानों को तोड़ देते हैं कहते हैं अलग रहो अलग अलग हम नहीं कह रहे अलग हो ब्रदर एक आवाज आई इस युग में There's a voice that came today. एक आवाज है ना दिन आधे अंदर आई. Come out of Babylon. है मेरी परजा. ਇਸ ਬਾਬਲ ਵਿੱਚੋਂ ਬਾਹਰ ਆ ਜਾ। Then if God said come out of Babylon. ਇਹ ਖੁਦਾ ਹੈ ਜਿਸਨੇ ਕਿਹਾ ਬਾਬਲ ਵਿੱਚੋਂ ਬਾਹਰ ਆ ਜਾਓ। How can I believe I sit in that Babylon? ਪਰ ਇੱਕ ਵਿਸ਼ਵਾਸੀ ਬਾਬਲ ਵਿੱਚ ਕਿਵੇਂ ਬੈਠ ਸਕਦਾ ਹੈ? He cannot sit in that Babylon. No. ਉਹ ਬਾਬਲ ਦੇ ਵਿੱਚ ਨਹੀਂ ਬੈਠ ਸਕਦਾ। No he can't enjoy the blessings of the Lord amen. 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 there amen. ਉਹ ਉਹ ਬਾਬਲ ਵਿੱਚ ਬੈਠਾ ਖੁਦਾ ਦੀ ਬਰਕਤ ਦਾ ਆਨੰਦ ਨਹੀਂ ਲੈ ਸਕਦਾ। Amen. That is a group ਉਹ ਤੇ ਚੁੰਡ ਹੈ who are given judgments ਜਿਨ੍ਹਾਂ ਨੂੰ ਨਿਆਂ ਦਿੱਤਾ ਗਿਆ

ਇਹਨਾਂ ਲੋਕਾਂ ਦੇ ਲਈ ਕੱਲਿਆ ਗਿਆ ਸੀ that fire which came down from heaven was sent for such people ਉਹ ਅੱਗ ਜੋ ਕਰਮਲ ਪਹਾੜ ਉਤੇ Akash ਤੋਂ ਆਈ ਇਹ ਉਹਨਾਂ ਲੋਕਾਂ ਲਈ ਕੱਲੀ ਗਈ ਸੀ how many of you know ਤੁਹਾਡੇ ਵਿੱਚੋਂ ਕਿੰਨੇ ਲੋਕ ਜਾਣਦੇ ਹਨ that fire which came at Carmel did not benefit Ahab ਤੁਹਾਨੂੰ ਪਤਾ ਉਹ ਅੱਗ ਜਿਹੜੀ ਕਰਮਲ ਪਹਾੜ ਤੇ ਆਈ ਉਹਦਾ ਕੋਈ ਵੀ ਬੈਨੀਫਿਟ ਫਾਇਦਾ ਉਹਦਾ ਕੋਈ ਵੀ ਫਾਇਦਾ ਆਹਾਬ ਨੂੰ ਨਹੀਂ ਹੋਣਾ ਸੀ No It did not benefit Jezebel ਇਹਦਾ ਫਾਇਦਾ ਇਜ਼ੇਬਲ ਨੂੰ ਨਹੀਂ ਹੋਇਆ For them it was judgment ਉਹਨਾਂ ਦੇ ਲਈ ਇਹ ਅਗ ਨਹੀਂ ਸੀ But 7000 who are there ਪਰ 7000 ਜਿਹੜੇ ਉਥੇ ਸਨ some nobody's ਕੁਝ ਜਿਹੜੇ ਕੁਝ ਵੀ ਨਹੀਂ ਸਨ We don't have their names, ये तो तक ना तक नाम भी नहीं थी। but the prophet said पर नबी ने क्या? God took Elijah to the mountain, खुदा एलियानु पहाड़ उते ले गया and opened one of the seals और एक मोर खोल दी and said I have seven thousand people औरे क्या? मेरे सात हजार who are who have not bowed down to the system, जिन्ना ने

اور پائبرانم نے اوتھوں تصویر کھینچی ایون سو देयर आर سم پیپل ٹوڈے اور انہی کیا اج بھی کچھ لوگ ہون گے who will not bow down before that image جو اس মূর্তি دی उपासना نہیں کریں گے ان دی ٹائم اف دانیل دانیل دے دناوے شپ بگنگ اف جنٹائل ڈسپنسیشن اور پرپرایا جاتا دے یگ دی شروعات دے ویلے واٹ ڈو وی فائنڈ देयर اسی اوتھے کی دیکھتے ہاں دی کنگ اف بابلون میکنگ ان امیج اسی دیکھتے ہاں कि एक बाबुल का राजा मूर्ति बना रहा है एंड एवरीबॉडी इज फोर्स टू वर्शिप दैट इमेज और हर एक के ऊपर दबाव पाया जा रहा उस मूर्ति की उपासना करने के लिए थ्री यंग बॉयज देयर और वो थे जवान तीन लड़के हैं थ्री हिब्रू चिल्ड्रन तीन इब्रानी जवान थ्री रॉयल सीड ऑफ अब्राहम तीन अब्राहम के राजसी वंश एंड व्हाट डिड दे से वो की कहंदे हैं यू क्या ਅਸੀਂ ਤੇਰੀ ਮੂਰਤੀ ਦੀ ਉਪਾਸਨਾ ਨਹੀਂ ਕਰਾਂਗੇ ਦੇ ਨੇਮਸ ਫੋਰ ਇਨ ਦਾ ਬੁੱਕ ਕਿਉਂਕਿ ਉਹਨਾਂ ਦੇ ਨਾਮ ਕਿਤਾਬ ਦੇ ਵਿੱਚ ਹਨ ਹਾਲੇਲੂਇਆ ਹਾਲੇਲੂਇਆ ਐਂਡ ਦੇ ਸੇ ਹੀ ਯੂ ਆਰ ਨੋਟ ਗੋਇੰਗ ਟੂ ਬਾਉ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਉਪਾਸਨਾ ਨਹੀਂ ਕਰਾਂਗੇ ਦੇ ਵਰ ਥਰੋਨ ਇਨ 댓 ਫਾਇਰ ਉਹ ਆਗ ਵਿੱਚ ਸੁੱਟ ਦਿੱਤੇ ਗਏ ਥੈਨ ਗੋਡ ਸੈਡ ਫਿਰ ਖੁਦਾ ਨੇ ਆਖਿਆ ਇਟਸ ਨਾ ਮਾਈ ਟਾਈਮ ਟੂ ਗੋ ਡਾਊਨ

muneukta puttar the same cloud. oh he badal the same jesus oh he yeshu the same logos oh he logos step down in that fire oh sag vich and that fire didn't do any bad to them aur ona the nal khada ho gaya ag de said aur nabukta nazar ne i said one that three nabukta nazar ne akha ki nahi si

ਜਦ ਕਦੇ ਵੀ ਤੁਸੀਂ ਮੁਸ਼ਕਲ ਵਿੱਚ ਪੈਂਦੇ ਹੋ ਉਹ ਚੌਥਾ ਤੁਹਾਡੇ ਨਾਲ ਖੜਾ ਹੋ ਜਾਂਦਾ ਆ ਐਂਜਲ ਆਫ ਦ ਲਾਰਡ ਉਹ ਪ੍ਰਭੂ ਦਾ ਦੂਤ ਦਾ ਲਾਰਡ ਹਿਮਸੈਲਫ ਖੁਦਾ ਖੁਦ ਇਸ ਥੇ ਵਿਦ ਯੂ ਉਹ ਤੁਹਾਡੇ ਨਾਲ ਹੁੰਦਾ ਆ ਹੈ ਮੈਮ ਆਮੀਨ ਆਮੀਨ ਦੇ ਵਰ ਫੋਰਸ ਟੂ ਵਰਸ਼ਿਪ ਐਨ ਇਮੇਜ ਉਹਨਾਂ ਦੇ ਉੱਤੇ ਦਬਾਅ ਪਾਇਆ ਗਿਆ ਸੀ ਉਸ ਮੂਰਤੀ ਦੀ ਉਪਾਸਨਾ ਕਰਨ ਲਈ ਸ਼ਦਰਕ ਮੇਸ਼ਕਾ ਬੇਦਨਗੋ ਸੈਡ ਸ਼ਦਰਕ ਮੇਸ਼ਕਾ ਬੇਦਨਗੋ ਨੇ ਕਿਹਾ ਬਾਏ ਦ ਵੇ ਡੂ ਯੂ ਨੋ ਵਾਟ ਫਿਰ ਕਿਸੇ ਵੀ ਤਰ੍ਹਾਂ ਡੂ ਯੂ نو ਸਮਥਿੰਗ ਤੁਸੀਂ ਜਾਣਦੇ ਹੋ ਥੀਸ ਆਰ ਨਾਟ ਦਾ origignal ਨੇਮਸ ਤੁਹਾਨੂੰ ਪਤਾ ਆ ਕਿ ਇਹ ਜੋ ਸਦਰ ਕਮਿਸ਼ਨਰ ਕਬੀਦਨ ਗੋਹਨ ਇਹ ਅਸਲੀ ਨਾਮ ਨਹੀਂ ਹਨ ਦਰ ਨੇਮਸ ਵਾ ਹਨਾਨੀਆ ਮਿਸ਼ਾਇਲ ਅਜ਼ਾਰੀਆ ਉਹਨਾਂ ਦਾ ਨਾਮ ਹਨਾਨੀਆ ਮਿਸ਼ਾਇਲ ਅਤੇ ਅਜ਼ਾਰੀਆ ਸੀ but their names were changed parona ne naam badal ditte gaye si they were given their new names unhanu nawa naam ditta gaya si they were called shadrak mechak abed nago unna da naam rakh ditta gaya si sadrak

नवा नाम इस किताब दे वे हालेलुया हालेलुया इस दीस पीपल ए ओ लोक हन वुडन बाउ टू दैट इमेज जोस मूर्ति दी उपासना नहीं करन गए आमीन आमीन यू नो व्हाट तो ये जान दे हो समटाइम्स फॉर ग्रेवयार्ड्स कई बार कब्रिस्तान दे अंदर कब कब्रिस्तान के लिए कब कब्रिस्तान के लिए समटाइम्स फॉर मैरिज कई बार शादी दे लई एंड समटाइम्स फॉर सम अदर थिंग ਕਈ ਵਾਰ ਕੁਝ ਹੋਰ ਚੀਜ਼ਾਂ ਦੇ ਲਈ this image comes before you ਕਈ ਵਾਰ ਸ਼ਾਦੀ ਦੇ ਲਈ ਕਬਰਸਤਾਨ ਦੇ ਲਈ ਜਾਂ ਕਿਸੇ ਹੋਰ ਚੀਜ਼ ਦੇ ਲਈ ਇਹ ਮੂਰਤੀ ਤੁਹਾਡੇ ਸਾਹਮਣੇ ਖੜੀ ਹੋ ਜਾਂਦੀ ਹੈ ਐਂਡ that is your test ਤੇ ਇਹ ਤੁਹਾਡੀ ਪ੍ਰੀਖਿਆ ਹੁੰਦੀ ਹੈ will you bow before the image or will you worship the living god ਕੀ ਤੁਸੀਂ ਮੂਰਤੀ ਦੀ ਉਪਾਸਨਾ ਕਰੋਗੇ ਜਾਂ ਜਿੰਦੇ ਖੁਦਾ ਦੀ ਉਪਾਸਨਾ ਕਰੋਗੇ let me tell you brother ਮੈਂ ਭਾਈਓ ਤੁਹਾਨੂੰ ਦੱਸਣਾ ਚਾਹੁੰਦਾ ਹੈ ਯੋਰ ਫਾਦਰਸ ਐਂਡ ਮਦਰਸ ਵਰ ਈਟਨ ਬਾਈ ਲਾਇਨਸ ਤੁਹਾਡੇ ਬਾਪ ਦਾਦੇ ਸ਼ੇਰਾਂ ਦੁਆਰਾ ਖਾਧੇ ਗਏ ਇਮੇਜਿਨ ਸੋਚੋ ਜਰਾ ਦੇ ਡਿਡਨਟ ਈਵਨ ਰੀਸੀਵ ਅ ਡੀਸੈਂਟ ਬਰਿਆਲ ਔਰ ਇਥੋ ਤੱਕ ਕਿ ਉਹਨਾਂ ਨੂੰ ਬਹੁਤ ਆਦਰ ਦੇ ਨਾਲ ਦਫਨ ਵੀ ਨਹੀਂ ਕੀਤਾ ਗਿਆ ਸੀ ਵਨ ਹੈਂਡ ਇਨ ਵਨ ਲਾਈਨ ਵਨ ਹੈਂਡ ਇਨ ਵਨ ਲਾਈਨ ਔਰ ਇੱਕ ਬਾਹ ਇੱਕ ਕੋਈ ਸ਼ੇਰ ਖਾ ਗਿਆ ਦੂਸਰੀ ਬਾਹ ਦੂਸਰਾ ਸ਼ੇਰ ਖਾ ਗਿਆ ਐਂਡ ਡਾਈਜੈਸਟਡ ਇਟ ਔਰ ਉਹਨਾਂ ਨੂੰ ਹਜਮ ਕਰ ਲਿਆ ਬਟ ਔਨ ਦੈਟ ਗ੍ਰੇਟ ਰੈਜ਼ਰਵੇਸ਼ਨ ਮਾਰਨਿੰਗ ਯੂ ਨੋ ਤੁਹਾਨੂੰ ਪਤਾ ਜੀ ਉੱਠਣ ਵਾਲੀ ਕਿਆਮਤ ਵਾਲੀ ਸਵੇਰ ਕੀ ਹੋਵੇਗਾ ਵੈਨ ਦੈਟ ਟਰੰਪਟ ਸਾਊਂਡਸ ਜਦੋਂ ਤੁਰੀ ਵੱਜਦੀ ਹੈ ਵੈਨ ਗੋਡ ਸਪੀਕਸ ਹਿਸ ਵੌਇਸ ਜਦੋਂ ਖੁਦਾ ਆਪਣੀ ਤੁਰੀ ਬੋਲਦਾ ਹੈ ਆਲ ਦੋ 16 ਐਲੀਮੈਂਟਸ ਵਿਲ ਕਮ ਬੇਸ਼ੱਕ ਉਹਨਾਂ ਦੀਆਂ ਹੱਡੀਆਂ ਕੋਈ ਸ਼ੇਰ ਅਲੱਗ-ਅਲੱਗ ਸ਼ੇਰ ਖਾ ਗਏ ਪਰ ਜਦੋਂ ਆਖਰੀ ਤੁਰੀ ਵੱਜਦੀ ਹੈ ਤੇ 16 ਦੇ 16 ਤਾਤੀ ਇਕੱਠੇ ਹੋ ਜਾਣਗੇ ਐਂਡ ਯੂ ਵਿਲ ਸਟੈਂਡ ਅਰ ਤੁਸੀਂ ਖੜੇ ਹੋ ਜਾਓਗੇ ਹੀ ਵਿਲ ਸਟੈਂਡ ਉਹ ਵੀ ਖੜੇ ਹੋਣਗੇ ਇਟਨਲ ਅਨੰਤ ਤਵੇਚ ਐਂਡ ਰਿਵਿਲੇਸ਼ਨ 20 ਔਰ ਪ੍ਰਕਾਸ਼ਿਤਵਾ캬 ਵੀ ਦੇ ਆਰ ਸਿਟਿੰਗ ਵਿਦ ਕ੍ਰਾਈਸਟ ਉਹ ਮਸੀਹ ਦੇ ਨਾਲ ਬਿਰਾਜਣਗੇ ਟੂ ਜਜ ਦਾ ਨੇਸ਼ਨਸ ਤਾਂ ਕਿ ਉਹ ਜਗਤ ਦਾ ਨਿਆਂ ਕਰਨ ਰੂਲ ਇਨ ਦਾ ਮਿਲੇਨੀਅਮ ਔਰ ਉਹ ਹਜ਼ਾਰ ਸਾਲੇ ਰਾਜ ਵਿੱਚ ਰਾਜ ਕਰਨ ਅਮੀਨ ਆਮੀਨ ਬਲੇਸਡ ਬੀ ਦਾ ਨੇਮ ਆਫ ਦਾ ਲਾਰਡ ਪ੍ਰਭੂ ਦੇ ਨਾਮ ਦੀ ਤਾਰੀਫ ਹੋਵੇ Listen carefully. You know what the Prophet said? He said the spirit of Catholicism is a spirit of female woman worship. You know what? It started in Genesis. In that Babylon. And what was what kind of a worship is that? this worship believes and sees a woman as an object of pleasure ਇਹ ਵਰਸ਼ਿਪ ਇਸ ਤਰ੍ਹਾਂ ਸ਼ੁਰੂ ਹੋਈ ਕਿ ਇਸ ਉਪਾਸਨਾ ਵਿੱਚ ਔਰਤ ਨੂੰ ਇੱਕ ਮਨੋਰੰਜਨ ਸਮਝ ਕੇ ਪੂਜਿਆ ਗਿਆ ਆਈ ਡੋਨਟ ਵਾਂਟ ਟੂ ਸੇ ਮੱਚ ਮੈਂ ਇਹਦੇ ਬਾਰੇ ਵਿੱਚ ਬਹੁਤ ਜ਼ਿਆਦਾ ਨਹੀਂ ਬੋਲਾਂਗਾ ਵੈਨ ਐਕਚੁਅਲੀ ਦਾ ਰਾਈਟ ਪਲੇਸ ਆਫ ਦੈਟ ਸਿਸਟਰ ਵਾਸ ਐਸ ਅ ਕੁਈਨ with our husband jad ke ek aurat di ek behan di asli jagah apne patni pati de naal maharani wargi hai that's right bilkul theek hai that's what the pride of jesus christ is eh yeshu masih di dulhan hai now catch that spirit today aaj is aatma nu pakdo woman in all the advertisements har ek mashhoori de utte aurat di tasveer hai every advertisement everything a woman ਹਰ ਖਬਰ ਦੇ ਉੱਤੇ ਹਰ ਕਿਸੇ ਐਡਵਰਟਾਈਜ਼ਮੈਂਟ ਦੇ ਉੱਤੇ ਔਰਤ ਨੂੰ ਹੀ ਪੇਸ਼ ਕੀਤਾ ਜਾ ਰਿਹਾ ਹੈ ਹਰ ਜਗ੍ਹਾ ਔਰਤ 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 ਵਾਈ ਕਿਉਂ ਵਾਈਜ਼ ਦੈਟ ਸਪਿਰਿਟ ਇਸ ਆਤਮਾ ਨੂੰ ਵੇਖੋ ਬਿਕਾਜ਼ ਦਿਸ ਇਜ਼ ਦੀ ਏਜ ਕਿਉਂਕਿ ਇਹ ਉਹ ਯੋਗ ਹੈ ਵੈਨ ਦਿਸ ਬੀਸਟ ਊਡ ਰਾਈਜ਼ ਅਪ ਜਦੋਂ ਇਹ ਦ੍ਰਿੰਦਾ ਉੱਠ ਖੜਾ ਹੋਵੇਗਾ ਦਿਸ ਇਮੇਜ ਊਡ ਰਾਈਜ਼ ਅਪ اور اے مورتی کھڑی ہوے گی ار یو अंडरस्टैंडिंग کی تو سمجھ رہے ہو دیٹ از وائے یو فائنڈ दैट نیچر ان دی پیپل ایسے کر کے ਤੁਸੀਂ اس طرح دا ਸੁਭਾ ਲੋਗਾ ਵਿੱਚ ویکھ رہے ہو بٹ دس میسج وین ایلیا ਕੇਮ اور اے سندیش جے دے وچ ایلیا آیا گیو ا সিস্টر ہا رائٹ پلیس ان دی ورلڈ اے سندیش جے نوں ایلیا لے کے آیا اس نے اک عورت نوں او دی اصلی جگہ تے رکھیا دیٹس وائے ایوری بڈی ڈڈنٹ لائک ہیم ऐसे करके हर कोई ओनु पसंद नहीं करदा वेरी प्रीस्ट मैरिज एंड डिवोर्स जदों ओने शादी तलाक ਦਾ ਪ੍ਰਚਾਰ ਕੀਤਾ वेरी प्रीस्ट ਬੱਥ ਪੇਨਸ ਜਦੋਂ ઓਨੇ ਅ ਪਰਸੂਤਕ પીડા ਦੇ ਉੱਤੇ ਪ੍ਰਚਾਰ ਕੀਤਾ वेरी प्रीस्ट ਸਪੈਂਸ ਜਦੋਂ ઓਨੇ ਸਰਪਵੰਚ ਦੇ ਉੱਤੇ ਪ੍ਰਚਾਰ ਕੀਤਾ ਮੈਨੀ ਪੀਪਲ ਡੋਨਟ ਅੰਡਰਸਟੈਂਡ ਹਿਮ ਬਹੁਤ سارے ਲੋਕ ਕੋ ਨੂੰ ਸਮਝ ਨਹੀਂ ਪਾਏ ਬਟ ਦਿਸ ਗਰੁੱਪ ਦੈਟਸ ਇਨ ਦਾ ਰੈਜ਼ਰੇਕਸ਼ਨ ਪਰ ਇਹ ਝੁੰਡ ਜਿਹੜਾ ਪਹਿਲੀ ਕਿਆਮਤ ਵਿੱਚ ਆ ਰਿਹਾ ਦੇ ਅੰਡਰਸਟੂਡ ਇਟ ਉਹਨਾਂ ਨੇ ਇਹਨੂੰ ਸਮਝ ਲਿਆ ਮੈਨੀ ਮੈਨੀ ਸਿਸਟਰਸ ਵਰ ਆਫੈਂਡਡ ਬਾਈ ਦੈਟ ਮੀਟਿੰਗ ਬਹੁਤ ਸਾਰੀਆਂ ਭੈਣਾਂ ਇਹਨਾਂ ਸੁਭਾਵਾਂ ਵਿੱਚ ਆ ਕੇ ਰਸਵਾ ਹੋ ਗਈਆਂ ਵੈਨ ਅ ਪ੍ਰੋਫਟ ਸੈਡ ਜਦੋਂ ਨਬੀ ਨੇ ਕਿਹਾ ਯੂ ਆਰ ਰਾਈਟ ਪਲੇਸ ਇਜ਼ ਇਨ ਯੂਰ ਹਾਊਸ ਸਿਸਟਰ ਜਦੋਂ ਉਹਨੇ ਕਿਹਾ ਭੈਣੋ ਤੁਹਾਡੀ ਅਸਲੀ ਜਗ੍ਹਾ ਤੁਹਾਡੇ ਘਰ ਦੇ ਅੰਦਰ ਹੈ ਇਨ ਯੂਰ ਕਿਚਨ ਤੁਹਾਡੇ ਕਿਚਨ ਦੇ ਵਿੱਚ ਐਂਡ ਯੂ ਆਰ ਦ ਫਿਫਥ ਗੋਸਪਲ ਔਰ ਉਹਨੇ ਕਿਹਾ ਤੁਸੀਂ ਪੰਜਵੀਂ انجیل ਹੋ After the four gospels, for your children, you are supposed to raise your children in the uh, knowledge of God. You're not to rule over your husbands. You know why? That same spirit, I'm saying spirit, is a Catholic spirit. ਕਿਉਂਕਿ ਇਹ ਆਤਮਾ ਕੈਥੋਲਿਕ ਦਾ ਆਤਮਾ ਹੈ ਵੈਨ ਊਮਨ ਰੂਲਸ ਅ ਮੈਨ ਜਦੋਂ ਔਰਤ ਮਨੁੱਖ ਦੇ ਉੱਤੇ ਹੁਕਮਰਾਨ ਹੋ ਜਾਵੇ ਨਾ ਵਾਟ ਕੈਨ ਵੀ ਡੂ ਇਨ ਦਾ ਇਨ ਦਾ ਵਰਲਡ ਸੰਸਾਰ ਦੇ ਬਾਰੇ ਵਿੱਚ ਕੀ ਹੈ ਸੰਸਾਰ ਕੀ ਚੱਲ ਰਿਹਾ ਸਮਟਾਈਮਸ ਪੀਪਲ ਆਰ ਵਾਕਿੰਗ ਇਨ ਆਫਿਸਰਸ ਕਈ ਵਾਰ ਲੋਕ ਆਫਿਸ ਦੇ ਵਿੱਚ ਘੁੰਮਦੇ ਆ ਵੈਮਨ ਆ ਜੈ ਔਮਨ ਆ ਬੌਸਸ ਔਰ ਬੰਦੇ ਜਿਹੜੇ ਆ ਕੰਮ ਕਰ ਰਹੇ ਆ ਪਰ ਔਰਤਾਂ ਬੌਸ ਹਨ ਦੈਟਸ ਰਾਈਟ ਬਿਲਕੁਲ ਠੀਕ ਹੈ ਆ ਔਮਨ ਇਜ਼ ਸਿਟਿੰਗ ਐਸ ਅ ਸੀਈਓ ਔਰ ਔਰਤਾਂ ਸੀਓ ਦੀ ਤਰ੍ਹਾਂ ਬੈਠੀਆਂ ਹੋਈਆਂ ਹਨ ਦੈਟਸ ਰਾਈਟ ਤੇ ਬਿਲਕੁਲ ਠੀਕ ਹੈ ਐਂਡ ਯੂ ਆਰ ਵਰਕਿੰਗ ਇਨ ਸੱਚ ਅ ਪਲੇਸ ਯੈਸ ਔਰ ਤੁਸੀਂ ਐਸੇ ਸਥਾਨਾਂ ਦੇ ਉੱਤੇ ਕੰਮ ਕਰ ਰਹੇ ਹੁੰਦੇ ਹੋ ਆਮ ਨਾਟ ਸੇਇੰਗ ਯੂ ਟੂ ਸਟਾਪ ਵਰਕਿੰਗ ਮੈਂ ਨਹੀਂ ਕਹਿ ਰਿਹਾ ਕਿ ਆਪਣੇ ਕੰਮ ਬੰਦ ਕਰ ਦਿਓ ਬਟ ਕੀਪ ਯੂਰ ਸੈਲਫ ਅਵੇ ਫਰਮ ਦੈਟ ਸਪਿਰਿਟ ਪਰ ਉਸ ਆਤਮਾ ਤੋਂ ਅਲੈਦਗੀ ਰੱਖੋ ਆਰ ਯੂ ਅੰਡਰਸਟੈਂਡਿੰਗ ਕਿ ਤੁਸੀਂ ਮੇਰੇ ਨਾਲ ਹੋ ਵਨ ਡੇ ਵੈਨ ਰੌਇ ਡੇਵਿਸ ਸਟਾਰਟਡ ਗਿਵਿੰਗ ਟਿਕਟਸ ਟੂ ਔਮਨ ਟੂ ਬਿਕਮ ਪ੍ਰੀਚਰਸ ਬ੍ਰਦਰ ਬ੍ਰੈਨਮ ਸੈਡ enough brother roy davis i'm leaving this church ਜਦੋਂ ਰੋਏ ਡੇਵਿਸ ਨਾਮ ਦਾ ਵਿਅਕਤੀ ਕਿਸੇ ਔਰਤ ਨੂੰ ਪ੍ਰਚਾਰਕ ਹੋਣ ਦੀ ਟਿਕਟ ਦੇ ਰਿਹਾ ਸੀ ਭਾਈ ਬ੍ਰਾਹਮ ਨੇ ਕਿਹਾ ਭਾਈ ਰੋਏ ਡੇਵਿਸ ਬਾਏ ਬਾਏ ਮੈਂ ਇਸ ਚਰਚ ਦੇ ਵਿੱਚ ਹੁਣ ਬਹੁਤ देर ਨਹੀਂ ਰਵਾਂਗਾ that was the reason he left the baptist church ਐਸੇ ਕਰਕੇ ਉਹਨੇ ਬੈਪਟਿਸਟ ਕਲੀਸਿਆ ਨੂੰ ਛੱਡ ਦਿੱਤਾ ਸੀ ਹੀ ਵਾਸ ਕਾਲ ਆ ਵਮਨ ਹੇਟਰ ਔਰ ਓਨੂ

ਇਹ ਸਭ ਚੀਜ਼ਾਂ ਸੰਦੇਸ਼ ਦੇ ਵਿੱਚ ਹਨ ਦੈਟਸ ਵਾਈ ਦਾ ਹਾਊਸਸ ਆਫ ਬਿਲੀਵਰਸ ਆ ਸੈਟ ਇਨ ਆਰਡਰ ਐਸੇ ਕਰਕੇ ਘਰ ਅਤੇ ਵਿਸ਼ਵਾਸੀ ਬੜੇ ਆ ਆਰਡਰ ਦੇ ਵਿੱਚ ਐਂਡ ਬਿਲੀਵਰਸ ਓਬੇਇਟ ਔਰ ਉਹ ਅਨੁਸ਼ਾਸਨ ਚ ਰੱਖੇ ਜਾਂਦੇ ਹਨ ਅਤੇ ਵਿਸ਼ਵਾਸੀ ਅਨੁਸ਼ਾਸਨ ਦੀ ਪਾਲਣਾ ਕਰਦਾ ਹੈ ਦੈਟਸ ਵਾਈ ਦੇ ਆ ਬlesed ਐਸੇ ਕਰਕੇ ਉਹਨਾਂ ਨੂੰ ਬਰਕਤ ਮਿਲਦੀ ਹੈ That is why they move forward. If I speak about a pastor in a church, sit down, please. A pastor is like a husband to the church. Because that is the body God is using to bring his seed word to the church. ਆਪਣਾ ਬੀਜ ਉਤਾਰਨ ਲਈ ਆਪਣੀ ਕਲੀਸਿਆ ਦੇ ਅੰਦਰ ਦੈਟਸ ਰਾਈਟ ਇਹ ਬਿਲਕੁਲ ਠੀਕ ਹੈ ਐਂਡ ਇਟ ਇਜ਼ ਐਟ दैट ਟਾਈਮ ਵੀ ਸ਼ੁਡ ਅੰਡਰਸਟੈਂਡ ਇਸ ਸਮੇਂ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਦੈਟ ਦ ਚਰਚ ਸ਼ੁਡ ਨਾਟ ਰੂਲ ਓਵਰ ਦਾ ਪਾਸਟਰ ਇਹ ਤੋਂ ਸਾਨੂੰ ਸਮਝ ਲੈਣਾ ਚਾਹੀਦਾ ਕਿ ਕਲੀਸਿਆ ਨੂੰ ਪਾਸਟਰ ਉੱਤੇ ਹੁਕਮਰਾਨ ਨਹੀਂ ਹੋਣਾ ਚਾਹੀਦਾ ਬਟ ਸ਼ੁਡ ਬੀ ਸਬਜੈਕਟ ਪਰ ਉਹਨੂੰ ਅਧੀਨ ਹੋਣਾ ਚਾਹੀਦਾ ਹੈ ਇਸ ਦੈਨ ਦੈਟ ਗੋਡ ਵਿਲ ਬlesਸ ਦੈਟ ਚਰਚ ਤੇ ਇਸ ਤਰੀਕੇ ਨਾਲ ਖੁਦਾ ਕਲੀਸਿਆ ਨੂੰ ਬਰਕਤ ਦੇਵੇਗਾ ਐਂਡ ਦੈਟ ਇਜ਼ ਵਾਈ ਵੀ ਫਾਈਂਡ ਦੋਸ ਚਰਚਸ ਵਿਚ ਫਾਲੋ ਦਿਸ ਆਰ ਬlesਸਡ ਐਸੇ ਕਰਕੇ ਅਸੀਂ ਦੇਖਦੇ ਹਾਂ ਉਹ ਕਲੀਸਿਆ ਜਿਹੜੀ ਇਸ ਕਾਨੂੰਨ ਦੀ ਪਾਲਣਾ ਕਰਦੀ ਹੈ ਉਹਨਾਂ ਕਲੀਸਿਆਵਾਂ ਨੂੰ ਬਰਕਤ ਮਿਲਦੀ ਹੈ ਆਲਵੇਸ ਰਿਮੈਂਬਰ ਹਮੇਸ਼ਾ ਯਾਦ ਰੱਖੋ देयर विल बी ਮੈਨੀ ਥਿੰਗਸ ਯੋਰ ਪਾਸਟਰ ਊਡ ਸੇ ਵਿਚ ਯੂ ਊਡ ਨਾਟ ਅੰਡਰਸਟੈਂਡ ਬਟ ਜਸਟ ਬਲੀਵ ਇਟ ਐਂਡ ਫਾਲੋ ਇਟ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਆ ਬਹੁਤ ਸਾਰੀਆਂ ਐਸੀਆਂ ਗੱਲਾਂ ਹਨ ਜੋ ਤੁਹਾਡਾ ਪਾਸਟਰ ਬੋਲੇਗਾ ਅਤੇ ਤੁਹਾਡੀ ਸਮਝ ਵਿੱਚ ਵੀ ਨਹੀਂ ਆਉਣਗੀਆਂ ਪਰ ਬਰਕਤ ਪਾਣ ਲਈ ਉਹਨਾਂ ਗੱਲਾਂ ਦਾ ਵਿਸ਼ਵਾਸ ਕਰੋ ਐਂਡ ਕਾਇਰਟਲੀ ਫਾਲੋ ਇਟ ਚੁੱਪਚਾਪ ਉਹਨਾਂ ਗੱਲਾਂ ਨੂੰ ਮੰਨੋ ਫਿਊ ਮੰਥਸ ਵਿਲ ਗੋ ਕੁਝ ਮਹੀਨੇ ਬੀਤ ਜਾਣਗੇ ਮੇਬੀ ਅ ਫਿਊ ইयर्स ਕੁਝ ਸਾਲ ਬੀਤ ਜਾਣਗੇ ਥੈਨ ਦਿਸ ਰਿਵਿਲੇਸ਼ਨ ਵਿਲ ਓਪਨ ਟੂ ਯੂ ਫਿਰ ਉਹ ਗੱਲ ਜਿਹੜੀ ਨਬੀ ਤੁਹਾਡਾ ਪ੍ਰਚਾਰਕ ਪ੍ਰਚਾਰ ਕਰ ਰਿਹਾ ਉਹਦਾ ਪ੍ਰਕਾਸ਼ਨ ਤੁਹਾਡੇ ਉੱਤੇ ਖੁੱਲ ਜਾਵੇਗਾ ਐਂਡ ਦੈਨ ਯੂਲ ਅੰਡਰਸਟੈਂਡ ਫਿਰ ਤੁਸੀਂ ਸਮਝੋਗੇ ਥੈਂਕ ਗੋਡ ਤੁਸੀਂ ਕਹੋਗੇ ਪ੍ਰਭੂ ਤੇਰਾ ਤਾਨ ਮਾ I heard my pastor that day ਮੈਂ ਉਸ ਦਿਨ ਆਪਣੇ ਪਾਸਟਰ ਨੂੰ ਸੁਣਿਆ ਸੀ I want to tell you my brother ਭਾਈਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ try to follow that rule ਇਸ ਕਾਨੂੰਨ ਨੂੰ ਮੰਨੋ there are some people ਕੁਝ ਲੋਕ ਹੁੰਦੇ ਹਨ ਐਂਡ ਆਵ ਸੀਨ ਥੈਮ ਈਵਨ ਇਨ ਥਿਸ ਮੈਸੇਜ ਮੈਂ ਸੰਦੇਸ਼ ਦੇ ਵਿੱਚ ਵੀ ਕਈ ਐਸੇ ਲੋਕ ਦੇਖੇ ਹਨ ਹੂ ਟ੍ਰਾਈ ਟੂ ਰੂਲ ਓਵਰ ਮਿਨਿਸਟਰਸ ਕਈ ਐਸੀਆਂ ਕਲੀਸਿਆਵਾਂ ਹਨ ਜੋ ਪਾਸਟਰ ਦੇ ਉੱਤੇ ਹਕੂਮਤ ਕੁਝ ਲੋਕ ਹੁੰਦੇ ਹਨ ਕਲੀਸਿਆ ਦੇ ਅੰਦਰ ਜੋ ਪਾਸਟਰ ਦੇ ਉੱਤੇ ਕਾਬੂ ਪਾਉਣਾ ਚਾਹੁੰਦੇ ਹਨ ਦੈਟਸ ਰਾਈਟ ਅਦਰ ਮਿਨਿਸਟਰਸ ਆਲਸੋ ਦੂਸਰੇ ਸੇਵਕ ਵੀ ਦੈਟਸ ਰਾਈਟ ਦੇ ਵਾਂਟ ਟੂ ਕੀਪ ਮਿਨਿਸਟਰਸ ਇਨ देयर ਹੈਂਡਸ ਉਹ ਚਾਹੁੰਦੇ ਹਨ ਕਿ ਸੇਵਕ ਸਾਡੇ ਕਾਬੂ ਵਿੱਚ ਹੋਵੇ ਸਾਡੇ ਹੱਥ ਚ ਹੋਵੇ ਐਂਡ ਅ ਰੀਅਲ ਹੋਲੀ ਗੋਸਟ ਫਿਲਸ ਮਿਨਿਸਟਰ will never come in hands of such people ਪਰ ਅਸਲੀ ਪਵਿੱਤਰ ਆਤਮਾ ਪਾਇਆ ਸੇਵਕ ਕਦੇ ਲੋਕਾਂ ਦੇ ਕਾਬੂ ਵਿੱਚ ਨਹੀਂ ਆਵੇਗਾ ਹੀ ਇਸ ਅੰਡਰ ਸਬਜੈਕਸ਼ਨ ਟੂ ਦਾ ਵਰਡ ਉਹ वचन ਦੀ ਅਧੀਨਗੀ ਦੇ ਹੇਠ ਹੁੰਦਾ ਹੈ ਹੀ ਇਸ ਕੈਟਰੀਂਗ ਟੂ ਦਾ ਵਰਡ ਉਹ वचन ਦੇ ਅਧੀਨ ਹੁੰਦਾ ਹੈ ਦੈਟਸ ਰਾਈਟ ਬਿਲਕੁਲ ਠੀਕ ਹੈ ਹਾਰਬਰ ਬ੍ਰੈਨਮ ਗੇਵ ਐਗਜ਼ਾਮਪਲ ਆਫ ਜான் ਡੋ ਭਾਈ ਬ੍ਰਾਨਮ ਨੇ ਜੌਨ ਡੋ ਦੇ ਬਾਰੇ ਚ ਕਿਵੇਂ ਉਦਾਹਰਨ ਦਿੱਤੀ ਹਾਊ ਮਨੀ ਆਫ ਯੂ ਰੈਡ ਅਬਾਊਟ ਜੌਨ ਡੋ ਤੁਹਾਡੇ ਵਿੱਚੋਂ ਕਿੰਨੇ ਲੋਕਾਂ ਨੇ ਜੌਨ ਡੋ ਦੇ ਬਾਰੇ ਚ ਪੜਿਆ ਹੈ ਨਾ ਜੌਨ ਡੋ ਇਜ਼ ਨਾਟ ਅ ਰੀਅਲ ਮੈਨ ਹੀ ਇਜ਼ ਅ ਹਾਈਪੋਥੈਟਿਕਲ ਐਗਜ਼ਾਮਪਲ ਹੀ ਇਜ਼ ਟੇਕਿੰਗ ਔਰ ਇਹ ਜੌਨ ਡੋ ਜੋ ਹੈ ਇਹ ਅਸਲੀ ਵਾਸਤਵਿਕ ਵਿਅਕਤੀ ਨਹੀਂ ਇਹ ਸਿਰਫ ਇੱਕ ਉਦਾਹਰਨ ਦੇ ਤੌਰ ਤੇ ਇੱਕ ਵਿਅਕਤੀ ਨੂੰ ਲਿਆ ਗਿਆ ਆ ਇਨ ਦਾ ਸੈਕੰਡ ਸੀਲ ਦੂਸਰੀ ਮੋਹਰ ਦੇ ਅੰਦਰ I say this because you are believers sitting here. ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿਉਂਕਿ ਤੁਸੀਂ ਸਾਰੇ ਵਿਸ਼ਵਾਸੀ ਬੈਠੇ ਹੋਏ ਹੋ। What did John Doe do? john donne kiya kya he financed the building of the church eh john donne naam da vyakti church de vich bada paisa dinda hai and he contributed huge for the building of the church aur ecclesial church di imarat de layi eh vadh to vadh hissa paunda hai so now he has a pl place to oda ek sthan hai and will brannum said by brannum ne akha if you don't have a real god sent man he will fall in his trap vai bram han ne kiah je kar koi khuda da asli bhejya hoya jan na hove ta oh john doe varge bande de jaal vich phas javega come on brother oh bhai ji you're such a small place saadi jagah badi choti ji hai I will get you a bigger one. Oh, God has given me blessing. I will donate it for the church. So I'll give it for the church. Oh, praise <laughs> the Lord, brother. God bless you. Then Brother Branham said, "One day, what happens?" Or ek din fir hovega. Brother Branham said, "John Doe's wife is sitting in the church who has bobbed hairs." Or John Doe bade paise devega church waste the kii जॉन डोदी पत्नी ने बो देखराए हुए हैं एंड शी इज सिटिंग इन द बैक और वो बैठी हुई है पीछे एंड हियर कम्स द पास्टर और एक पास्टर आंदा है एंड ही प्रीचेस अगेंस्ट वुमन हैविंग शॉर्ट हेयर और वो औरतों दे बाल कटण दे विरोध प्रचार कर रहा है यू नो व्हाट हैपेंड की होवेगा सिस्टर जॉन डो डेंट फील वेरी नाइस और जॉन डोदी पत्नी नु बड़ा अच्छा नहीं लग रहा सो शी जस्ट वेप्ड एंड लेफ्ट द चर्च और रो रोंदी रही ते کلیسیا چو نکل گئی اینڈ लेटर ऑन इन होम ਔਰ ਥੋੜੇ ਸਮੇਂ ਬਾਅਦ ਘਰ ਦੇ ਵਿੱਚ when john doe came home ਜਦੋਂ ਜੌਨ ਡੋ ਘਰ ਵਿੱਚ ਆਇਆ sir you see ਉਹਨੇ ਕਿਹਾ ਦੇਖਦੇ ਹੋ ਤੁਸੀਂ you gave a huge amount to this man to build a church and he's making a fun of me in the middle of the meeting ਤੁਸੀਂ ਦੇਖੋ ਕੀ ਕੀਤਾ ਇੰਨਾ ਪੈਸਾ ਤੁਸੀਂ ਇਸ ਬੰਦੇ ਨੂੰ ਚਰਚ ਦੀ ਇਮਾਰਤ ਬਣਾਉਣ ਲਈ ਦੇ ਦਿੱਤਾ ਪਰ ਉਸ ਬੰਦੇ ਨੇ ਕੀ ਕੀਤਾ ਇੰਨੇ ਲੋਕਾਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰ ਦਿੱਤੀ you know ਤੁਹਾਨੂੰ ਪਤਾ so john doe also gets angry aur john dono bhi gussa hon lag janda hai and he says you know what sir aur unne kya aake ha why do you speak against shortage oh janda sevak kol e kenda hello minister tusi aurtaan de baal kattan de utte kyon prachar karde ho well the scripture says so jad ke vachne no, is prakar aakda hai nahi no, the man the uh, pastor says the scripture says like that pastor kenda hai ke vachne is prakar aakda hai but brother ਪਰ ਭਾਈ ਜੀ ਵੀ ਹੈਵ ਟੂ ਬੀ ਬ੍ਰਾਡ ਮਾਈਂਡਡ ਸਾਨੂੰ ਬੜਾ ਖੁੱਲੇ ਦਿਮਾਗ ਦੇ ਹੋਣਾ ਚਾਹੀਦਾ ਕ੍ਰਾਈਸਟ ਲਵਜ਼ एवरीवन ਸਾਨੂੰ ਹਰ ਇੱਕ ਨੂੰ ਪਿਆਰ ਕਰਨਾ ਚਾਹੀਦਾ ਹੈ ਕ੍ਰਾਈਸਟ ਲਵਜ਼ एवरीवन ਮਸੀਹ ਨੇ ਸਭ ਨੂੰ ਪਿਆਰ ਕੀਤਾ ਐਂਡ ਯੋਰ ਗੌਸਪਲ ਸ਼ੁੱਡ ਬੀ ਅ ਗੌਸਪਲ ਆਫ ਲਵ ਐਂਡ ਨਾਟ ਹੇਟ ਰੈਡ ਤੇ ਤੁਹਾਡਾ ਸੁਸਮਾਚਾਰ ਪਿਆਰ ਦਾ ਸੁਸਮਾਚਾਰ ਹੋਣਾ ਚਾਹੀਦਾ ਨਾ ਕਿ ਨਫ਼ਰਤ ਦਾ ਵਾਟ ਕਾਈਂਡ ਆਫ ਅ ਮੈਸੇਜ ਆਰ ਯੂ ਪ੍ਰੀਚਿੰਗ ਤੁਸੀਂ ਕਿਸ ਕਿਸਮ ਦਾ ਸੰਦੇਸ਼ ਦੇ ਰਹੇ ਹੋ ਪਰਨਾਮ ਸੈਡ ਇਬਰਾਹਿਮ ਨੇ ਕਿਹਾ ਇਫ ਹੀ ਇਸ ਨਾਟ ਅ ਹੋਲੀ ਗੋਸਟ ਫਿਲਡ ਮੈਨ ਜੇਕਰ ਇਹ ਬੰਦਾ ਇਹ ਪ੍ਰਚਾਰਕ ਪਵਿੱਤਰ ਆਤਮਾ ਪਾਇਆ ਹੋਇਆ ਨਹੀਂ ਹੈ ਹੀ ਵਿਲ ਫਾਲ ਫਾਰ ਦੈਟ ਟ੍ਰੈਪ ਉਹ ਉਸ ਜਾਲ ਵਿੱਚ ਫਸ ਜਾਵੇਗਾ ਯੂ نو ਵਾਟ ਹੀਲ ਸੇ ਤੁਹਾਨੂੰ ਪਤਾ ਹੋ ਕੀ ਕਹੇਗਾ ਓਕੇ ਸਰ ਆਈ ਵਿਲ ਨਾਟ ਪ੍ਰੀਚ ਇਟ ਉਹ ਕਹੇਗਾ ਠੀਕ ਹੈ ਭਾਈ ਜੀ ਜੇ ਤੁਹਾਨੂੰ ਬੁਰਾ ਲੱਗਦਾ ਤੇ ਮੈਂ ਨਹੀਂ ਪ੍ਰਚਾਰ ਕਰਾਂਗਾ ਆਈ ਵਿਲ ਬਾਈਪਾਸ ਦਿਸ ਪੁਆਇੰਟ ਮੈਂ ਇਸ ਪੁਆਇੰਟ ਤੋਂ ਲੰਘ ਜਾਵਾਂਗਾ ਐਂਡ ਬਰ ਬ੍ਰੈਨਮ ਸੈਡ ਫਿਰ ਭਾਈ ਬ੍ਰੈਨਮ ਨੇ ਕਿਹਾ ਵੀ ਹੈਵ ਮੈਨੀ ਮਿਨਿਸਟਰਸ ਹੂ ਆਰ ਬਾਈਪਾਸਿੰਗ ਦ ਰੀਅਲ ਪੁਆਇੰਟਸ ਐਂਡ ਨਾਟ ਸਪੀਕਿੰਗ ਇਟ ਇਨ ਦੈਟ ਚਰਚ ਬਿਕਾਜ਼ ਆਫ ਥੀਸ ਥਿੰਗਸ ਭਾਈ ਭਰਨਮ ਨੇ ਕਹਿਆ ਕਈ ਐਸੇ ਸੇਵਕ ਹਨ ਜੋ ਇਹਨਾਂ ਪੁਆਇੰਟਾਂ ਨੂੰ ਬਾਈਪਾਸ ਕਰ ਰਹੇ ਹਨ ਸਗੋਂ ਉਹਨਾਂ ਤੋਂ ਲੰਘਦੇ ਜਾ ਰਹੇ ਹਨ ਸਿਰਫ ਇਹਨਾਂ ਗੱਲਾਂ ਦੇ ਕਾਰਨ ਦੇ نو ਇਫ ਦੇ ਪ੍ਰੀਚ ਇਟ ਉਹਨਾਂ ਨੂੰ ਪਤਾ ਹੈ ਕਿ ਇਹ ਗੱਲ ਲਿਖੀ ਆ ਪਰ ਉਹ ਪ੍ਰਚਾਰ ਨਹੀਂ ਕਰਦੇ ਦੇ ਵਿਲ ਬੀ ਟੇਕਨ ਆਊਟ ਆਫ दैट ਪੋਸਟ ਜੇਕਰ ਉਹ ਪ੍ਰਚਾਰ ਕਰਦੇ ਨੇ ਤੇ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੋਂ ਹਟਾ ਦਿੱਤਾ ਜਾਵੇਗਾ ਮੈਟ ਮੇ ਟੈਲ ਯੂ ਬ੍ਰਦਰ ਪਰ ਭਾਈਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਲਾਜ ਹਾਸ ਨੋਟ ਵਰੀਡ ਅਬਾਊਟ ਥੈਟ Elijah is catering to God. And he will say just what the Lord said. Amen. What did that messenger told Micaiah the son of Amla? Excuse me. What did that messenger who was sent from the king, told Micaiah the son of Aimla? ਆ ਰਾਜੇ ਦੇ ਜੋ ਨੌਕਰ ਹਨ ਜਦੋਂ ਇਹ 임ਲਾ ਦੇ ਪੁੱਤਰ ਮੀਕਾ ਦੇ ਕੋਲ ਭੇਜੇ ਗਏ ਉਹਨਾਂ ਨੇ ਮੀਕਾ ਨੂੰ ਕੀ ਆਖਿਆ ਇਸ ਹਾਬਰ ਬ੍ਰਾਨਮ ਪੁਟ ਇਟ ਮਾਈ ਬ੍ਰਾਨਮ ਨੇ ਇਹਨੂੰ ਇਸ ਤਰ੍ਹਾਂ ਰੱਖਿਆ ਇਟਸ ਆਲਸੋ ਇਨ ਦਾ ਵਰਡ ਵਚਨ ਦੇ ਵਿੱਚ ਵੀ ਹੈ ਲਿਸਨ ਮਕਾਇਆ ਮੀਕਾ ਸੁਣ ਯੂ 스ਪੋਕਨ ਅਗੇਂਸਟ ਦਾ ਕਿੰਗ ਸੋ ਮਨੀ ਡੇਸ ਤੂੰ ਰਾਜੇ ਦੇ ਵਿਰੋਧ ਬੜੇ ਦਿਨਾਂ ਤੋਂ ਬੋਲਦਾ ਆ ਰਿਹਾ ਮਲੇਟ ਵੀ ਟੈਲ ਯੂ ਸਮਥਿੰਗ ਪਰ ਮੈਂ ਤੈਨੂੰ ਕੁਝ ਦੱਸਣਾ ਚਾਹੁੰਦਾ ਇਫ ਯੂ ਕੈਨ ਸਪੀਕ ਟੂਡੇ ਫॉर ਦਾ ਕਿੰਗ ਕਟੋ ਕਟ ਅੱਜ ਤੇ ਰਾਜੇ ਦੇ ਪੱਖ ਵਿੱਚ ਬੋਲ ਦੇ we will get, we will receive you back in our fellowship je tu rajay de paksh vich bol dein te assi tenu wapas apni sangat vich lai lavange 400 are speaking one thing 400 ik gal bol rahe han then makhaya said mika ne akhya i will just say what the lord says beshak 400 iko gal bol rahe han par main ohi bolanga <laughs>

ਇਥੋਂ ਤੱਕ ਅੱਜ ਵੀ ਕੁਝ ਸਨ ਹੂ ਵਿਲ ਨਾਟ ਬਾਉ ਟੂ ਦੈਟ ਇਮੇਜ ਜੋ ਉਸ ਮੂਰਤੀ ਦੀ ਉਪਾਸਨਾ ਨਹੀਂ ਕਰਨਗੇ ਲਿਸਨ ਬ੍ਰਦਰ ਸੁਣੋ ਇਟ ਵਿਲ ਬਿਕਮ ਵੈਰੀ ਸਟਰੋਂਗ ਇਹ ਬੜਾ ਮਜ਼ਬੂਤ ਹੁੰਦਾ ਜਾ ਰਿਹਾ ਹੈ ਥਰੂ ਆਊਟ ਦਾ ਵਰਲਡ ਪੂਰੇ ਵਿਸ਼ਵ ਦੇ ਵਿੱਚ ਐਂਡ ਇਵਨ ਇਨ ਦਿਸ ਕੰਟਰੀ ਇਸ ਦੇਸ਼ ਦੇ ਅੰਦਰ ਯੂ ਵਿਲ ਬੀ ਬ੍ਰੌਟ ਟੂ ਦੈਟ ਟੈਸਟ ਤੁਹਾਡਾ ਵੀ ਪਰਤਾਵਾ ਲਿਆ ਜਾਏਗਾ ਪਰਖੇ ਜਾਓਗੇ ਵਿਲ ਯੂ ਜੁਆਇਨ ਅਪ ਵਿਦ ਥੈਮ ਕੀ ਤੁਸੀਂ ਉਹਨਾਂ ਦੇ ਨਾਲ ਜੁੜ ਜਾਓਗੇ ਇਟਸ ਦੈਟ ਟਾਈਮ ਦੈਟ ਦਾ ਰੀਅਲ ਇਲੈਕਟ੍ਰੋਪਿਲ ਸੇ ਨੋ ਇਹ ਉਹ ਸਮਾਂ ਹੋਵੇਗਾ ਜਦੋਂ ਅਸਲੀ ਝੁੰਡ ਕਵੇਗਾ ਨਹੀਂ ਗੋਡ ਰੀਲੀ ਬlesਸ ਯੂ ਖੁਦਾ ਤੁਹਾਨੂੰ ਬਰਕਤ ਦੇਵੇ ਵੀ ਆਰ ਟ੍ਰਾਈਂਗ ਟੂ ਕੁਆਲੀਫਾਈ ਹੂ ਥਿਸ ਬਰਾਇਡ ਇਸ ਅਸੀਂ ਉਸ ਦੁਲਹਨ ਨੂੰ ਵੇਖਣਾ ਚਾਹ ਰਹੇ ਹਾਂ ਕਿ ਇਹ ਕੌਣ ਹੈ ਲਓ ਟਰਨ ਵਿਦ ਮੀ ਟੂ ਅਨਦਰ ਸਕ੍ਰਿਪਚਰ ਸੌਰੀ ਔਰ ਮੇਰੇ ਨਾਲ ਜਸਟ ਅ ਮਿੰਟ ਰਿਵਿਲੇਸ਼ਨ 13 ਔਰ ਮੇਰੇ ਨਾਲ ਪ੍ਰਕਾਸ਼ 13ਵੇਂ ਅਧਿਆਇ ਚ ਚੱਲਦੇ ਆਂ ਵੀ ਆਰ ਇਨ 13 ਐਂਡ ਆਮ ਗੋਇੰ ਟੂ ਰੀਡ ਦੈਟ ਵਰਸ ਫਾਰ ਯੂ ਔਰ ਮੈਂ ਤੁਹਾਡੇ ਲਈ ਇਸ 13ਵੇਂ ਅਧਿਆਇ ਚੋਂ ਆਇਤ ਪੜ੍ਹਨਾ ਚਾਹੁੰਦਾ ਹਾਂ ਰੀਡ ਵਰਸ 16 ਬ੍ਰਦਰ 16ਵੀਂ ਆਇਤ ਨੂੰ ਪੜ੍ਹਦੇ ਹਾਂ ਯੈਸ ਬ੍ਰਦਰ ਅਤੇ ਉਹ ਸਭ ਨਾਲ ਛੋਟਿਆਂ ਵੱਡਿਆਂ ਧਨੀਆਂ ਗਰੀਬਾਂ ਆਜ਼ਾਦਾਂ ਅਤੇ ਗੁਲਾਮਾਂ ਨੂੰ ਉਹਨਾਂ ਦੇ ਸੱਜੇ ਹੱਥ ਉੱਤੇ अथवा ਉਹਨਾਂ ਦੇ ਮੱਥੇ ਉੱਤੇ ਦਾਗ ਦਵਾ ਦਿੰਦਾ ਹੈ ਆਈ ਲਿਸਨਿੰਗ ਕੀ ਤੁਸੀਂ ਸੁਣ ਰਹੇ ਹੋ ਅ ਮਾਰਕ ਇਸ ਪੋਟ ਔਨ ਦਾ ਫੋਰਹੈਡਸ ਔਨ ਦਾ ਹੈਂਡਸ ਇਨ ਨਿਸ਼ਾਨ ਰਾਈਟ ਹੈ ਮੱਥੇ ਉੱਤੇ ਅਤੇ ਸੱਜੇ ਹੱਥ ਉੱਤੇ ਲਗਾਇਆ ਜਾਂਦਾ ਹੈ

ਪਰ ਇਹ ਨੋਮਾ ਦੀ ਆਇਤ ਦੀ ਚੌਥੀ ਆਇਤ ਯੈਸ ਬ੍ਰਦਰ ਅਸੀਂ ਪੜ੍ਹਦੇ ਹਾਂ ਅਤੇ ਉਹਨਾਂ ਨੂੰ ਇਹ ਆਖਿਆ ਗਿਆ ਪਹਿਨਾ ਧਰਤੀ ਦੇ ਘਾ ਦਾ ਨਾ ਕਿਸੇ ਹਰੀਆਲੀ ਦਾ ਨਾ ਕਿਸੇ ਰੁੱਖ ਦਾ ਵਿਗਾੜ ਕਰੋ ਪਰ ਨਿਰਾ ਉਹਨਾਂ ਮਨੁੱਖਾਂ ਦਾ ਜਿਨ੍ਹਾਂ ਦੇ ਮੱਥੇ ਉੱਤੇ ਖੁਦਾ ਦੀ ਮੋਹਰ ਨਹੀਂ ਹੈ ਥੀਸ ਪਲੇਗਸ ਆਰ ਸੁਪੋਜ਼ ਟੂ ਡਿਸਟਰਬ ਓਨਲੀ ਥੋਸ Who don't have the seal of god on their foreheads ਏ ਬਬਾ ਇਹ ਬਿਮਾਰੀਆਂ ਤਾਂ ਸਿਰਫ ਉਹਨਾਂ ਦੇ ਉੱਤੇ ਆਉਂਦੀਆਂ ਹਨ ਜਿਨ੍ਹਾਂ ਦੇ ਉੱਤੇ ਖੁਦਾ ਦੀ ਮੋਹਰ ਨਹੀਂ ਲੱਗੀ ਨਾ ਆਈ ਵਾਂਟ ਟੂ ਸ਼ੋ ਯੂ ਦਾ ਲੋਕੇਸ਼ਨ ਆਫ ਦਾ ਸੀਲ ਆਫ ਗੋਡ ਬਿਕਾਜ਼ ਆਮ ਗੋਇੰ ਟੂ ਕਮ ਟੂ ਨਾਓ ਦਾ ਬੈਪਟਿਸਮ ਆਫ ਦਾ ਹੋਲੀ ਗੋਸਟ ਹੁਣ ਮੈਂ ਤੁਹਾਨੂੰ ਉਹ ਜਗ੍ਹਾ ਦਿਖਾਉਣਾ ਚਾਹੁੰਦਾ ਹਾਂ ਕਿ ਇਹ ਮਾਰਕ ਆਫ ਦਾ ਬੀਸਟ ਕਿੰਨਾ ਉੱਤੇ ਨਹੀਂ ਲੱਗਦਾ ਕਿਉਂਕਿ ਮੇਰਾ ਪੁਆਇੰਟ ਅਗਲਾ ਹੈ ਪਵਿੱਤਰ ਆਤਮਾ ਦਾ ਬਪਤਿਸਮਾ ਐਂਡ ਵੇਅਰ ਦਸ ਐਪਲਾਈ ਔਰ ਇਹ ਕਿੱਥੇ ਲਾਗੂ ਹੁੰਦਾ ਹੈ ਨਾ ਇਟ ਸੇਸ ਦੋਸ ਮੈਨ ਵਿਚ ਹੈਵ ਨਾਟ ਦਾ ਸੀਲ ਆਫ ਗੋਡ ਇਨ देयर ਫੋਰਹੈਡਸ ਔਰ ਉਹ ਨਾ ਯੈਸ ਨਾ ਕਿਸੇ ਹਰਿਆਲੀ ਦਾ ਨਾ ਕਿਸੇ ਰੁੱਖ ਦਾ ਵਿਗਾੜ ਕਰੋ ਪਰ ਨਿਰਾ ਉਹਨਾਂ ਮਨੁੱਖਾਂ ਦਾ ਜਿਨ੍ਹਾਂ ਦੇ ਮੱਥੇ ਉੱਤੇ ਖੁਦਾ ਦੀ ਮੋਹਰ ਨਹੀਂ ਹੈ ਆਈ ਵਾਂਟ ਟੂ ਸ਼ੋ ਯੂ ਦਾ ਲੋਕੇਸ਼ਨ ਆਫ ਦਾ ਮਾਰਕ ਆਫ ਦਾ ਬੀਸਟ ਐਂਡ ਦਾ ਲੋਕੇਸ਼ਨ ਆਫ ਦਾ ਸੀਲ ਆਫ ਗੋਡ ਮੈਂ ਤੁਹਾਨੂੰ ਦਰਿੰਦੇ ਦਾ ਨਿਸ਼ਾਨ ਅਤੇ ਖੁਦਾ ਦੀ ਮੋਹਰ ਦਿਖਾਉਣਾ ਚਾਹੁੰਦਾ ਹਾਂ ਦਾ ਪਲੇਸ ਵੇਅਰ ਦਾ ਸੀਲ ਵਾਸ ਪੁਟ ਉਹ ਜਗਾ ਜਿੱਥੇ ਮੋਹਰ ਲਗਾਈ ਗਈ ਦਾ ਮਾਰਕ ਆਫ ਦਾ ਬੀਸਟ ਇਜ਼ ਪਲੇਸਡ ਔਨ ਦਾ ਫੋਰਹੈਡ ਤੇ ਆਂਦੇਓ ਦਰਿੰਦੇ ਦਾ ਨਿਸ਼ਾਨ ਮੱਥੇ ਉੱਤੇ ਲੱਗਦਾ ਹੈ ਐਂਡ ਔਨ ਦਾ ਰਾਈਟ ਹੈਂਡ ਔਰ ਸਜੇ ਹੱਥ ਉਤੇ ਲੱਗਦਾ ਹੈ ਐਂਡ ਦਾ ਸੀਲ ਆਫ ਗੋਡ ਇਜ਼ ਪਲੇਸਡ ਔਨ ਦਾ ਫੋਰਹੈਡ ਔਰ ਖੁਦਾ ਦੀ ਮੋਹਰ ਵੀ ਮੱਥੇ ਉੱਤੇ ਲੱਗਦੀ ਹੈ ਆਰ ਯੂ ਫਾਲੋਇੰਗ ਟੈਲ ਮੀ ਥਿਲ ਨਾ ਕੀ ਤੁਸੀਂ ਹੁਣ ਤੱਕ ਮੈਨੂੰ ਸਮਝ ਰਹੇ ਹੋ ਦ ਬੈਪਟਿਸਮ ਆਫ ਦ ਹੋਲੀ ਗੋਸਟ ਪਵਿੱਤਰ ਆਤਮਾ ਦਾ ਬਪਤਿਸਮਾ ਇਜ਼ ਅ ਸੀਲ ਇੱਕ ਮੋਹਰ ਹੈ ਵਿਚ ਇਜ਼ ਪੁਟ ਔਨ ਦ ਫੋਰਹੈਡ ਜੋ ਕਿ ਮੱਥੇ ਉੱਤੇ ਲੱਗਦੀ ਹੈ ਆਮ ਗੋਇੰ ਟੂ ਰੀਡ ਅ ਕੋਟ ਫਾਰ ਯੂ ਮੈਂ ਤੁਹਾਡੇ ਲਈ ਹਵਾਲਾ ਪੜ੍ਹਨਾ ਚਾਹੁੰਦਾ ਹਾਂ ਫਰੋਂ ਦ ਮੈਸੇਜ ਆਫ 10 ਵਰਜਨਸ ਔਰ 10 ਕੁਆਰੀਆਂ ਵਾਲੇ ਸੰਦੇਸ਼ ਵਿੱਚੋਂ ਪਲੀਜ਼ ਟ੍ਰਾਈ ਟੂ ਹਿਅਰ ਇਟ ਕੇਅਰਫੁਲੀ ਇਸ ਨੂੰ ਧਿਆਨ ਦੇ ਨਾਲ ਸੁਣੋ ਸੋ ਦੈਟ ਯੂ ਅੰਡਰਸਟੈਂਡ ਵਾਟ ਕਾਈਂਡ ਆਫ ਅ ਸੀਲ ਇਜ਼ ਦਿਸ ਤਾਂ ਕਿ ਤੁਸੀਂ ਸਮਝ ਸਕੋ ਕਿ ਇਹ ਕਿਸ ਤਰ੍ਹਾਂ ਦੀ ਮੋਹਰ ਹੈ ਹੀ ਸੇਜ਼ ਉਹਨੇ ਆਖਿਆ ਵੀ ਆਲ ਨੋ ਅਸੀਂ ਸਭ ਜਾਣਦੇ ਹਾਂ that the seal of god is the holy spirit ਅਸੀਂ ਜਾਣਦੇ ਹਾਂ ਕਿ ਖੁਦਾ ਦੀ ਮੋਹਰ ਪਵਿੱਤਰ ਆਤਮਾ ਹੈ ਰਿਵੈਲੇਸ਼ਨ 9 1 ਟੂ 4 ਪ੍ਰਕਾਸ਼ਿਤ ਵਾਕਿਆ ਨੋਵਾਂ ਦੇ ਆਏ ਉਹਦੀ 1 ਤੋਂ 4 ਤੱਕ ਯ ਫਾਈਂਡਿੰਗ ਦ ਸੀਲ ਆਫ ਗੋਡ ਇਨ ਦ ਬੁੱਕ ਆਫ ਰਿਵੈਲੇਸ਼ਨ ਅਸੀਂ ਦੇਖਦੇ ਹਾਂ ਖੁਦਾ ਦੀ ਮੋਹਰ ਪ੍ਰਕਾਸ਼ਿਤ ਵਾਕਿਆ ਦੀ ਕਿਤਾਬ ਦੇ ਅੰਦਰ ਯੂ ਫਾਈਂਡ ਦ ਦੇ ਆਲ ਹੈਵ ਦ ਸੀਲ ਇਨ देयर ਫੋਰਹੈਡ ਅਸੀਂ ਦੇਖਦੇ ਆਂ ਕਿ ਉਹ ਮੋਹਰ ਜੋ ਹੈ ਸਬਦ ਦੇ ਮੱਥੇ ਉੱਤੇ ਲੱਗਦੀ ਹੈ ਇਨਫੀਸ਼ੀਅੰਸ 430 ਪੌਲ ਸੈਡ ਔਰ ਅਫਸੀਆ 430 ਦੇ ਵਿੱਚ ਪੌਲਸ ਨੇ ਆਖਿਆ ਹੀ ਹੈ ਸੀਲਡ ਅਸ ਬਾਈ ਹਿਸ ਹੋਲੀ ਸਪਿਰਿਟ ਔਰ ਉਹਨੇ ਸਾਨੂੰ ਪਵਿੱਤਰ ਆਤਮਾ ਦੇ ਨਾਲ ਮੋਹਰ ਬੰਦ ਕੀਤਾ ਐਂਜਲ ਦਾ ਡੇ ਆਫ ਰੈਡੈਂਪਸ਼ਨ ਸ਼ੁਟਕਾਰੇ ਦੇ ਦਿਨ ਤੱਕ ਲਈ ਗਰੀਵ ਨੋਟ ਦਾ ਹੋਲੀ ਸਪਿਰਿਟ ਇਸ ਲਈ ਪਵਿੱਤਰ ਆਤਮਾ ਨੂੰ ਸ਼ੋਕ ਕਿਉਂ ਨਾ ਕਰੋ ਦੈਟਸ ਦੈਟ ਐਂਜਲ ਇਹ ਹੀ ਉਹ ਦੂਤ ਦੈਟ ਕਮ ਫੋਰ ਸੀਲਿੰਗ ਅਪਨ ਥੈ ਫੋਰਹੈਡ ਇਹੀ ਉਹ ਦੂਤ ਹੈ ਪਵਿੱਤਰ ਆਤਮਾ ਜੋ ਮੱਥੇ ਉੱਤੇ ਮੋਹਰ ਲਾਉਣ ਲਈ ਆਉਂਦਾ ਹੈ ਨਾ ਹੀ ਇਸ ਐਕਸਪਲੇਨਿੰਗ ਦੈਟ ਸੀਲਿੰਗ ਉਹ ਉਹ ਮੋਹਰ ਦੇ ਬਾਰੇ ਵਿੱਚ ਵਿਖਿਆਨ ਕਰ ਰਿਹਾ ਹੈ ਸੀਲਿੰਗ ਔਨ ਦਾ ਫੋਰਹੈਡ ਮੱਥੇ ਦੇ ਉੱਤੇ ਮੋਹਰ ਲਗਾਉਣਾ ਨਾ ਦੈਟ ਡਸਨਟ ਮੀਨ ਹੀ ਟੇਕਸ ਐਂਡ ਪੁੱਟਸ ਅ ਸਪੌਟ ਅਪ ਥੇਰ ਔਰ ਉਹਦੇ ਕਹਿੰਦਾ ਮਤਲਬ ਇਹ ਨਹੀਂ ਆ ਕਿ ਮੱਥੇ ਦੇ ਉੱਤੇ ਇੱਕ ਛੋਟਾ ਜਿਹਾ ਨਿਸ਼ਾਨ ਲਗਾ ਦੇਣਾ ਯੋਰ ਫੋਰਹੈਡ ਇਜ਼ ਯੋਰ ਰਿਵੈਲੇਸ਼ਨ ਤੁਹਾਡਾ ਮੱਥਾ ਤੁਹਾਡਾ ਪ੍ਰਕਾਸ਼ਨ ਹੈ ਐਂਡ ਯੋਰ ਹੈਂਡ ਇਜ਼ ਵਾਟ ਯੂ ਡੂ ਅਬਾਊਟ ਇਟ ਔਰ ਤੁਹਾਡਾ ਹੱਥ ਉਹ ਹੈ ਜੋ ਤੁਸੀਂ ਇਸ ਪ੍ਰਕਾਸ਼ਨ ਦੇ ਬਾਰੇ ਵਿੱਚ ਕਰਦੇ ਹੋ ਸੀ ਦੇਖੋ ਇਟਸ ਅ ਸਪਿਰਚੁਅਲ ਮਾਰਕ ਇਹ ਤਾਂ ਆਤਮਿਕ ਚਿੰਨ ਹੈ ਹੀ ਡੋਨਟ ਟੇਕ ਅ ਬਿਗ ਸਟੈਂਪ ਉਹ ਇੱਕ ਬੜੀ ਵੱਡੀ ਮੋਹਰ ਨਹੀਂ ਲੈਂਦਾ ਐਂਡ ਸਟੈਂਪ ਯੂ ਲਾਈਕ ਇਟ ਔਰ ਇਸ ਤਰ੍ਹਾਂ ਨਹੀਂ ਤੁਹਾਡੇ ਉੱਤੇ ਥੋੜ ਆ ਲਗਾ ਦਿੰਦਾ ਬਟ दैट ਮਾਰਕ ਇਜ਼ ਪੁਟ ਇਨ ਯੋਰ ਫੋਰਹੈਡ ਪਰ ਇਹ ਨਿਸ਼ਾਨ ਤੁਹਾਡੇ ਮੱਥੇ ਉੱਤੇ ਲਗਾਇਆ ਜਾਂਦਾ ਵੇਅ ਯੂ ਗੈਟ ਯੋਰ ਰਿਵੈਲੇਸ਼ਨ ਜਿੱਥੇ ਤੁਸੀਂ ਆਪਣਾ ਪ੍ਰਕਾਸ਼ਨ ਪ੍ਰਾਪਤ ਕਰਦੇ ਹੋ ਸੋ ਇਨ अदर वर्ड्स ਦੂਸਰੇ ਸ਼ਬਦਾਂ ਵਿੱਚ ਥਿਸ ਗਰੁੱਪ दैट ਇਸ ਕਾਲਡ ਅ ਬਰਾਇਡ ਇੱਕ ਝੁੰਡ ਜਿਹਨੂੰ ਦੁਲਹਨ ਆਖਿਆ ਜਾਂਦਾ ਦੇ ਹੈਵ ਰਿਸੀਵਡ ਅ ਰਿਵੈਲੇਸ਼ਨ ਉਹਨਾਂ ਨੂੰ ਪਰਕਾਸ਼ਨ ਮਿਲਿਆ ਹੈ when they receive the seal of god ਜਦੋਂ ਇਹਨਾਂ ਨੂੰ ਖੁਦਾ ਦੀ ਮੋਹਰ ਮਿਲਦੀ ਹੈ which is the baptism of the holy ghost ਜੋ ਕਿ ਪਵਿੱਤਰ ਆਤਮਾ ਦਾ ਬਪਤਿਸਮਾ ਹੈ today you will understand ਤਾਂ ਤੁਸੀਂ ਸਮਝੋਗੇ baptism of holy ghost is a revelation that a believer receives आज तो पता लगेगा कि पवित्र आत्मा का बपतुस्मा एक प्रकाशन है जो एक विश्वासी मिलता है इट्स नॉट स्पीकिंग इन टंग्स ए प्राई भाख्या च बोलना नहीं है इट्स नॉट जस्ट गिफ्ट्स ए कोई वरदान ही नहीं है इट्स अ रिवीलेशन ए प्रकाशन है बिकॉज़ दैट सील क्योंकि मोहर इज पुट ऑन योर फोरहेड ਇਹ ਤੁਹਾਡੇ ਮੱਥੇ ਤੇ ਲਗਾਈ ਜਾਂਦੀ ਹੈ ਔਰ ਯੋਰ ਰਾਈਟ ਹੈਂਡ ਔਰ ਤੁਹਾਡੇ ਸੱਜੇ ਹੱਥ ਤੇ ਲਗਾਈ ਜਾਂਦੀ ਹੈ ਵਾਟ ਦਾ ਪ੍ਰੋਫਟ ਪ੍ਰੀਚ ਨਬੀ ਨੇ ਕੀ ਪ੍ਰਚਾਰ ਕੀਤਾ ਵਾਕਸ ਇਜ਼ ਫੇਥ ਐਕਸਪ੍ਰੈਸਡ ਨਬੀ ਨੇ ਪ੍ਰਚਾਰ ਕੀਤਾ ਕੰਮ ਕਰ ਵਿਸ਼ਵਾਸ ਨੂੰ ਪ੍ਰਗਟ ਕਰਦਾ ਹੈ ਐਂਡ ਦੈਟ ਸੀਲ ਇਜ਼ ਔਨ ਬੋਥ ਸਾਈਡਸ ਔਰ ਮੋਹਰ ਦੋਨਾਂ ਹਿੱਸਿਆਂ ਦੇ ਉੱਤੇ ਹੈ ਇਟ ਇਨ ਯਰ ਰਿਵਿਲੇਸ਼ਨ ਇਹ ਤੁਹਾਡੇ ਪ੍ਰਕਾਸ਼ਨ ਵਿੱਚ ਹੈ ਇਨ ਦਾ ਵਰਡਸ ਵੈਨ ਯੂ ਰੀਸੀਵ ਦਾ ਸੀਲ ਆਫ ਗੋਡ ਦੂਸਰੇ ਸ਼ਬਦਾਂ ਵਿੱਚ ਜਦੋਂ ਤੁਸੀਂ ਖੁਦਾ ਦਾ ਪ੍ਰਕਾਸ਼ਨ ਲੈਂਦੇ ਹੋ ਆ ਰਿਵਿਲੇਸ਼ਨ ਵਾਸ ਰਿਵੀਲ ਟੂ ਯੂ ਜਦੋਂ ਤੁਹਾਨੂੰ ਮੋਹਰ ਮਿਲਦੀ ਹੈ ਤੇ ਤੁਹਾਨੂੰ ਖੁਦਾ ਦਾ ਪ੍ਰਕਾਸ਼ਨ ਮਿਲਦਾ ਆ ਲੈਟਸ ਫਾਲੋ ਇਟ ਅ ਲਿਟਲ ਮਿੰਟ ਆਓ ਇਹਨੂੰ ਸਮਝੀਏ ਥੋੜੇ ਸਮੇਂ ਲਈ ਲੈਟਸ ਗੋ ਟੂ ਦੈਟ ਫਸਟ ਗਰੂਪ ਆਓ ਸਭ ਪਹਿਲੇ ਇੱਕ ਝੁੰਡ ਦੇ ਵਿੱਚ ਜਾਈਏ ਵਾਟ ਕਾਈਂਡ ਆਫ ਰਿਵਿਲੇਸ਼ਨ ਦੇ ਰੀਸੀਵਡ ਇਹ ਕਿਸ ਪ੍ਰਕਾਰ ਦਾ ਪ੍ਰਕਾਸ਼ਨ ਪ੍ਰਾਪਤ ਕਰਦੇ ਹਨ which was their sealing ਜੋ ਕਿ ਉਹਨਾਂ ਦੀ ਮੋਹਰ ਹੈ try to catch it ਸਮਝਣ ਦੀ ਕੋਸ਼ਿਸ਼ ਕਰੋ 120 on the day of pentecost 120 ਲੋਕ ਪੈਂਟਿਕੋਸਟ ਦੀ ਜਮਾਤ ਦੇ ਅੰਦਰ when the baptism of holy ghost came on them ਉਹ ਤੋਂ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਉਤਰਿਆ ਐਂਡ ਦੇ ਵਾਸ ਸੀਲਡ ਉਹ ਮੋਹਰਬੰਦ ਕੀਤੇ ਗਏ ਇਮੀਡੀਏਟਲੀ ਪੀਸ ਡਾ ਗਾਟ ਅਪ ਉਹ ਉਸੇ ਸਮੇਂ

were calling upon the name of Jehovah. ਇਹ ਉਸ ਝੁੰਡ ਨੂੰ ਪ੍ਰਚਾਰ ਕਰ ਰਿਹਾ ਸੀ ਜੋ ਸਾਲਾਂ ਤੋਂ ਯਹੋਵਾ ਦੇ ਨਾਮ ਤੇ ਪ੍ਰਾਰਥਨਾ ਕਰਦੇ ਰਹੇ। But Peter ਪਰ <laughs> ਪਤਰਸ was telling them people ਔਰ ਉਹਨਾਂ ਲੋਕਾਂ ਨੂੰ ਉਹ ਦੱਸ ਰਿਹਾ ਸੀ ਨਾ ਯੂ ਨੀਡ ਅ ਬੈਪਟਿਜ਼ਮ ਇਨ ਦਾ ਨੇਮ ਆਫ ਜੀਸਸ ਜਦੋਂ ਪਤਰਸ ਪ੍ਰਚਾਰ ਕਰਨ ਲੱਗਾ ਇਹਨੇ ਉਹਨਾਂ ਉਸ ਝੁੰਡ ਦੇ ਲੋਕਾਂ ਨੂੰ ਆਖਿਆ ਤੁਹਾਡਾ ਬਪਤਿਸਮਾ ਯੀਸ਼ੂ ਮਸੀਹ ਦੇ ਨਾਮ ਵਿੱਚ ਹੋਣਾ ਚਾਹੀਦਾ ਹੈ what happened ki hoya in that age us yogdev vich jo hua hai changed his name us yog de andar yehova ne apna naam badal liya and now from jehova he had become jesus oh yehova to yeshu ban gaya and these who were sealed by the holy ghost aur ae oh jinna de utte pavitra atma naal mohar lagi si what kind of revelation they received ohna nu kis prakar da prakashan milya

ਪਤਰਸ ਨੇ ਮਨੁੱਖੀ ਜਾਮੇ ਦੇ ਅੰਦਰ ਖੁਦਾ ਦਾ ਪ੍ਰਕਾਸ਼ਨ ਪ੍ਰਾਪਤ ਕੀਤਾ ਐਂਡ ਆ ਲਾਰਡ ਸੇਡ ਔਰ ਪ੍ਰਭੂ ਨੇ ਕਿਹਾ ਬlesed art thou Simon Barjona ਉਹਨੇ ਕਿਹਾ ਤਨ ਹੈ ਤੂੰ ਸ਼ਮੌਨ ਬਰਜੋਨਾ ਫlesh and blood did not reveal this to you ਲਹੂ ਅਤੇ ਮਾਸ ਨੇ ਗਲ ਤੇਰੇ ਤੇ ਪ੍ਰਗਟ ਨਹੀਂ ਕੀਤੀ ਬਟ ਮਾਈ ਫਾਦਰ ਵਿਚ ਇਜ਼ ਇਨ ਹੈਵਨ ਹੈਸ ਰਿਵੀਲਡ ਇਸ ਟੂ ਯੂ ਪਰ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਹੈ ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ ਡੈਟ ਰਿਵਿਲੇਸ਼ਨ ਬੀਕਮ ਪੀਟਰਸ ਮਾਰਕ ਉਹ ਉਹ ਪ੍ਰਕਾਸ਼ਨ ਪਤਰਸ ਦਾ ਚਿੰਨ ਬਣ ਗਿਆ ਹੀ ਗੋਟ ਮਾਰਕਡ ਵਿਦ दैट ਮਾਰਕ ਉਹ ਉਸ ਨਿਸ਼ਾਨ ਦੇ ਨਾਲ ਨਿਸ਼ਾਨਿਤ ਅਰਥਾਤ ਉਹਨੂੰ ਉਹਦੇ ਉਸ ਪ੍ਰਕਾਸ਼ਨ ਦੇ ਨਾਲ ਚਿੰਨ ਲਗਾ ਦਿੱਤਾ ਗਿਆ ਵੈਨ ਯੂ ਰੀਸੀਵ ði ਰਿਵਿਲੇਸ਼ਨ ਆਫ ਗੋਡ ਇਨ ਹਿਸ ਏਜ ਜਦੋਂ ਤੁਸੀਂ ਖੁਦਾ ਦਾ ਪ੍ਰਕਾਸ਼ਨ ਆਪਣੇ ਯੁੱਗ ਵਿੱਚ ਪ੍ਰਾਪਤ ਕਰਦੇ ਹੋ ਦੈਟ ਇਜ਼ ði ਮਾਰਕ ਯੂ ਰੀਸੀਵ ਇਹ ਉਹ ਚਿੰਨ ਹੁੰਦਾ ਆ ਜੋ ਤੋਂ ਨੂੰ ਮਿਲਦਾ ਆ ਵੇਰ ਕੋਰ ਇਜ਼ ਟੂਡੇ ਅੱਜ ਖੁਦਾ ਕਿੱਥੇ ਹੈ ਦੈਟ ਇਜ਼ ਦ ਸੀਲ ਇੱਕ ਮੋਹਰ ਹੈ ਦੈਟ ਇਜ਼ ਦ ਮਾਰਕ ਇੱਕ ਚਿੰਨ ਹੈ ਦੇਵੋ ਗੈਨਿੰਗ ਮਾਰਕਡ ਬਾਈ ਆਇਡੈਂਟੀਫਾਈਂਗ ਗੋਡ ਇਨ ਅ ਮਿਨਿਸਟਰ ਖੁਦਾ ਉਹਨਾਂ ਨੂੰ ਚਿੰਨ ਲਗਾ ਦਿੰਦਾ ਤਾਂ ਕਿ ਉਹ ਪਛਾਣ ਕਰ ਸਕਣ ਕਿ ਖੁਦਾ ਅੱਜ ਇੱਕ ਸੇਵਕਾਈ ਦੇ ਅੰਦਰ ਹੈ ਅਲਸਨ ਕੇਅਰਫੁਲੀ ਧਿਆਨ ਦੇ ਨਾਲ ਸੁਣੋ This is very strong now. Yeah, everybody cannot digest it. <laughs> but you need to come to that level. Listen to it very carefully. When the disciples got marked, the mark came on them when they believed in God in present tense. Mark or Nishan or Udolaga. ਜਦੋਂ ਉਹਨਾਂ ਨੇ ਖੁਦਾ ਨੂੰ ਵਰਤਮਾਨ ਸਮੇਂ ਦੇ ਵਿੱਚ ਕਬੂਲ ਕੀਤਾ ਦ ਰੈਸਟ ਆਫ ਦਾ ਵਰਲਡ ਬਾਕੀ ਜਹਾਨ ਤੋਂ ਇੱਕ ਪਾਸੇ ਹੋ ਗਏ ਦਾ ਫਰੀਸੀਜ਼ ਐਂਡ ਸੈਦੋਸੀਜ਼ ਫਰੀਸੀਅਤ ਤੇ ਸਦੂਕੀਆਂ ਤੋਂ ਪਰੇ ਹੋ ਕੇ ਦੇ ਕੁਡ ਨਾਟ ਕੈਚ ਦਾ ਰਿਵੈਲੇਸ਼ਨ ਆਫ ਗੋਡ ਇਨ देयर ਏਜ ਧੋਕੇ ਫਕੀਤੇ ਫਰੀਸੀ ਆਪਣੇ ਜਮਾਨੇ ਦੇ ਵਿੱਚ ਖੁਦਾਵੰਦ ਦਾ ਪ੍ਰਕਾਸ਼ਨ ਗ੍ਰਹਿਣ ਕਰ ਹੀ ਨਹੀਂ ਪਾਏ ਦੇ ਮਿਸ ਥੈਟ ਸੀਲਿੰਗ ਉਹਨਾਂ ਨੇ ਉਸ ਮੋਹਰ ਨੂੰ Bypass And on the day of Pentecost, or Pentecost, they did when these 120 received the Holy Ghost, they received a mark on, a chain on their forehead. Immediately after receiving that mark, Peter declared that name. The name in which the salvation is. ਉਨੇ ਨਾਮ ਬੋਲਿਆ ਜਿਸ ਨਾਮ ਦੇ ਵਿੱਚ ਉਧਾਰ ਹੈ ਆਰ ਯੂ ਅੰਡਰਸਟੈਂਡਿੰਗ ਕੀ ਤੂੰ ਸਮਝ ਰਹੇ ਹੋ ਗੋਡ ਰੀਲੀ ਬlesਸ ਯੂ ਖੁਦਾ ਤੁਹਾਨੂੰ ਬਰਕਤ ਦੇਵੇ ਨਾ ਆਮ ਗੋ ਟੂ ਗੋ ਲਿਟਲ ਫਾਰਦਰ ਹੁਣ ਮੈਂ ਥੋੜਾ ਅੱਗੇ ਜਾਣਾ ਚਾਹੁੰਦਾ ਹਾਂ ਇਨ ਚੈਪਟਰ 9 ਨੋ ਦੇ ਆ ਦੇ ਵਿੱਚ ਇਟ ਸੇਜ਼ ਦ ਸੀਲ ਆਫ ਗੋਡ ਵਾਸ ਵੇਅ ਓਨ ਦਾ ਫੋਰਹੈਡਸ ਉਹਨੇ ਕਿਹਾ ਕਿ ਖੁਦਾ ਦੀ ਮੋਹਰ ਕਿੱਥੇ ਸੀ ਉਹਨਾਂ ਦੇ ਮੱਥੇ ਉੱਤੇ ਨਾ ਲੈਟਸ ਗੋ ਫਾਦਰ ਆਓ ਥੋੜਾ ਅੱਗੇ ਚੱਲਦੇ ਆਂ ਟਰਨ ਵਿਦ ਮੀ ਟੂ ਰਿਵਿਲੇਸ਼ਨ 22 ਆਓ ਮੇਰੇ ਨਾਲ ਪ੍ਰਕਾਸ਼ਿਤ ਵਾਕਿਆ 22 ਦੇ ਵਿੱਚ ਚੱਲਦੇ ਆਂ ਲੈਟ ਅਸ ਸੀ ਸਮਥਿੰਗ ਆਓ ਕੁਝ ਦੇਖੀਏ Praise the Lord Revelation 22 was 3 and 4 ਪ੍ਰਕਾਸ਼ਿਤ ਵਾਕਿਆ 22 ਉਹਦੀ ਤੀਸਰੀ ਤੇ ਚੌਥੀ ਆਏ ਥੀਸ ਆਰ ਦੋਸ ਪੀਪਲ ਹੂ ਆਰ ਲਿਵਿੰਗ ਇਨ ਥੈਟ ਸਿਟੀ ਇਹ ਉਹ ਲੋਕ ਹਨ ਜਿਹੜੇ ਉਸ ਸ਼ਹਿਰ ਦੇ ਵਿੱਚ ਰਹਿੰਦੇ ਹਨ Yes brother was 3 and 4 ਅਤੇ ਹੁਣ ਆਗਾ ਨੂੰ ਕੋਈ ਸ਼ਰਾਬ ਨਾ ਹੋਵੇਗਾ ਅਤੇ ਖੁਦਾ ਤੇ ਲੇਲੇ ਦਾ ਸਿੰਘਾਸਨ ਉਸ ਵਿੱਚ ਹੋਵੇਗਾ ਅਤੇ ਉਹਦੇ ਦਾਸ ਉਹਦੀ ਉਪਾਸਨਾ ਕਰਨਗੇ yes ਅਤੇ ਉਹਦਾ ਦਰਸ਼ਨ ਪਾਉਣਗੇ ਅਤੇ ਉਹਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਹੋਵੇਗਾ listen carefully ਤੇ ਹੰਦੇ ਨਾਲ ਸੁਣੋ we found seal of god is on their forehead ਅਸੀਂ ਦੇਖ ਰਹੇ ਆ ਕਿ ਖੁਦਾ ਦੀ ਮੋਹਰ ਵੀ ਉਹਨਾਂ ਦੇ ਮੱਥਿਆਂ ਉੱਤੇ ਆ but now in revelation 22 ਰ ਇਹ ਪ੍ਰਕਾਸ਼ਿਤਵਾ ਕਿ 22 ਦੇ ਅੰਦਰ ਇਟ ਸੇਜ਼ ਹਿਸ ਨੇਮ ਇਜ਼ ਔਨ ਥੈ ਫੋਰਹੈਡ ਅਸੀਂ 9 ਦੇ ਵਿੱਚ ਦੇਖਦੇ ਆ ਕਿ ਮੋਹਰ ਹੈ ਮੱਥੇ ਉੱਤੇ ਪਰ 22 ਵਿੱਚ ਦੇਖਦੇ ਆ ਕਿ ਨਾਮ ਹੈ ਮੱਥੇ ਉੱਤੇ ਵਾਟ ਹੈਪਨ ਕੀ ਹੋਇਆ ਇਨਾਂ ਦਾ ਵਰਡਸ ਦੂਸਰੇ ਸ਼ਬਦਾਂ ਵਿੱਚ ਐਂਡ ਆ ਵਾਂਟ ਟੂ ਨੋ ਹਾਊ ਥੈ ਬਾਈਬਲ ਇਜ਼ ਰਿਟਨ ਔਰ ਮੈਂ ਤੁਹਾਨੂੰ ਜਾਣੂ ਕਰਵਾਉਣਾ ਚਾਹੁੰਦਾ ਕਿ ਬਾਈਬਲ ਕਿਵੇਂ ਲਿਖੀ ਗਈ ਹਿਸ ਨੇਮ ਇਜ਼ ਨੋਟ ਔਨ ਥੈ ਫੋਰਹੈਡ ਉਹਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਨਹੀਂ ਹੈ देयर ਨੇਮ ਇਜ਼ ਇਨ देयर ਫੋਰਹੈਡਸ ਨਾਮ ਮੱਥਿਆਂ ਦੇ ਉੱਤੇ ਨਹੀਂ ਹੈ ਨਾਮ ਮੱਥੇ ਦੇ ਵਿੱਚ ਹੈ ਇਫ ਯੂ ਰੀਡ ਦ ਸਕ੍ਰਿਪਚਰ ਕੇਅਰਫੁਲੀ ਧਿਆਨ ਦੇ ਨਾਲ ਵਚਨ ਨੂੰ ਪੜੋ ਦ ਨੇਮ ਇਜ਼ ਰਿਟਨ ਇਨਸਾਈਡ देयर ਫੋਰਹੈਡ ਨਾਮ ਮੱਥਿਆਂ ਦੇ ਅੰਦਰ ਲਿਖਿਆ ਗਿਆ ਦੇ ਹੈਵ ਰੀਸੀਵਡ ਅ ਰਿਵੈਲੇਸ਼ਨ ਇਹਦਾ ਮਤਲਬ ਉਹਨਾਂ ਨੇ ਇਹਦਾ percussion andar paya hai of his name ode naam da Now, this is chapter 22 ਓ ਪ੍ਰਕਾਸ਼ਿਤ ਵਾਕਿਆ ਬਾਈ ਦੇ ਵਿੱਚ ਦੇਖਦੇ ਹਾਂ ਦਿਸ ਇਜ਼ ਚੈਪਟਰ 22 ਆਈ ਸੈਡ ਇਹ ਪ੍ਰਕਾਸ਼ਿਤ ਵਾਕਿਆ ਬਾਈ ਹੈ ਨਾ ਟਰਨ ਬੈਕ ਟੂ ਚੈਪਟਰ 19 ਆਓ ਅਸੀਂ 19 ਵਿੱਚ ਚੱਲਦੇ ਹਾਂ ਪ੍ਰਕਾਸ਼ਿਤ ਵਾਕਿਆ 19 ਯੈਸ ਰਾਈਟ ਬਿਲਕੁਲ ਠੀਕ ਹੈ ਐਂਡ ਆਈ ਰਿਕੁਐਸਟ ਮਾਈ ਬ੍ਰਦਰ ਟੂ ਰੀਡ ਫਰਮ ਵਰਸ 11 ਐਂਡ ਵਰਸ 12 ਅਸੀਂ 11ਵੀਂ ਅਤੇ 12ਵੀਂ ਆਇਤ ਨੂੰ ਪੜ੍ਹਦੇ ਹਾਂ ਯੈਸ ਬ੍ਰਦਰ ਮੈਂ ਆਕਾਸ਼ ਨੂੰ ਖੁੱਲਾ ਹੋਇਆ ਡਿੱਠਾ ਤਾਂ ਕੀ ਵੇਖਦਾ ਹਾਂ ਭਈ ਇੱਕ ਨੁਕਰਾ ਕੋੜਾ ਹੈ ਅਤੇ ਉਹਦਾ ਸਵਾਰ ਵਫਾਦਾਰ ਅਤੇ ਸੱਚਾ ਸਦਾਉਂਦਾ ਹੈ। ਅਤੇ ਉਹ ਧਰਮ ਨਾਲ ਨਿਉ ਅਤੇ ਯੁੱਧ ਕਰਦਾ ਹੈ। ਉਹਦੀਆਂ ਅੱਖੀਆਂ ਅੱਗ ਦੀ ਲਾਟ ਹਨ ਅਤੇ ਉਹਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ ਅਤੇ ਉਹਦਾ ਇੱਕ ਨਾਮ ਲਿਖਿਆ ਹੋਇਆ ਹੈ ਜਿਸ ਨੂੰ ਉਹਦੇ ਬਿਨਾਂ ਹੋਰ ਕੋਈ ਨਹੀਂ ਜਾਣਦਾ। Nobody knows that name. Only he knows that name. What kind of a name is that? It's a new name. That name is not Jesus. I think you read the message. Then you will understand that this name is not Jesus now. ਫਿਰ ਤੁਹਾਨੂੰ ਸਮਝ ਆਏਗੀ ਕਿ ਇਹ ਹੁਣ ਨਾਮ ਜੋ ਲਿਖਿਆ ਹੋਇਆ ਇਹ ਯੇਸ਼ੂ ਨਹੀਂ ਹੈ ਆਮ ਸੀਇੰਗ ਕੁਆਇਟ ਪੀਪਲ ਮੈਂ ਲੋਕਾਂ ਦੀ ਚੁੱਪੀ ਦੇਖ ਰਿਹਾ ਲੋਕ ਚੁੱਪ ਹੋ ਗਏ ਆ ਟੂ ਹੈਲਪ ਯੂ ਆਈ ਵਿਲ ਰੀਡ ਇਟ ਫਰਮ ਦਾ ਫਸਟ ਸੀਲ ਤੁਹਾਡੀ ਮਦਦ ਕਰਨ ਲਈ ਮੈਂ ਪਹਿਲੀ ਮੋਹਰ ਚੋਂ ਪੜਾਂਗਾ ਟੂ ਰਿਫਰੈਸ਼ ਯੋਰ ਮੈਮਰੀ ਤਾਂ ਕਿ ਤੁਹਾਡੀ ਯਾਦਦਾਸ਼ਤ ਨੂੰ ਤਾਜ਼ਾ ਕਰਾਂ ਥਿਸ ਇਜ਼ ਫਰਮ ਦਾ ਫਸਟ ਸੀਲ ਇਹ ਪਹਿਲੀ ਮੋਹਰ ਦੇ ਅੰਦਰ ਹੈ ਗੋਡ ਰੀਲੀ ਬlesਸ ਯੂ ਪ੍ਰਭੂ ਤੁਹਾਨੂੰ ਬਰਕਤ ਦੇਵੇ this is where he said it ethiune is prakar akha he said whenever a victory is won the name is changed unne kya jadon kadai vi jit aundi hai te naam badal janda hai saimon became peter shimon patras ban gaya shaul became paul aur shaul paulus ban gaya jacob became israel yakub

ਜਦੋਂ ਧਰਤੀ ਉੱਤੇ ਸੀ ਹੀ ਵਾਸ ਦ ਰਿਡੀਮਰ ਦੈਟਸ ਟਰੂ ਆਰੋਧਾ ਨਾਮ ਉਧਾਰ ਕਰਤਾ ਸੀ ਛੁਟਕਾਰਾ ਦੇਣ ਵਾਲਾ ਸੀ ਇਹ ਸੱਚ ਹੈ ਬਟ ਵੈਨ ਹੀ ਕਾਂਕਰਡ ਡੈਥ ਐਂਡ ਹੈਲ ਪਰ ਜਦੋਂ ਉਹਨੇ ਪਤਾਲ ਅਤੇ ਮੌਤ ਉੱਤੇ ਫਤਿਹ ਪਾਈ ਐਂਡ ਓਵਰਕਮ ਥੈਮ ਔਰ ਉਹਨਾਂ ਨੂੰ ਜਿੱਤ ਲਿਆ ਐਂਡ ਅਸੈਂਡਡ ਔਨ ਹਾਈ ਔਰ ਉੱਚੇ ਤੇ ਬਿਰਾਜਮਾਨ ਹੋਇਆ ਹੀ ਰੀਸੀਵਡ ਅ ਨਿਊ ਨੇਮ ਉਹਦਨ ਓਨੂੰ ਇੱਕ ਨਵਾਂ ਨਾਮ ਮਿਲਿਆ ਆਰ ਯੂ ਅੰਡਰਸਟੈਂਡਿੰਗ

ਯੇਸ਼ੂ ਮਸੀਹ ਦੇ ਨਾਮ ਵਿੱਚ ਯੂ ਹੈਵ ਸਲਵੇਸ਼ਨ ਤੁਹਾਡੇ ਕੋਲ ਉਧਾਰ ਹੈ ਇਨ ਦਾ ਨੇਮ ਆਫ ਜੀਸਸ ਯੇਸ਼ੂ ਦੇ ਨਾਮ ਵਿੱਚ ਯੂ ਹੈਵ ਹੀਲਿੰਗ ਤੁਹਾਡੇ ਕੋਲ ਚੰਗਾਈ ਹੈ ਇਨ ਦਾ ਨੇਮ ਆਫ ਜੀਸਸ ਯੇਸ਼ੂ ਦੇ ਨਾਮ ਵਿੱਚ ਯੂ ਰੀਸੀਵ ਥੀਸ ਰੀਡੈਮਪਟਿਵ ਬਲੇਸਿੰਗਸ ਔਰ ਤੁਹਾਡੇ ਕੋਲ ਛੁਟਕਾਰਾ ਪਾਈਆਂ ਹੋਈਆਂ ਬਰਕਤਾਂ ਹੁੰਦੀਆਂ ਹਨ ਬਟ देयर इज आल्सो ਅ ਨਿਊ ਨੇਮ ਪਰ ਇੱਕ ਨਵਾਂ ਨਾਮ ਹੈ ਐਂਡ ਇਟ ਇਜ਼ ਬਿਕਾਜ਼ ਆਫ ਥੈਟ ਨਿਊ ਨੇਮ ਉਸ ਨਵੇਂ ਨਾਮ ਦੇ ਕਾਰਨ ਯੂ ਹੈਵ ਅ ਬਾਡੀ ਚੇਂਜ ਤੁਹਾਡਾ ਦੇਹ ਬਦਲਾਵ ਹੋ ਜਾਂਦਾ ਆ ਆਰ ਯੂ ਅੰਡਰਸਟੈਂਡਿੰਗ ਕੀ ਤੁਸੀਂ ਸਮਝ ਰਹੇ ਹੋ हम उड़ना चाहते हैं बोलते नया नाम बोलो बोले ये श्यू बोना चलो यहां से सही नाम बोलो पासवर्ड घुसने के लिए वो नाम क्या है वो नाम क्या है चलिए आगे बढ़ते हैं पांच दस मिनट बस बदर समथिंग विच इज written here ایتھے ਕੁਝ ਲਿਖਿਆ ਹੋਇਆ ਇਨ ਚੈਪਟਰ 22 ਸੇਜ਼ 22ਵਾਂ ਅਧਿਆਇ ਇਸ ਪ੍ਰਕਾਰ ਬੋਲਦਾ ਹੈ ਇਨ 19 ਚੈਪਟਰ ਇਟ ਸੇਜ਼ ਨੋਬਾਡੀ ਨੋਜ਼ दैट ਨੇਮ 19ਵੇਂ ਅਧਿਆਇ ਵਿੱਚ ਲਿਖਦਾ ਹੈ ਲਿਖਿਆ ਗਿਆ ਹੈ ਕਿ ਕੋਈ ਉਸ ਨਾਮ ਨੂੰ ਨਹੀਂ ਜਾਣਦਾ ਬਟ ਇਨ ਚੈਪਟਰ 22 ਇਟ ਸੇਜ਼ ਪਰ 22ਵੇਂ ਅਧਿਆਇ ਵਿੱਚ ਇਸ ਪ੍ਰਕਾਰ ਹੈ ਹਿਸ ਨੇਮ ਸ਼ਲ ਬੀ ਇਨ देयर ਫੋਰਹੈਡਸ ਪਰ 22ਵੇਂ ਅਧਿਆਇ ਵਿੱਚ ਦੱਸਦਾ ਹੈ ਕਿ ਉਹਦਾ ਨਾਮ ਉਹਨਾਂ ਦੇ ਮੱਥਿਆਂ ਦੇ ਵਿੱਚ ਹੋਵੇਗਾ in other words dusre shabda vich all these who are in the city eh oh jehde shehar de vich han those who are called this bride jinna nu dulhan <laughs> akkhya janda hai their new name is in their forehead nava naam ohna de matthiyan de andar hai but prada bhai ji we also read asi <laughs> padhya seal of god is on the forehead khuda di mohar vi matthe te then what is the seal of god today फिर आज खुदा दी मोहर की है रिसीविंग द न्यू नेम खुदा दी मोहर की है नए नाम दी प्राप्ति ओ माय मेरे प्रभु चला ब्रदर यस डू यू नो द नेम ऑफ जीसस वाज नॉट जे ई एस यू एस जीसस अलोन

ਜਿਨ੍ਹਾਂ ਨੇ ਆਪਣੇ ਉਸ ਸਮੇਂ ਦੇ ਵਿੱਚ ਚਿੰਨ ਨੂੰ ਪ੍ਰਾਪਤ ਕੀਤਾ ਦੇ ਰਿਸੀਵ ਦੈਟ ਮਿਨਿਸਟਰੀ ਉਹਨਾਂ ਨੇ ਉਸ ਸੇਵਕਾਈ ਨੂੰ ਵੀ ਪ੍ਰਾਪਤ ਕੀਤਾ ਯੂ نو ਵਾਈ ਤੁਹਾਨੂੰ ਪਤਾ ਕਿਉਂ ਦੈ ਨਿਊ ਨੇਮ ਵਾਸ ਪ੍ਰੀਚਿੰਗ ਸੌਰੀ ਸੌਰੀ ਦੈ ਮਿਨਿਸਟਰੀ ਵਾਸ ਡਿਕਲੇਅਰਿੰਗ ਦੈ ਨਿਊ ਨੇਮ ਕਿਉਂਕਿ ਉਹ ਸੇਵਕਾਈ ਨਵੇਂ ਨਾਮ ਨੂੰ ਪ੍ਰਗਟ ਕਰ ਰਹੀ ਸੀ ਫੈਰੀਸੀਜ਼ ਵਾਸ ਨਾਟ ਡਿਕਲੇਅਰਿੰਗ ਦੈ ਨਿਊ ਨੇਮ

And that's when they got sealed by the Holy Ghost. Then, what was the baptism of the Holy Ghost? Receiving the name of Jesus. And that's why, for seven church ages, what has been the baptism of the Holy Ghost? Receiving the name of Jesus on your forehead. యేషు ਦੇ ਨਾਮ ਨੂੰ ਆਪਣੇ ਮੱਥੇ ਉੱਤੇ ਗ੍ਰਹਿਣ ਕਰਨਾ which is us ਕਿਹੜਾ యేషు not jesus that luther priest oh yeshu nahi jis da luther ne prachar kita and that jesus that wesley priest oh yeshu nahi jis da wesley ne prachar kita but that jesus that is today oh yeshu jeda ajj hai receiving that jesus oh yeshu nu qubool karna is receiving a mark oh yeshu nu qubool karna hi chinh nu prapat karna hai but now today

ਉਬਿਤਰਾਤਮਾ ਦਾ ਬਖਤ ਉਸਮਾ ਕੀ ਹੈ ਨਵਾਂ ਨਾਮ ਰੀਸੀਵਿੰਗ that ਨਿਊ ਨੇਮ ਉਸ ਨਵੇਂ ਨਾਮ ਨੂੰ ਪ੍ਰਾਪਤ ਕਰਨਾ ਇਨ ਦਾ ਫੋਰਹੈਡ ਆਪਣੇ ਮੱਥੇ ਦੇ ਉੱਤੇ ਰਿਵਿਲੇਸ਼ਨ ਪ੍ਰਕਾਸ਼ਨ ਦੇ ਦੁਆਰਾ ਐਂਡ ਵੈਨ ਇਟ ਕਮਸ ਬਾ ਰਿਵਿਲੇਸ਼ਨ ਜਦੋਂ ਇਹ ਪ੍ਰਕਾਸ਼ਨ ਚੋਂਦਾ ਹੈ ਦਿਸ ਇਜ਼ that ਗਰੁੱਪ ਇਹ ਉਹ ਝੁੰਡ ਹੈ ਹੁਜ਼ ਨੇਮਸ ਆਰ ਰਿਟਨ ਇਨ ਦਾ ਬੁੱਕ ਜਿਹਦਾ ਨਾਮ ਉਥੇ ਕਿਤਾਬ ਵਿੱਚ ਲਿਖਿਆ ਹੋਇਆ ਹੈ ਆਰ ਅੰਡਰਸਟੈਂਡਿੰਗ ਕੀ ਤੂੰ ਸਮਝ ਰਿਹਾ ਵਨ ਆਫ ðiਸ ਡੇਸ ਇਨ ਆ ਹਿਦਨਾ ਦੇ ਵਿੱਚ That name will also be there in your forehead. But listen something. From where will that name come? He said, it will be revealed in the thunders. In other words, the seal of God is ministered by the revelation of the seven thunders. ਇਦਾ ਮਤਲਬ ਖੁਦਾ ਦੇ ਬੀਜ ਨੂੰ ਸੇਵਕਾ ਹੀ ਦਿੱਤੀ ਜਾਵੇਗੀ ਗਰਜਾਂ ਦੇ ਪ੍ਰਚਾਰ ਕਰਨ ਦੁਆਰਾ ਇਟ ਇਜ਼ ਦਾ ਥੰਡਰਸ ਇੱਕ ਗਰਜਾਂ ਵਿਚ ਬ੍ਰਿੰਗ ਦਾ ਸੀਲ ਇਨ ਇੱਕ ਗਰਜਾਂ ਹਨ ਜਿਹੜੀਆਂ ਮੋਹਰ ਲਗਾਉਂਦੀਆਂ ਵਾਟ ਆਫ ਦਾ ਬਾਈਬਲ ਸੇ ਬਾਈਬਲ ਕੀ ਆਖਦੀ ਹੈ ਫੇਥ ਕਮਿਟ ਬਾਏ ਹੀਅਰਿੰਗ ਵਿਸ਼ਵਾਸ ਸੁਣ ਨਾਲ ਆਉਂਦਾ ਹੈ ਵਾਟ ਇਜ਼ ਫੇਥ ਵਿਸ਼ਵਾਸ ਕੀ ਹੈ ਅ ਰਿਵੈਲੂਸ਼ਨ ਪ੍ਰਕਾਸ਼ਨ ਵੈਦਰ ਇਜ਼ ਅ ਰਿਵੈਲੂਸ਼ਨ ਕਮ ਪ੍ਰਕਾਸ਼ਨ ਕਿੱਥੋਂ ਆਉਂਦਾ ਹੈ ਇਨ ਯੋਰ ਫੋਰਹੈਡ ਪ੍ਰਕਾਸ਼ਨ ਕਿੱਥੇ ਆਉਂਦਾ ਹੈ ਤੁਹਾਡੇ ਮੱਥੇ ਵਿੱਚ ਸੋ ਹਾਊ ਡਸ ਦੈਟ ਕਮ ਇਹ ਕਿਵੇਂ ਆਉਂਦਾ ਹੈ ਬਾ ਹਿਅਰਿੰਗ ਸੁਣਨ ਦੇ ਦੁਆਰਾ ਹਿਅਰਿੰਗ ਵਾਟ ਕੀ ਸੁੰਣਾ ਦਾ ਵਰਡ ਆਫ ਗੋਡ ਵਚਨ ਨੂੰ ਸੁੰਣਾ ਰੈਪਚਰਿੰਗ ਫੇਥ ਉਠਾਈ ਜਾਣ ਵਾਲਾ ਵਿਸ਼ਵਾਸ ਕਮੇਟ ਬਾ ਹਿਅਰਿੰਗ ਇਸ ਸੁਣਨ ਦੇ ਦੁਆਰਾ ਆਉਂਦਾ ਹੈ ਐਂਡ ਹਿਅਰਿੰਗ ਔਰ ਸੁੰਣਾ ਬਾਏ ਦਾ ਥੰਡਰਸ ਆਫ ਗੋਡ ਉਠਾਏ ਜਾਣ ਵਾਲਾ ਵਿਸ਼ਵਾਸ ਸੁਣ ਨਾਲ ਆਉਂਦਾ ਤੇ ਸੁੰਣਾ ਗਰਜਾ ਚੋਂ ਹੁੰਦਾ ਹੈ that's why seven thunders uttered the voices aise karke sat garjane apni awazan dittiyan only for that group call the bride sirf ohna de layi us chund de layi jinnu dulhan akhya janda hai okay i'll tell you something main dasna chahunda ha to i'll give a common day example and close main tuhanu ik sadharan ji udharan dawanga fir band karanga whenever a man is giving a big exam ਜਦੋਂ ਕੋਈ ਬੰਦਾ ਕੋਈ ਵੱਡਾ ਪੇਪਰ ਦਿੰਦਾ ਹੈ ਸੇ ਆਈਐਸ ਮੰਨ ਲਓ ਆਈਐਸ ਦਾ ਪੇਪਰ অর ਮੇਬੀ ਅ ਕੰਪੀਟੀਟਿਵ ਐਗਜ਼ਾਮ অর ਕੋਈ ਹੋਰ ਵੱਡਾ ਦੇ ਮਸਟ ਬੀ ਚਿਲड्रन ਹਿਅਰ ਹੂ ਮਸਟ ਹੈਵ গিਵਨ ਇਟ অর ਇਥੇ ਕਈ ਬੱਚੇ ਹੋਣਗੇ ਜਿਨ੍ਹਾਂ ਨੇ ਵੱਡੇ ਵੱਡੇ ਟੈਸਟ ਦਿੱਤੇ ਹੋਣਗੇ ਪੇਪਰ ਦਿੱਤੇ ਹੋਣਗੇ ਡੋ ਯੂ ਨਾਟ ਯੂ ਸਟੱਡੀ ਤੁਹਾਨੂੰ ਪਤਾ ਤੁਸੀਂ ਫਿਰ ਕੀ ਪੜਦੇ ਹੋ ਦਾ ਕਰੰਟ ਸਿਲੇਬਸ ਉਸ ਸਮੇਂ ਦਾ ਵਰਤਮਾਨ ਸਿਲੇਬਸ ਦੈਟਸ ਰਾਈਟ ਬਿਲਕੁਲ ਠੀਕ समय करंटर्सानापर नहीं एक दो साल के अंदर वाले न्यूज पेपर जी वो क्या बताते हैं उन्हीं में से सवाल आएंगे है? अगर आपको ट्रेनिंग ये मिले बीस साल वाले पढ़ो अखबार पढ़ो लूथर वाला वो आ रहा है पेपर में कैसा रहे Are you catching the point? ये तो understand? There are some candidates here, ऐ थे कुछ candidates Han. कुछ लोग Han, who want to go on the rapture, जो rapture से चा जाना चाहते हैं। Then please tell me, फिर मैंने दसों syllabus for the rapture. Rapture का syllabus की है? Syllabus ही नहीं मालूम। Rapture में उड़ने के लिए तैयार हैं। वो सिलेबस कहां है जिस पे ध्यान देना है जहां से सवाल बनेंगे जहां से सवाल आएंगे दिस इज नॉट द एज ऑफ हार्ड वर्क ए बड़े सख्त मेहनत सिलेबस है दिस इज नॉट द एज ऑफ हार्ड वर्क ए सख्त मेहनत का युग नहीं है दिस इज द एज ऑफ स्मार्ट वर्क ए बड़ा स्मार्ट युग है जो स्मार्ट होंगे वो केवल दिन रात बैठ के ऐसी पढ़ते नहीं रहेंगे वो वहां फोकस करेंगे जहां से क्वेश्चन आएगा प्रेज़ अब पढ़ने के लिए तो साधु सुंदर सिंह की भी के... बुरा मत माने प्लीज कोई भी अगर यहां बैठा है पढ़ने के लिए तो साधु सुंदर सिंह की किताबें पढ़ी हैं संत कबीर के दोहे भी हैं और भी चीजें हैं सवाल यह है उड़ने के लिए सिलेबस कहां से आ रहा है बात यह है वो किसकी लिखी किताब है जहां से पढ़े कईयों ने लिखी से जाके कहते भाई, वो उसकी देना धनपत राय वाली उसकी देना यार वो मेहता वाली वो किताब चाहिए उसकी बड़ी डिमांड है यार क्वेश्चन वहां से आते हैं तो आज इस रैपचर के सवाल कहां से आएंगे भैया इस किताब से बुक दिस इज वेर विच विल डिसाइड वेदर यू आर गोइंग और नॉट गोइंग ए चीज निर्धारित करेगी कि तुम जा रहे हो या नहीं जा रहे इन वेरी सिंपल वर्ड बड़े साधारण शब्दों सब कुछ पढ़ लिया पर आ नहीं पढ़िया मेहनत तो भैया बहुत करी फायदा कुछ नहीं है उन्होंने ये कहा उन्होंने ये कहा क्या मोती झड़े उनके कहने पे? ऐसे मोतियों का लेके क्या माला होकर बैठोगे यार

ਔਰ ਨਵਾਂ ਨਾਮ ਗਰਜਾਂ ਵਿੱਚ ਪ੍ਰਗਟ ਹੈ देन व्हाट डू ਥੰਡਰਸ ዱ ਤੋ ਫਿਰ ਗਰਜਾਂ ਕੀ ਕਰਦੀਆਂ ਦੇ ਮਿਨਿਸਟਰ ਅ ਸੀਲਿੰਗ ਇਸ ਦਾ ਮਤਲਬ ਇਹਨਾਂ ਗਰਜਾਂ ਦੀ ਸੇਵਕਾਈ ਮੋਹਰ ਬੰਦ ਕਰਨਾ ਆ ਨਾ देयर ਆਰ ਓਨਲੀ 7 ਸੀਲਸ ਹਣ ਸੱਤ ਮੋਹਰਾਂ ਹੀ ਹਨ ਬਟ ਵਿਚ ਸੀਲ ਹੈਸ ਥੰਡਰਸ ਸੱਤ ਮੋਹਰਾਂ ਹਨ ਪਰ ਕਿਹੜੀ ਮੋਹਰ ਦੇ ਅੰਦਰ ਗਰਜਾਂ ਹਨ 7th seal ਸਤਵੀਂ ਮੋੜ ਦੇ ਅੰਦਰ ਐਂਡ that is your baptism of holy ghost today।ਔਰ ਇਹ ਤੁਹਾਡਾ ਬਪਤਸਮਾ ਹੈ ਪਵਿੱਤਰ ਆਤਮਾ ਦਾ टुडे ਅੱਜ ਆਰ ਯੂ ਅੰਡਰਸਟੈਂਡਿੰਗ ਤੁਸੀਂ ਸਮਝ ਰਹੇ ਹੋ। ਸੋ when you receive that hear the thunders।ਔਰ ਜਦੋਂ ਤੁਸੀਂ ਗਰਜਾਂ ਨੂੰ ਸੁੰਨਣਾ ਸ਼ੁਰੂ ਕਰਦੇ ਹੋ। ਹਾਊ ਕੈਨ ਯੂ ਹਿਅਰ ਇਟ? ਤੁਸੀਂ ਕਿਵੇਂ ਸੁਣ ਸਕਦੇ ਹੋ? ਅਨਲੈਸ there's a preacher। ਜਦ ਤੱਕ ਕੋਈ ਪ੍ਰਚਾਰਕ ਹੀ ਨਹੀਂ ਹੈ। ਰੋਮਨਸ ਚੈਪਟਰ 10। ਆ uh, ਰੋਮੀਆ 10 ਅਧਿਆਏ। ਜਸਟ 1 ਮਿੰਟ। मेरे नाल खोलो रोमिया दसवा अध्याय देन आई विल क्लोज फिर मैं समाप्त करांगा एंड वी सी समथिंग इन द इवनिंग और शाम नु कुछ चीजें देखेंगे रोमन चैप्टर 10 रोमिया 10 यस ब्रदर फ्रॉम वर्स 14 असी 14वीं आयत तो पढ़ांगे यस रोमिया 10 14वीं आयत यस ब्रदर ਪਰ ਜਿਹਦੇ ਉੱਤੇ ਨੇਚਾ ਨਹੀਂ ਕੀਤੀ ਉਹਦਾ ਨਾਮ ਕੀ ਕਰ ਲੈਣ ਅਤੇ ਜਿਹਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨੇਚਾ ਕੀ ਕਰਨਾ ਅਤੇ ਪ੍ਰਚਾਰਕ ਬਾਜੋਂ ਕੀ ਕਰ ਸੁਣਨਾ ਯੈਸ ਰੀਡ ਫॉर ਦਾ ਬ੍ਰਦਰ ਅਤੇ ਜੇ ਇਕੱਲੇ ਨਾ ਜਾਣ ਤਾਂ ਕੀ ਕਰ ਪ੍ਰਚਾਰ ਕਰਨ ਸੋ एवरीवन ਬੀ ਕੈਨ ਨਾਟ ਪ੍ਰੀਚ ਹਰ ਕੋਈ ਪ੍ਰਚਾਰ ਵੀ ਨਹੀਂ ਕਰ ਸਕਦਾ ਇਟ ਹੈਸ ਟੂ ਬੀ ਅ ਸੈਂਟ ਵਨ ਕੋਈ ਭੇਜਿਆ ਹੋਣਾ ਚਾਹੀਦਾ ਸੈਂਡ ਬਾ ਗੋਡ ਖੁਦਾ ਦੇ ਦੁਆਰਾ ਭੇਜਿਆ ਗਿਆ ਟੂ ਪ੍ਰੀਚ ਥੈਟ ਵਰਡ ਉਸ ਵਚਨ ਦਾ ਪ੍ਰਚਾਰ ਕਰਨ ਲਈ ਐਂਡ THEN HE GIVES THE ADDRESS ਆਫ ਥੈਟ ਪ੍ਰੀਚਰ ਤੇ ਫਿਰ ਉਹ ਉਸ ਪ੍ਰਚਾਰਕ ਦਾ ਐਡਰੈਸ ਦਿਖਾਉਂਦਾ ਆ ਲੈਟਸ ਡੂ ਯੂ ਵਾਂਟ ਟੂ ਨੋ ਦ ਐਡਰੈਸ ਆਫ ਥੈਟ ਪ੍ਰੀਚਰ ਕੀ ਤੁਸੀਂ ਉਸ ਪ੍ਰਚਾਰਕ ਦਾ ਪਤਾ ਲਗਾਉਣਾ ਚਾਹੁੰਦੇ ਹੋ ਵਾਸ 15 14ਵੀਂ ਆਇਤ ਯੈਸ ਬ੍ਰਦਰ ਪਰ ਜਿਹਦੇ ਉੱਤੇ ਨੇਚਾ ਨਹੀਂ ਕੀਤੀ ਉਹਦਾ ਨਾਮ ਕੀ ਕਰ ਲੈਣ ਅਤੇ ਜਿਹਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨੇਚਾ ਕੀ ਕਰ ਕਰਨ yes ਅਤੇ ਪ੍ਰਚਾਰਕ ਬਾਜੋ ਕੀ ਕਰ ਸੁਣਨ ਅਤੇ ਜੇ ਇਕੱਲੇ ਨਾ ਜਾਣ ਤਾਂ ਕੀ ਕਰ ਪ੍ਰਚਾਰ ਕਰਨ yes ਫਾਦਰ ਬ੍ਰਦਰ ਜਿਵੇਂ ਲਿਖਿਆ ਹੋਇਆ ਹੈ ਭਈ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ਖਬਰੀ ਸੁਣਾਉਂਦੇ ਹਨ ਉਹਨਾਂ ਦੇ ਚਰਨ ਕਿਹੇ ਸੁੰਦਰ ਹਨ ਇਸ ਦੈਟ ਰਾਈਟ ਬਿਲਕੁਲ ਠੀਕ ਹੈ ਬਟ ਵੈਨ ਯੂ ਰੀਡ ਦਾ origignal scripture ਪਰ ਜੇਕਰ ਤੁਸੀਂ ਅਸਲੀ ਵਚਨ ਨੂੰ ਪੜੋ which Paul is quoting ਜੋ ਪੌਲਸ ਬਿਆਨ ਕਰ ਰਿਹਾ ਹੈ ਇਸ ਆਇਜ਼ਾਯਾ ਚੈਪਟਰ 52 ਇਹ ਜਿਸ਼ਾਇਆ 52 ਹੈ ਆਇਜ਼ਾਯਾ 52 ਪਲੀਜ਼ ਆਓ ਮੇਰੇ ਨਾਲ ਜਿਸ਼ਾਇਆ 52 ਖੋਲਦੇ ਆਂ the scripture which Paul is quoting ਉਹ ਹਵਾਲਾ ਜਿਹਦਾ ਪੌਲਸ ਬਿਆਨ ਕਰ ਰਿਹਾ ਹੈ ਐਂਡ ਵਰਸ 7 ਔਰੋਦੀ 7ਵੀਂ ਆਇਤ ਉਹ ਇਸ ਦਿਸ ਪ੍ਰੀਚਰ ਇਹ ਪ੍ਰਚਾਰਕ ਹੈ ਕੌਣ ਹੈ yes brother verse 7 ਜਿਹੜਾ ਖੁਸ਼ਖਬਰੀ ਲੈ ਆਉਂਦਾ ਉਹਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਪਦੇ ਹਨ ਆਹ this preacher is coming from a mountain ਇਹ ਪ੍ਰਚਾਰਕ ਪਹਾੜ ਉਤੋਂ ਆ ਰਿਹਾ ਹੈ he's bringing that gospel from a mountain ਇਹ ਪਹਾੜ ਉਤੋਂ ਖੁਸ਼ਖਬਰੀ ਲੈ ਆ ਰਿਹਾ ਹੈ somebody has sent him from a mountain ਕਿਸੇ ਨੇ ਉਹਨੂੰ ਪਹਾੜ ਉਤੋਂ ਕੱਲਿਆ ਹੈ who is this preacher brother ਇਹ ਪ੍ਰਚਾਰਕ ਹੈ ਕੌਣ ਹੈ brother pranam

ਵਸ 7 ਜਿਹੜਾ ਸ਼ਾਂਤੀ ਸੁਣਾਉਂਦਾ ਐਂਡ ਸੇਥ ਅੰਟੂ ਜ਼ਾਇਨ ਥੈਟ ਗੋਡ ਰੇਨਥ ਅਰ ਪਲੀ ਆਈ ਦੀ ਖੁਸ਼ਖਬਰੀ ਸੁਣਾਉਂਦਾ ਜਿਹੜਾ ਮੁਕਤੀ ਸੁਣਾਉਂਦਾ ਉਹ ਸਿਓਨ ਨੂੰ ਆਖਦਾ ਤੇਰਾ ਖੁਦਾ ਰਾਜ ਕਰਦਾ ਹੈ ਹੂ ਇਜ਼ ਦ ਜ਼ਾਇਨ ਇਹ ਸਿਓਨ ਕੌਣ ਹੈ ਦ ਬਰਾਇਡ ਆਫ ਜੀਜ਼ਸ ਕ੍ਰਾਈਸ ਯੇਸ਼ੂ ਮਸੀਹ ਦੀ ਤੁਲਹਨ ਥਿਸ ਇਜ਼ ਦ ਪ੍ਰੀਚਰ

ਔਰ 10 ਤਾਰਾ ਰੋਮੀਆਂ ਦੱਸਦਾ ਹੈ ਕਿ ਵਿਸ਼ਵਾਸ ਸੁਣਨ ਨਾਲ ਆਉਂਦਾ ਅਤੇ ਸੁਣਨਾ ਮਸੀਹ ਦੇ ਵਚਨ ਚੋਂ ਹੁੰਦਾ ਹੈ ਨਾ ਆਈ ਕੈਨ ਸੇ ਅਰ ਹੁਣ ਮੈਂ ਕਹਿ ਸਕਦਾ ਰੈਪਚਰਿੰਗ ਫੇਥ ਕਮਿੰਟ ਬਾਈ ਹਿਅਰਿੰਗ ਉਠਾਏ ਜਾਣ ਵਾਲਾ ਵਿਸ਼ਵਾਸ ਸੁਣਨ ਨਾਲ ਆਉਂਦਾ ਹੈ ਐਂਡ ਹਿਅਰਿੰਗ ਬਾਈ ਦਾ ਥੰਡਰਸ ਆਫ ਗੋਡ ਤੇ ਸੁਣਨਾ ਖੁਦਾ ਦੀਆਂ ਗਰਜਾਂ ਵਿੱਚੋਂ ਹੁੰਦਾ ਆ ਵਿੱਚ ਅ ਪ੍ਰੀਚਰ ਪ੍ਰੀਸ ਟੂਡੇ ਜੋ ਗਰਜਾਂ ਅੱਜ ਦੇ ਪ੍ਰਚਾਰਕ ਨੇ ਪ੍ਰਚਾਰ ਕੀਤੀਆਂ That means, that means receiving that message hearing that voice is your mark that seals you ਇਹ ਤੁਹਾਨੂੰ ਮੋਹਰ ਬੰਦ ਕਰਦਾ ਹੈ that brings something in your forehead ਜੋ ਤੁਹਾਡੇ ਮੱਥੇ ਉੱਤੇ ਕੁਝ ਲੇਖ ਆਉਂਦਾ ਹੈ which takes you and makes you ready to go home ਜੋ ਤੁਹਾਨੂੰ ਲੈ ਕੇ ਰੈਪਚਰ ਚ ਜਾਣ ਲਈ ਤਿਆਰ ਕਰ ਦਿੰਦਾ ਹੈ that's for the elect bridewood here today ਆਰ ਇਹ ਉਹ ਗੱਲ ਹੈ ਜਿਹੜੀ ਅੱਜ ਦੀ ਚੁਣੀ ਹੋਈ ਦੁਲਹਨ ਸੁਨੇਗੀ after hearing that voice इस आवाज नु सुन तो बाद दे विल नेवर बाउ टू दिस बीस्ट ओ इस दरिंदे दे आगे उपासना नहीं करन करनगे व्हाई क्यों द रिवीलेशन हैज बीन ओपनड क्योंकि प्रकाशन खुल चुका एंड द रिवीलेशन हैज एक्सप्लेनड और प्रकाशन ने दा व्याख्यान कर देता हु दैट बीस्ट इज के ए पशु कौन है हु दैट व्हाट आर इमेजेस इज मूर्ति की है एंड व्हाट दैट मार्क इज और एदा चिन्ह की है ऑन द कंट्ररी ਉਦੇ ਵਿਰੋਧ ਵਿੱਚ ਦੇ ਰੀਸੀਵ ਅਨਦਰ ਮਾਰਕ ਉਥੇ ਇੱਕ ਹੋਰ ਨਿਸ਼ਾਨ ਹੈ ਹੋਰ ਚਿੰਨ ਹੈ ਦਾ ਸੀਲ ਆਫ ਗੋਡ ਇਹ ਖੁਦਾ ਦੀ ਮੋਹਰ ਹੈ ਵਿਚ ਕੰਟੇਨਸ ਦਾ ਨੇਮ ਆਫ ਗੋਡ ਜਿਹਦੇ ਅੰਦਰ ਖੁਦਾ ਦਾ ਨਾਮ ਹੈ ਰਿਵੀਲਡ ਅੰダー ਦਾ ਥੰਡਰਸ ਇੱਕ ਗਰਜਾਂ ਵਿੱਚ ਪ੍ਰਗਟ ਕੀਤਾ ਗਿਆ ਹੈ ਸੋ ਵਾਟ ਵਰ ਦਾ ਬਰਾਇਡ ਬੀ ਡੂਇੰਗ ਟੂਡੇ ਔਰ ਅਜ ਦੁਲਹਨ ਕੀ ਕਰਦੀ ਹੋਵੇਗੀ ਮਾਡਰਨ ਇਵੈਂਟਸ ਵਰਤਮਾਨ ਘਟਨਾਵਾਂ ਕਰੰਟ ਅਫੇਅਰਸ ਵਰਤਮਾਨ

ਕਿ ਮੋਰ ਜੋ ਖੋਲ ਚੁਕੀ ਹੈ ਅ ਮਾਈਟੀ ਐਂਜਲ दैट ਹੈ ਡਿਸੈਂਡਡ ਔਰ ਬਲੀ ਦੂਤ ਇੱਥਾ ਉਤਰ ਆਇਆ ਹੈ ਐਂਡ ਲਾਈਫ ਆਫਟਰ ਡੈਥ ਰਿਵੀਲਡ ਔਰ ਮਰਨ ਤੋਂ ਬਾਅਦ ਜ਼ਿੰਦਗੀ ਪ੍ਰਗਟ ਹੋ ਚੁਕੀ ਹੈ ਅ ਨਿਊ ਬਾਡੀ ਇੱਕ ਨਵੀਂ ਦੇਹ ਪ੍ਰਗਟ ਹੋ ਚੁਕੀ ਹੈ ਹੂਮ ਦੇ ਸੋ ਜਿੰਨੂੰ ਉਹਨਾਂ ਨੇ ਵੇਖਿਆ ਵਿਦ देयर ਆਈਜ਼ ਆਪਣੀ ਅੱਖਾਂ ਦੇ ਨਾਲ ਦੇ ਸੋ ਦਾ ਬਾਡੀ ਇਨ ਵਿਚ ਦੇ ਵਿਲ ਬੀ ਵਨ ਡੇ ਉਹਨਾਂ ਨੇ ਉਹ ਦੇਹ ਵੇਖੀ ਜਿਹਦੇ ਵਿੱਚ ਇੱਕ ਦਿਨ ਉਹ ਆਪ ਹੋਣਗੇ ਵੀ ਸੋ ਅ ਬਾਡੀ ਅਸੀਂ ਇੱਕ ਦੇਹ ਨੂੰ ਵੇਖਿਆ ਇਨ ਵਿੱਚ ਵੀ ਵੁੱਡ ਬੀ ਵਨ ਡੇ ਜਿਹਦੇ ਵਿੱਚ ਅਸੀਂ ਇੱਕ ਦਿਨ ਹੋਵਾਂਗੇ ਵੀ ਸੋ ਅਥੀਓਫਨੀ ਅਸੀਂ ਥੀਓਫਨੀ ਨੂੰ ਵੇਖਿਆ ਵੀ ਸੋ ਅ ਮਲਕਿਸ ਸਰੇਕ ਅਸੀਂ ਮਲਕਿਸ ਦੇਖ ਨੂੰ ਵੇਖਿਆ ਵੀ ਸੋ ਦਾ ਲੁਗੋਸ ਅਸੀਂ ਲੁਗੋਸ ਨੂੰ ਵੇਖਿਆ ਬਈ ਯੂ ਐਂਡ ਆਈ ਆ ਰਿਟਰਨਿੰਗ ਬੈਕ ਜਿਹਦੇ ਵਿੱਚ ਅਸੀਂ ਵਾਪਸ ਜਾ ਰਹੇ ਹਾਂ ਵੀ ਬਾਈਪਾਸ ਥੈਟ असी ओनु गवा लिया सी बट गोइंग बैक टू दैट बॉडी असी वापस जा रहे हैं व्हाई क्यों वी हैव अ नेम हियर क्योंकि साडे को नाम है दिस इज अ वेरी इंटरेस्टिंग थिंग ए बहुत ही दिलचस्प गल है कुछ बोलूं आपसे यस yes. हमेशा कुछ पिन लगा के जाना अच्छा लगता है जो कम से कम दो घंटे तो चुभे पांच बजे तक नहीं आपको नया नाम मालूम है یہ ہے وہ میری پن جو میں چبا کے جا رہا ہوں۔ اگلے 2 گھنٹے کے لیے۔ یو نو وائی؟ ਤੁਹਾਨੂੰ ਪਤਾ ਕਿਉਂ? ਇਫ ਯੂ ਆਰ ਦੈਟ ਗਰਪ ਜੇਕਰ ਤੁਸੀਂ ਉਹ ਝੁੰਡ ਹੋ। ਕੋ ਰੀਸੀਵ ਦਾ ਹੋਲੀ ਗੋਸਟ ਨਾਓ। ਜੋ ਹੁਣ ਪਵਿੱਤਰ ਆਤਮਾ ਕਬੂਲ ਕਰ ਰਹੇ ਹਨ ਅੰਡਰ ਦਿਸ ਮੈਸੇਜ। ਇਸ ਸੰਦੇਸ਼ ਦੇ ਅੰਤਰਗਤ। ਦੈਟ ਨੇਮ ਇਜ਼ ਇਨ ਯੋਰ ਫੋਰਹੈਡ। ਇਸ ਦਾ ਮਤਲਬ ਉਹ ਨਾਮ ਤੁਹਾਡੇ ਮੱਥੇ ਦੇ ਅੰਦਰ ਹੈ। ਇਟਸ ਆਲਰੇਡੀ ਇਨ ਯੂ। ਉਹ ਤੁਹਾਡੇ ਅੰਦਰ ਹੈ।

और तुसी कहोगे श्री मान गॉड विल से इट्स इनफ नाउ खुदा कहेगा बस काफी है नाउ कम होम हुन कहेगा चल घर चलिए जिस दिन नया नाम पता लग गया उस दिन के बाद यहां रहोगे भी नहीं मौका देगा नहीं तुम्हें किसी और को बताने के लिए प्रेज द लॉर्ड यू विल बी रैप्चर्ड तो तोडा रैप्चर हो जावेगा वन ऑफ दीस डेज इन अदना विचो एक दिन दैट डे इज इन यू नाम तोडे अंदर है दैट नेम इज इन मी यार मेरे अंदर हो मुझे नहीं मालूम वो नाम मेरे अंदर ही है मुझे नहीं मालूम अब वो नया नाम वो यीशु नहीं है वो नाम यीशु नहीं है बढ़िया पहली मोहर सेवन थंडर डॉक्ट्रिन वालों ने यही सबसे बड़ी गलती करी उन्हें यही कहा नया नाम ही यीशु है नया नाम यीशु नहीं है भाई पढ़िए मैसेज रीड सेवन चर्च एजेस वेरी क्लियरली ही सेड दैट न्यू नेम इज नॉट जीसस प्रेज द लॉर्ड इट्स सम न्यू नेम That new name is in you. It's in you. How can you say that, brother? Okay. Revelations chapter 3. Verse 12. My brother. And I'll close the message. ਔਰ ਮੈਂ ਹੁਣ ਸੰਦੇਸ਼ ਨੂੰ ਬੰਦ ਕਰਾਂਗਾ ਪ੍ਰਕਾਸ਼ਿਤ ਵਾਕਿਆ ਚੈਪਟਰ 4 uh, 3 ਵਸ 12 ਤੀਸਰਾ ਅਧਿਆਇ ਉਹਦੀ 12ਵੀਂ ਐਤ ਯੈਸ ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਆਪਣੇ ਖੁਦਾ ਦੀ ਹੈਕਲ ਵਿੱਚ ਇੱਕ ਥੰਮ ਬਣਾਵਾਗਾ ਹਮਮ ਅਤੇ ਉਹ ਫੇਰ ਕਦੇ ਬਾਹਰ ਨਾ ਜਾਵੇਗਾ ਯੈਸ ਮੈਂ ਆਪਣੇ ਖੁਦਾ ਦਾ ਨਾਮ ਅਤੇ ਆਪਣੇ ਖੁਦਾ ਦੀ ਨਗਰੀ ਨਵੀਂ ਅਰਸ਼ਲਮ ਦਾ ਨਾਮ ਜਿਹੜੀ ਖੁਦਾ ਦੀ ਵੱਲੋਂ ਸਵਰਗੋਂ ਉਤਰਦੀ ਹੈ ਯੈਸ ਅਤੇ ਆਪਣਾ ਨਵਾਂ ਨਾਮ ਉਸ ਉੱਤੇ ਲਿਖਾਂਗਾ ਯੂ ਰੈਡ ਇਟ ਯੂ ਹੈਵ ਰੈਡ ਇਟ ਯੈਸ ਦੈਟਸ ਆਈ ਆਈ ਹੂ ਸਪੀਕਿੰਗ ਆਈ ਦੈਟਸ ਗੋਡ ਇਹ ਕੌਣ ਆ ਜਿਹੜਾ ਮੈਂ ਮੈਂ ਕਹਿ ਰਿਹਾ ਹਾਂ ਵਿਲ ਰਾਈਟ ਮਾਈ ਨਿਊ ਨੇਮ ਓਨ ਹਿਮ ਉਹ ਕਹਿ ਰਿਹਾ ਮੈਂ ਆਪਣਾ ਨਵਾਂ ਨਾਮ

भैया नया नाम बताओ यार नया नाम क्या है यस नए नाम का लफड़ा बोले आपके ऊपर लिखा हुआ है अरे मुझे ही नहीं मालूम नया नाम क्या है लेकिन लिखा हुआ है <laughs> Who wrote it? किसने लिखिया गॉड रोटेट खुदा ने लिखया <laughs> That's the seal on you. ये तो आधे उत्ते मोहर है. That's right. ये ठीक है. God really bless you. खुदान तो नुबब बरकत दे. I'll stop the message here. मैं संदेश में थे रोकांगा. Keep on thinking. ये उत्ते सोचो. meditate on these verses in avachna te adhyayan karo who is this bride e <laughs> dulhan kon hai was not worship the beast jo us pashu di upasana nahi kardi why didn't she worship the beast oh kyon us pashu di upasana nahi kardi she received a messenger kyonki ohne ek sandesh vahak nu pa liya hai she heard the thunders unne karja nu sun liya hai she received a mark unne us chinh nu us nishan nu prapt kar liya always remember ਹਮੇਸ਼ਾ ਯਾਦ ਰੱਖੋ ਵੈਨੈਵਰ ਯੂ ਆਰ ਮਾਰਕਡ ਯੂ ਆਰ ਸੈਪਰੇਟਿਡ ਫ্রম ਦਾ ਰੈਸਟ ਜਦੋਂ ਤੁਹਾਡੇ ਉੱਤੇ ਨਿਸ਼ਾਨ ਲਗਾ ਦਿੱਤਾ ਜਾਂਦਾ ਹੈ ਤਾਂ ਤੁਸੀਂ ਬਾਕੀਆਂ ਨਾਲੋਂ ਵੱਖਰੇ ਕਰ ਲਿੱਤੇ ਜਾਂਦੇ ਹੋ ਇਜ਼ ਆ ਰਾਈਟ ਇਹ ਠੀਕ ਹੈ ਇਨ ਅ ਸਿਮਲਰ ਵੇ देयर ਊਡ ਬੀ ਅ ਮਾਰਕ ਟੂਡੇ ਉਸੇ ਤਰੀਕੇ ਨਾਲ ਇੱਕ ਹੋਰ ਵੀ ਚਿੰਨ ਹੋਵੇਗਾ ਵਿਚ ਊਡ ਸੈਪਰੇਟ ਯੂ ਫ্রম ਦਾ ਰੈਸਟ ਇੱਕ ਚਿੰਨ ਤੁਹਾਡੇ ਉੱਤੇ ਲੱਗੇਗਾ ਜਿਹੜਾ ਤੁਹਾਨੂੰ ਦੂਸਰੇ ਲੋਕਾਂ ਨਾਲੋਂ ਵੱਖਰਾ ਕਰ ਦੇਵੇਗਾ ਅ ਸੈਪਰੇਟ ਪੀਪਲ ਅਲੱਗ ਲੋਕ ਬਣਾ ਦੇਵੇਗਾ ਤੁਹਾਨੂੰ ਐਂਡ ਵਾਟ ਇਜ਼ ਥੈਟ ਇਹ ਕੀ ਹੈ ਹੋਲੀ ਗੋਸਟ ਟੁਡੇ ਪਵਿੱਤਰ ਆਤਮਾ ਅੱਜ ਮਿਨਿਸਟਰਡ ਥਰੂ ਦਾ ਪ੍ਰੀਚਿੰਗ ਆਫ ਦਾ ਥੰਡਰਸ ਪਵਿੱਤਰ ਆਤਮਾ ਗਰਜਾਂ ਦੇ ਪ੍ਰਚਾਰ ਕਰਨ ਦੁਆਰਾ ਦਿੱਤਾ ਜਾ ਰਿਹਾ ਹੈ ਦੈਟਸ ਰਾਈਟ ਇਹ ਬਿਲਕੁਲ ਠੀਕ ਹੈ ਐਂਡ ਯੂ ਹਰਡ ਇਟ ਔਰ ਤੁਸੀਂ ਸੁਣਿਆ ਐਂਡ ਯੂ ਰੀਸੀਵਡ ਅ ਸੀਲ ਔਰ ਤੁਸੀਂ ਮੋਹਰ ਨੂੰ ਪ੍ਰਾਪਤ ਕੀਤਾ ਐ ਅ ਨਿਊ ਨੇਮ ਔਰ ਇਹ ਨਵਾਂ ਨਾਮ ਹੈ ਐਂਡ ਇਫ that ਨੇਮ ਇਜ਼ ਔਨ ਯੂ ਔਰ ਇਹ ਨਾਮ ਤੁਹਾਡੇ ਉੱਤੇ ਹੈ ਯੂ ਆਰ ਗੋਇੰਗ ਇਨ ਦਾ ਰੈਪਚਰ ਔਰ ਤੁਸੀਂ ਰੈਪਚਰ ਵਿੱਚ ਜਾ ਰਹੇ ਹੋ ਗੋਡ ਰੀਲੀ ਬlesਸ ਯੂ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ ਬ੍ਰਦਰ ਰੋਬਨ ਪਲੇਜ਼ ਲਾਰਡ ਅਮੇਨ